ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਵੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਅਸੀਂ ਰੂਬਰੂ ਹੋਵਾਂਗੇ ਬਹੁਤ ਹੀ ਸਤਿਕਾਰਯੋਗ ਸਤਿੰਦਰ ਸੱਤੀ ਹੋਰਾਂ ਦੇ। ਸਤਿੰਦਰ ਸੱਤੀ ਹੋਰਾਂ ਦਾ ਕਲਾਕਾਰੀ ਦੇ ਖੇਤਰ ਵਿੱਚ ਸਫ਼ਰ 20 ਸਾਲ ਲੰਮਾ ਹੈ ਅਤੇ ਹੋਰ ਕਈ ਸਾਲਾਂ ਤੱਕ ਜਾਰੀ ਰਹੇਗਾ। ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੀਆਂ ਸਟੇਜਾਂ ਤੋਂ ਲਿਸ਼ਕਾਰਾ ਦੀ ਸਟੇਜ ਅਤੇ ਜਦੋਂ ਉਹ ਸਕੂਲ 9ਵੀਂ ਪੜ੍ਹਦੇ ਹੋਏ ਅਦਾਕਾਰੀ ਦੇ ਨਾਲ ਜੁੜਦੇ ਨੇ, ਥੀਏਟਰ ਕਰਦੇ ਨੇ, ਓਮ ਪ੍ਰਕਾਸ਼ ਗਾਸੂ ਹੋਰਾਂ ਦਾ ਲਿਖਿਆ ਹੋਇਆ ਪਲੇ ਮਿੱਟੀ ਦਾ ਮੁੱਲ ਕਰਦੇ ਨੇ, ਤਾਂ ਉਹਨਾਂ ਨੂੰ ਨੈਸ਼ਨਲ ਲੈਵਲ 'ਤੇ ਬੈਸਟ ਐਕਟਰੈਸ ਦਾ ਅਵਾਰਡ ਮਿਲਦਾ ਆ। ਜਦੋਂ ਯੂਨੀਵਰਸਿਟੀ ਦੀਆਂ ਸਟੇਜਾਂ 'ਤੇ ਐਂਕਰਿੰਗ ਉਹ ਕਰਦੇ ਨੇ ਤਾਂ ਤਾਰਿਕ ਅਜ਼ੀਜ਼ ਹੋਰੀ ਉਹਨਾਂ ਨੂੰ ਪੰਜਾਬ ਹੀ ਦੀ ਨਹੀਂ ਬਲਕਿ ਏਸ਼ੀਆ ਦੀ ਸਭ ਤੋਂ ਬੈਸਟ ਐਂਕਰ ਦਾ ਖਿਤਾਬ ਦੇ ਕੇ ਨਿਵਾਜਦੇ ਨੇ, ਉਹਨਾਂ ਦਾ ਮਾਣ ਵਧਾਉਂਦੇ ਨੇਗੇ। ਸੋ ਉਹਨਾਂ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ, ਕਿਹੜੇ ਕਿਹੜੇ ਪੜਾਵਾਂ 'ਚੋਂ ਲੰਘਿਆ, ਉਹ ਦੌਰ ਜਦੋਂ ਸੁਰਿੰਦਰ ਕੌਰ ਹੋਰੀ ਵੀ ਗਾਉਂਦੇ ਸੀਗੇ, ਗੁਰਮੀਤ ਬਾਵਾ ਜੀ ਹੋਰਾਂ ਦੀਆਂ ਸਟੇਜਾਂ 'ਤੇ ਉਹ ਉਹਨਾਂ ਨੂੰ ਲਿਆ ਕੇ ਪੇਸ਼ ਕਰਦੇ ਰਹੇ, ਅਤੇ ਅੱਜ ਜਦੋਂ ਨਵਾਂ ਦੌਰ ਚੱਲ ਰਿਹਾ ਹੈ, ਇਸ ਦੌਰ ਦੇ ਜਾਂ ਪਿਛਲੇ ਦੌਰ ਦੇ ਉਹਨਾਂ ਦੇ ਕੀ ਹੁਣ ਤੱਕ ਦੇ ਐਕਸਪੀਰੀਅੰਸਿਸ ਰਹੇ ਨੇ, ਅੱਜ ਇਸ ਸਿਗਨੇਚਰ ਇੰਟਰਵਿਊ ਦੇ ਵਿੱਚ ਆਪਾਂ ਉਹਨਾਂ ਤੋਂ ਤਫਸੀਲ ਦੇ ਨਾਲ ਜਾਣਾਂਗੇ। ਉਹਨਾਂ ਦੀ ਇੱਕੋ ਇੱਕ ਕਿਤਾਬ ਪ੍ਰਕਾਸ਼ਿਤ ਹੋ ਚੁੱਕੀ ਆ, ਅਣਜੰਮਿਆ ਬੋਟ। ਅਣਜੰਮਿਆ ਬੋਟ ਦੇ ਬਟਾਲਾ ਸਿਰਲੇਖ ਹੇਠ ਉਹ ਬਹੁਤ ਹੀ ਖੂਬਸੂਰਤ ਲਾਈਨਾਂ ਲਿਖਦੇ ਨੇ, ਅਤੇ ਉਹਨਾਂ ਹੀ ਖੂਬਸੂਰਤ ਲਾਈਨਾਂ ਦੇ ਨਾਲ ਅੱਜ ਅਸੀਂ ਉਹਨਾਂ ਦਾ ਸਿਗਨੇਚਰ ਦੇ ਵਿੱਚ ਸਵਾਗਤ ਕਰਾਂਗੇ। ਉਹ ਲਿਖਦੇ ਨੇ ਕਿ ਪੁੱਛਦੇ ਨੇ ਲੋਕ ਕਿ ਸ਼ਾਇਰੀ ਕਿਵੇਂ ਫੁਰਦੀ ਏ, ਮੈਂ ਕਹਾਂ ਇਹ ਤਾਂ ਰਹਿੰਦੀ ਨਾਲ ਨਾਲ ਤੁਰਦੀ ਏ। ਅੰਮੀ ਮੇਰੀ ਨੇ ਦੁਆਵਾਂ ਸੀ ਕੀਤੀਆਂ, ਸ਼ਾਇਰਾਂ ਤੋਂ ਰੰਗਤਾਂ ਉਧਾਰੀਆਂ ਸੀ ਲੀਤੀਆਂ। ਸਾਡੇ ਗੁਆਂਢ ਰਹਿੰਦਾ ਇੱਕ ਪੀਰ ਸੀ, ਸ਼ਾਇਰੀ ਦਾ ਕਹਿੰਦੇ ਕੋਈ ਵੱਡਾ ਅਮੀਰ ਸੀ। ਨਾ ਪੁੱਛੂੰ ਤਾਂ ਸ਼ਿਵ ਉਹਦਾ ਨਾਂ ਸੀ, ਉਹਦਾ ਸ਼ਹਿਰ ਮੇਰਾ ਸ਼ਹਿਰ ਬਟਾਲਾ ਹੀ ਗਰਾਂ ਸੀ। ਲੱਗਦਾ ਅਸਰ ਉਸ ਦਾ ਜ਼ਰੂਰ ਹੈ, ਬਾਕੀ ਤਾਂ ਸੱਤੀ 'ਤੇ ਮਿਹਰਬਾਨ ਵੀ ਹਜ਼ੂਰ ਹੈ। ਸਤਿੰਦਰ ਸੱਤੀ ਹੋਰਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਧੰਨਵਾਦ ਬਹੁਤ ਬਹੁਤ ਇੰਨੀ ਤਫਸੀਲ ਨਾਲ ਮੇਰੀ ਜਾਣਕਾਰੀ ਲੋਕਾਂ ਨੂੰ ਦੇਣ ਦੇ ਲਈ, ਥੈਂਕ ਯੂ ਬਹੁਤ ਬਹੁਤ ਮਿਹਰਬਾਨੀ। ਅਤੇ ਮੈਨੂੰ ਤਾਂ ਹਲੇ ਕਹਿ ਸਕਦੇ ਹਾਂ ਕਿ ਮੈਂ ਤਾਂ ਸਿਰ 'ਚ ਪੂਣੀ ਵੀ ਨਹੀਂ ਕੱਤੀ, 5 ਕੁ ਸਾਲ ਹੋਏ ਨੇ ਇਸ ਫੀਲਡ 'ਚ ਆਉਣ ਦੇ ਲਈ, ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੇਰੇ ਇਸ ਫੀਲਡ 'ਚ ਜੁੜਨ ਦੇ ਲਈ ਤੁਸੀਂ ਬਹੁਤ ਵੱਡਾ ਰੋਲ ਪਲੇਅ ਕੀਤਾ। ਜਦੋਂ ਲਿਸ਼ਕਾਰਾ ਦੀਆਂ ਸਟੇਜਾਂ 'ਤੇ ਅਸੀਂ ਤੁਹਾਨੂੰ ਸੁਣਦੇ ਸੀ, ਉਸ ਤੋਂ ਬਾਅਦ PTC ਦੀਆਂ ਸਟੇਜਾਂ 'ਤੇ ਅਸੀਂ ਤੁਹਾਨੂੰ ਹੋਸਟ ਕਰਦੇ ਹੋਏ ਸੁਣਿਆ, ਹੈ ਨਾ, ਤਾਂ ਇਹ ਹੁੰਦਾ ਸੀਗਾ ਕਿ ਸਾਡੇ ਲਈ ਵੀ ਕੋਈ ਰਾਹ ਹੈਗਾ, ਅਸੀਂ ਵੀ ਜਾ ਕੇ ਬੋਲ ਸਕਦੇ ਹਾਂ ਜਾਂ ਜਿਹਨੂੰ ਸੁਣ ਸੁਣ ਕੇ ਅਸੀਂ ਸਿੱਖ ਸਕਦੇ ਹਾਂ, ਹੈ ਨਾ। ਸੋ 20 ਸਾਲ, ਮੇਰਾ ਇੱਕ ਅੰਦਾਜ਼ਾ ਹੈਗਾ ਕਿ 20 ਸਾਲ ਹੋ ਗਏ ਨੇ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਹੋਏ, ਹੈ ਨਾ। ਪਹਿਲਾਂ ਤਾਂ ਮੈਂ ਸ਼ੁਰੂਆਤ ਨਹੀਂ ਪੁੱਛੂੰਗੀ, ਪਰ ਮੈਂ ਇਹ ਪੁੱਛੂੰਗੀ ਕਿ 20 ਸਾਲ ਦੇ ਵਿੱਚ ਤੁਸੀਂ ਬਹੁਤ ਤਰ੍ਹਾਂ ਦੇ ਦੌਰ ਦੇਖੇ ਨੇ, ਬਹੁਤ ਹੀ ਉਤਰਾਅ ਚੜਾਅ ਦੇਖੇ ਹੋਣਗੇ, ਇੰਡਸਟਰੀ ਉੱਠਦੀ ਬਹਿੰਦੀ, ਡਿਵੈਲਪ ਹੁੰਦੀ, ਤੁਰਦੀ ਫਿਰਦੀ, ਸਾਰਾ ਕੁਛ ਤੁਸੀਂ ਦੇਖਿਆ। ਕਈ ਕਲਾਕਾਰ ਤੁਹਾਡੇ ਸਾਹਮਣੇ ਜਵਾਨ ਹੋਏ ਨੇ, ਅੱਜ ਉਹ ਸੁਪਰ ਸਟਾਰ ਨੇਗੇ, ਤਾਂ ਇਹ ਤੁਸੀਂ ਆਪਣਾ 20 ਸਾਲਾਂ ਦਾ ਲੰਬਾ ਸਫ਼ਰ ਇੰਡਸਟਰੀ ਦੇ ਵਿੱਚ ਕਿਵੇਂ ਦੇਖਦੇ ਹੋ? ਮੈਂ ਜਦੋਂ ਗੁਰਦੀਪ ਆਈ ਸੀਗੀ ਇੰਡਸਟਰੀ 'ਚ, ਅਤੇ ਮੈਂ ਆਪ ਵੀ ਅਜੇ +2 ਫਸਟ ਈਅਰ ਦੀ ਸਟੂਡੈਂਟ ਸੀ ਲਾਅ ਦੀ, ਅਤੇ ਮੈਨੂੰ ਚਾਅ ਹੀ ਬਹੁਤ ਸੀ। ਔਰ ਇਹ 18, 19, 20 ਸਾਲ ਕਿਵੇਂ ਬੀਤ ਕੇ ਮੈਨੂੰ ਆਪ ਹੀ ਪਤਾ ਨਹੀਂ ਲੱਗਾ, ਕਿਉਂਕਿ ਮੈਨੂੰ ਲੱਗਦਾ ਕਿ ਇਹ ਨਹੀਂ ਕਿ ਮੈਂ ਜਦੋਂ ਪ੍ਰੋਫੈਸ਼ਨਲ ਹੋਈ ਹਾਂ, ਮੈਨੂੰ ਬਚਪਨ ਤੋਂ ਹੀ ਇੱਦਾਂ ਲੱਗਦਾ ਸੀਗਾ ਕਿ ਇਹ ਸਟੇਜ ਦੇ ਉੱਤੇ ਮੈਂ ਸਭ ਤੋਂ ਜ਼ਿਆਦਾ ਕੰਫਰਟੇਬਲ ਫੀਲ ਕਰਦੀ ਹਾਂ। ਉਹ ਸਟੇਜ ਹੀ ਸੀ ਜਿੱਥੇ ਮੈਂ ਸਹਿਜ ਮਹਿਸੂਸ ਕਰਦੀ ਸੀ, ਉਹ ਸਟੇਜ ਹੀ ਸੀ ਜਿੱਥੇ ਮੈਂ ਸਭ ਤੋਂ ਜ਼ਿਆਦਾ ਖੁੱਲ੍ਹ ਕੇ ਬੋਲ ਲੈਂਦੀ ਸੀ, ਉਹ ਸਟੇਜ ਹੀ ਸੀ ਜਿੱਥੇ ਮੈਨੂੰ ਜਦੋਂ ਤੁਸੀਂ ਕਿਧਰੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਸਹਿਜ ਹੁੰਦੇ ਹੋ ਤਾਂ ਤੁਸੀਂ ਹਰ ਉਹ ਗੱਲ ਕਰ ਲੈਂਦੇ ਹੋ ਜੋ ਤੁਹਾਡਾ ਦਿਲ ਕਰਦਾ। ਮੈਨੂੰ ਲੱਗਦਾ ਕਿ ਮੇਰੀ ਸਟੇਜ ਨਾਲ ਇਸ ਤਰ੍ਹਾਂ ਦੀ ਮੁਹੱਬਤ ਸੀ, ਔਰ ਉਸੇ ਮੁਹੱਬਤ ਅਤੇ ਉਸੇ ਜਜ਼ਬੇ ਨੇ ਮੈਨੂੰ ਮਤਲਬ ਸਤਿੰਦਰ ਕੌਰ ਤੋਂ ਸਤਿੰਦਰ ਸੱਤੀ ਬਣਾ ਦਿੱਤਾ। ਬੜਾ ਲੰਬਾ ਸਫ਼ਰ ਹੈ, ਪਰ ਮੈਨੂੰ ਇਹ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੈ, ਲਿਸ਼ਕਾਰਾ ਅਜੇ ਹੁਣ ਸ਼ੁਰੂ ਹੋਇਆ ਸੀ, ਪੜ੍ਹਦਿਆਂ ਹੀ ਲਿਸ਼ਕਾਰਾ ਵੀ ਪਾਪੂਲਰ ਹੋ ਗਿਆ, ਉੱਧਰੋਂ ਲਾਅ ਦੀ ਡਿਗਰੀ ਵੀ ਹੋ ਗਈ, LLM ਵੀ ਕਰ ਲਈ, ਅਤੇ ਮੈਨੂੰ ਯਾਦ ਹੈ ਕਿ ਉੱਧਰੋਂ ਪ੍ਰੋਗਰਾਮ ਹੁੰਦੇ ਸੀਗੇ ਅਤੇ ਉੱਧਰੋਂ ਮੇਰਾ ਪੇਪਰ ਹੁੰਦਾ ਸੀ, ਅਤੇ ਕਈ ਵਾਰ ਨਿਊ ਈਅਰ ਵਗੈਰਾ ਦੇ ਪ੍ਰੋਗਰਾਮ, ਔਰ ਉਹਨਾਂ ਦਿਨਾਂ 'ਚ ਸਮੈਸਟਰ ਹੁੰਦਾ ਸੀ ਦਸੰਬਰ ਦੇ ਵਿੱਚ, ਅਤੇ ਲਹਿੰਗਾ ਪਾਇਆ ਹੋਣਾ ਅਤੇ ਸਵੇਰੇ ਅਸੀਂ ਪਹੁੰਚਣਾ 5 ਕੁ ਵਜੇ, ਰਾਤ ਦਾ ਸ਼ੋਅ ਹੁੰਦਾ ਸੀਗਾ, ਅਤੇ ਕਈ ਵਾਰ ਮੈਂ ਕੋਸਟਿਊਮ ਦੇ ਵਿੱਚ ਹੀ ਪੇਪਰ ਦੇਣ ਜਾਣਾ। ਸੋ ਇਹੋ ਜਿਹਾ ਸਮਾਂ ਵੀ ਵੇਖਿਆ ਹੈ, ਬੇਹੱਦ ਚੁਨਿੰਦਾ ਕਲਾਕਾਰਾਂ ਤੋਂ ਮੈਂ ਇੰਨਾ ਵੱਡਾ ਹਜੂਮ ਇੰਡਸਟਰੀ ਦੇ ਵਿੱਚ, ਜਿੱਥੇ ਕੁੜੀਆਂ ਦੀ ਆਮਦ ਜਿਹੜੀ ਬਹੁਤ ਘੱਟ ਮੰਨੀ ਜਾਂਦੀ ਸੀ, ਜਦੋਂ ਮੈਂ ਟੈਲੀਵਿਜ਼ਨ ਸ਼ੁਰੂ ਕੀਤਾ ਅਤੇ ਮੈਂ ਲਿਸ਼ਕਾਰੇ ਤਾਂ ਆਉਂਦੀ ਸੀ, ਅਤੇ ਮੇਰੇ ਫਾਦਰ ਫੋਰਨ 'ਚ ਰਹਿੰਦੇ ਸੀ, ਜਦੋਂ ਉਹ ਛੁੱਟੀ ਆਏ
ਅਤੇ ਮੇਰੀ ਮਾਸੀ ਜੀ ਦੀ ਅਸੀਂ ਡਿਊਟੀ ਲਗਾਈ ਕਿ ਤੁਸੀਂ ਦੱਸਣਾ ਕਿ ਟੀ ਵੀ 'ਚ ਕੰਮ ਕਰਦੀ, ਮਤਲਬ ਇੰਨਾ ਔਖਾ ਕੰਮ ਸੀ। ਅੱਜ ਜਿੱਥੇ ਮਾਂ ਬਾਪ ਆਪਣੀਆਂ ਬੱਚੀਆਂ ਨੂੰ ਲੈ ਕੇ ਜਾਂਦੇ ਨੇ ਕਿ ਇਹ ਟੀ ਵੀ 'ਚ ਕੰਮ ਕਰਨਾ ਚਾਹੁੰਦੀ, ਉਹਨਾਂ ਦੇ ਆਡੀਸ਼ਨ ਲਈ ਜਾਂਦੇ ਨੇ। ਸੋ ਮੈਨੂੰ ਇਹ ਟ੍ਰਾਂਸਫੋਰਮੇਸ਼ਨ ਵੇਖਣ ਦਾ ਮੌਕਾ ਮਿਲਿਆ। ਮੈਨੂੰ ਇਹ ਮੌਕਾ ਵੀ ਮਿਲਿਆ ਕਿ ਜਦੋਂ ਐਂਟੀਨਾ ਘੁਮਾ ਕੇ ਅਸੀਂ ਫੋਟੋ ਠੀਕ ਕਰਦੇ ਸੀ ਟੀ ਵੀ ਦੇ ਵਿੱਚ, ਅਤੇ ਉਸ ਤੋਂ ਬਾਅਦ ਇੰਟਰਨੈੱਟ ਦਾ ਦੌਰ, ਮੈਂ ਬਿਨਾਂ ਮੋਬਾਈਲ ਤੋਂ ਮੋਬਾਈਲ ਤੱਕ ਦੀ ਟ੍ਰਾਂਸਫੋਰਮੇਸ਼ਨ, ਵੀਡੀਓ ਕਾਲਿੰਗ ਤੱਕ ਵੇਖੀ ਹੈ। ਮੈਨੂੰ ਲੱਗਦਾ ਕਿ ਮੈਂ ਬੜੀ ਬਲੈਸਡ ਹਾਂ ਕਿ ਪਰਮਾਤਮਾ ਨੇ ਇਹ ਸਭ ਟ੍ਰਾਂਸਫੋਰਮੇਸ਼ਨ ਸਾਡੇ ਜੀਵਨ 'ਚ ਹੀ ਸਾਨੂੰ ਦਿਖਾ ਦਿੱਤੀ ਹੈ। ਮੈਮ, ਬਹੁਤ ਸਾਰੀਆਂ ਇੰਟਰਵਿਊਜ਼ ਮੈਂ ਤੁਹਾਡੀਆਂ ਸੁਣਦੀਆਂ ਤਾਂ ਪਤਾ ਲੱਗਦਾ ਕਿ ਲਿਖਣ ਦਾ ਵੀ ਜਿਹੜਾ ਸਿਲਸਿਲਾ ਉਹ ਵੀ ਕੋਈ ਨਵਾਂ ਨਹੀਂ, ਉਹ ਵੀ ਬਚਪਨ ਦੇ ਨਾਲ ਹੀ ਜੁੜਿਆ ਹੋਇਆ, 7ਵੀਂ 8ਵੀਂ ਕਲਾਸ ਤੋਂ ਲਿਖਣਾ, ਹੈ ਨਾ। ਫਿਰ ਜੋ ਗਾਇਕੀ ਤੁਹਾਡੇ ਕਰੀਅਰ ਦੇ ਵਿੱਚ ਆਈ ਉਹ ਵੀ ਪਰਿਵਾਰ ਦੇ ਵਿੱਚੋਂ ਹੀ ਆਈ, ਕਿਉਂਕਿ ਤੁਹਾਡੇ ਮਦਰ ਬੜਾ ਸੋਹਣਾ ਗਾ ਲੈਂਦੇ ਸੀਗੇ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਐਂਕਰਿੰਗ, ਸ਼ਾਇਰੀ, ਇਹ ਇੱਕ ਤਰ੍ਹਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੀਗੀਆਂ ਜਿਹੜੀਆਂ ਬਾਅਦ 'ਚੋਂ ਸਾਹਮਣੇ ਆਈਆਂ। ਪਰ ਇੱਕ ਚੀਜ਼ ਹੋਰ ਤੁਹਾਡੇ ਬਾਰੇ ਪਤਾ ਲੱਗਦੀ ਹੈ ਕਿ ਜਦੋਂ ਤੁਸੀਂ ਮਤਲਬ ਸਕੂਲ ਕਾਲਜ ਪੜ੍ਹਦੇ ਸੀਗੇ ਤਾਂ ਇੱਕ ਟੌਮ ਬੋਆਏ ਦੀ ਤਰ੍ਹਾਂ ਤੁਸੀਂ ਵਿਚਰਦੇ ਸੀਗੇ ਬਟਾਲੇ ਦੀਆਂ ਗਲੀਆਂ 'ਚ। ਤੁਸੀਂ ਇਕੱਲੀ ਕੁੜੀ ਸੀ ਜਿਹੜੀ ਮੋਟਰਸਾਈਕਲ ਵੀ ਚਲਾ ਲੈਂਦੀ ਸੀਗੀ, ਹੈ ਨਾ। ਐਕਚੁਲੀ ਮੈਂ ਘਰ 'ਚੋਂ ਵੱਡੀ ਸੀਗੀ ਅਤੇ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਫੋਰਨ ਰਹਿੰਦੇ ਸੀ, ਦੋ ਭੈਣ ਭਰਾ ਸੀ, ਸਾਡੀ ਜ਼ਮੀਨ ਵੀ ਸੀਗੀ ਅਤੇ ਪਿੰਡ ਸਮਾਨ ਵੀ ਪਹੁੰਚਾਉਣਾ ਹੁੰਦਾ ਸੀ। ਅਤੇ ਬੜੀ ਛੋਟੀ ਉਮਰ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ 6ਵੀਂ 7ਵੀਂ ਦੇ ਵਿੱਚ ਮੈਨੂੰ ਸਕੂਟਰ ਮੋਟਰਸਾਈਕਲ ਸਿਖਾ ਦਿੱਤਾ ਸੀਗਾ ਕਿ ਮੈਨੂੰ ਘਰ ਦੀ ਜ਼ਿੰਮੇਵਾਰੀ ਬੜੀ ਛੋਟੀ ਉਮਰ ਤੋਂ ਹੀ ਉਹਨਾਂ ਨੇ ਦੇ ਦਿੱਤੀ ਸੀ। ਅਤੇ ਮੈਨੂੰ, ਮੈਂ ਵੀ ਆਪਣੇ ਬਾਪ ਨੂੰ ਬੜੀ ਮਿਹਨਤ ਕਰਦਿਆਂ ਬਚਪਨ ਤੋਂ ਵੇਖਿਆ ਹੈ। ਉਹਨਾਂ ਦੇ 6-7 ਭੈਣ ਭਰਾ ਨੇ ਔਰ ਜਿਸ ਪਰਿਵਾਰ ਤੋਂ ਸੰਬੰਧਿਤ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਮੇਰੇ ਫਾਦਰ ਸਾਹਿਬ ਨੇ ਕੀਤੀ ਹੈ। ਅਤੇ ਮੈਂ ਆਪਣੇ ਬਾਪ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੇਹੱਦ ਮਿਹਨਤ ਕਰਦਿਆਂ ਦੇਖਿਆ, ਆਪਣੇ ਭੈਣ ਭਰਾਵਾਂ ਲਈ, ਉਹਨਾਂ ਨੂੰ ਬਿਹਤਰ ਜ਼ਿੰਦਗੀ ਦੇਣ ਦੇ ਲਈ, ਆਪਣੇ ਪਰਿਵਾਰ ਨੂੰ ਉੱਚਾ ਚੁੱਕਣ ਦੇ ਲਈ। ਮੇਰੇ ਇੱਕ ਤਾਇਆ ਜੀ ਜਿਹੜੇ ਨੇ ਪਾਰਟੀਸ਼ਨ ਦੇ ਟਾਈਮ ਤੋਂ ਹੀ ਪਹਿਲਾਂ ਹੀ ਨਾ ਉਹਨਾਂ ਦੇ ਉਹ ਹੈਂਡੀਕੈਪ ਨੇ, ਅਤੇ ਮੇਰੇ ਦਾਦੀ ਜੀ ਨੇ ਸਾਰੀ ਜ਼ਿੰਦਗੀ ਉਹਨਾਂ ਦੀ ਦੇਖਭਾਲ ਕੀਤੀ ਹੈ। ਮੇਰੇ ਫਾਦਰ ਸਾਹਿਬ ਅੱਜ ਵੀ ਹਰ ਰੋਜ਼ ਸਵੇਰੇ ਪਿੰਡ ਜਾਂਦੇ ਨੇ, ਉਹਨਾਂ ਨੂੰ ਨਵਾਉਣਾ ਧਵਾਉਣਾ, ਉਹਨਾਂ ਦੀ ਕੇਅਰ ਕਰਨੀ, ਮਤਲਬ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਉਸ ਸ਼ਖਸ ਨੂੰ 24 ਘੰਟੇ ਦੇ ਵਿੱਚੋਂ 20 ਘੰਟੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਬਿਹਤਰ ਭਵਿੱਖ ਦੇਣ ਦੇ ਲਈ ਲੜਦਿਆਂ ਹੋਇਆ ਦੇਖਿਆ। ਅਤੇ ਮੇਰੇ ਮਨ 'ਚ ਕਿਧਰੇ ਬਹੁਤ ਸੀਗਾ ਕਿ ਮੇਰੇ ਫਾਦਰ ਸਾਹਿਬ ਨੇ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਕਿਉਂਕਿ ਮੇਰਾ ਭਰਾ ਛੋਟਾ ਸੀਗਾ ਅਤੇ ਮੈਨੂੰ, ਮੈਂ ਆਪਣੇ ਪਿਓ ਦੇ ਉਹ ਸਾਰੇ ਬੋਝ ਵੰਡਾਉਣਾ ਚਾਹੁੰਦੀ ਸੀਗੀ, ਇਸ ਕਰਕੇ ਮੈਨੂੰ ਮੁੰਡਾ ਬਣਨਾ ਹੀ ਪੈਣਾ ਸੀਗਾ। ਸੋ ਮੈਂ ਆਪਣੇ ਪਰਿਵਾਰ ਨੂੰ ਉੱਪਰ ਚੁੱਕਣ ਦੇ ਵਿੱਚ ਜਿੰਨੀ ਵੀ ਮੇਰਾ ਯੋਗਦਾਨ ਹੋ ਸਕਦਾ ਉਹ ਕਰਾਂ। ਅਤੇ ਉਹਦੇ ਵਿੱਚ ਕਿਧਰੇ ਚਾਹੇ ਨਾ ਚਾਹੇ ਮੇਰੇ ਗਲੀ ਦੀਆਂ ਆਂਟੀਆਂ ਸਾਰੀਆਂ ਮੈਨੂੰ ਕਹਿੰਦੀ ਹੁੰਦੀ ਸੀ ਸਾਡਾ ਮਾਹੀ ਮੁੰਡਾ ਆ ਗਿਆ, ਕਿਉਂਕਿ ਕੋਈ ਵੀ ਆਂਟੀ ਸਾਡੇ ਗਲੀ ਦੇ ਵਿੱਚ ਹੁੰਦੀ ਸੀਗੀ ਅਤੇ ਸਾਡੇ ਮੁੰਡੇ ਤਕਰੀਬਨ ਗਲੀ ਦੇ ਵਿੱਚੋਂ ਬੜੇ ਛੋਟੇ ਸੀਗੇ ਅਤੇ ਕੁੜੀਆਂ ਜ਼ਿਆਦਾ ਸਨ, ਅਤੇ ਮੈਂ ਹੀ ਆਂਟੀ ਉਹਨਾਂ ਨੂੰ ਕਿਧਰੇ ਡਾਕਟਰ ਕੋਲ ਲੈ ਜਾਣਾ ਜਾਂ ਕਿਸੇ ਨੂੰ ਜਿੱਥੇ ਵੀ ਲੋੜ ਪੈਣੀ ਕਰਨੀ, ਉਹਨਾਂ ਨੇ ਕਹਿਣਾ ਕਿ ਮੇਰੇ ਕੋਲ ਸਕੂਟਰ, ਮੈਂ ਉਹਨਾਂ ਨੂੰ ਚਲਾਉਣਾ ਦਾ, ਉਹਨਾਂ ਨੇ ਕਹਿਣਾ ਸਾਨੂੰ ਉੱਥੋਂ ਤੱਕ ਛੱਡਿਆ, ਬੱਸ ਸਟੈਂਡ ਤੱਕ ਛੱਡਿਆ, ਅਤੇ ਮਤਲਬ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੈਨੂੰ ਮੁੰਡਾ ਬਣਾ ਦਿੱਤਾ ਇਹਨਾਂ ਨੇ। ਜਦੋਂ ਡੀ ਏ ਵੀ ਕਾਲਜ ਤੁਸੀਂ ਗ੍ਰੈਜੂਏਸ਼ਨ ਕਰਦੇ ਸੀ ਤਾਂ ਅਚਾਨਕ ਮੈਨੇਜਮੈਂਟ ਵੱਲੋਂ ਫੀਸਾਂ ਵਧਾ ਦਿੱਤੀਆਂ ਜਾਂਦੀਆਂ ਨੇ, ਅਤੇ ਤੁਸੀਂ ਤਾਂ ਬੜੀ ਰਿਸਰਚ ਕੀਤੀ ਹੈ। ਮੈਂ ਕਿਹਾ ਤੁਸੀਂ ਤਾਂ ਬੜੀ ਰਿਸਰਚ ਕੀਤੀ ਹੈ। ਤੁਸੀਂ ਕਾਲਜ ਲੀਡਰ ਹੋਣ ਦੇ ਨਾਤੇ ਇੱਕ ਸਟ੍ਰਾਈਕ ਉੱਥੇ ਔਰਗਨਾਈਜ਼ ਕਰ ਦਿੰਦੇ ਹੋ ਅਤੇ ਤੁਹਾਡੇ ਫਾਦਰ ਸਾਹਿਬ ਨੂੰ ਉੱਥੇ ਬੁਲਾਇਆ ਜਾਂਦਾ ਤੁਹਾਡੀ ਕੰਪਲੇਨ ਦੇ ਲਈ, ਤੁਹਾਡੇ ਫਾਦਰ ਸਾਹਿਬ ਉਲਟਾ ਜਾ ਕੇ ਕਾਲਜ ਮੈਨੇਜਮੈਂਟ ਨੂੰ ਸਵਾਲ ਕਰਦੇ ਨੇ ਕਿ ਮੇਰੇ ਬੱਚੇ ਦੀ ਕਾਲਜ ਪਰਫੋਰਮੈਂਸ ਕੀ ਆ, ਤਾਂ ਉੱਥੇ ਫਿਰ ਤੁਹਾਡੀਆਂ ਟਰੋਫੀਜ਼ ਦਿਖਾਈਆਂ ਜਾਂਦੀਆਂ ਨੇ, ਤੁਹਾਡਾ ਪੂਰਾ ਰਿਪੋਰਟ ਕਾਰਡ ਦਿਖਾਇਆ ਜਾਂਦਾ। ਫਿਰ ਉਹ ਕਹਿੰਦੇ ਨੇ ਕਿ ਇਹ ਸਾਡੇ ਪਰਿਵਾਰ ਦੀ ਸ਼ੁਰੂ ਤੋਂ ਹੀ ਰਵਾਇਤ ਆ ਕਿ ਅਸੀਂ ਗਲਤ ਦੇ ਖਿਲਾਫ਼ ਤਾਂ ਬੋਲਣਾ ਹੀ ਬੋਲਣਾ, ਅਤੇ ਮੈਂ ਆਪਣੀ ਬੇਟੀ ਨੂੰ ਰੋਕ ਨਹੀਂ ਸਕਦਾ, ਹੈ ਨਾ। ਸੋ ਉਸ ਮੂਮੈਂਟ ਨੇ ਜਾਂ ਉਹਨਾਂ ਦੀ ਇਹ ਕਹੀ ਗੱਲ ਨੇ ਹੁਣ ਤੱਕ ਜਾਂ ਫਿਰ ਤੁਹਾਡੇ ਜਿੰਨਾ ਵੀ ਹੁਣ ਤੱਕ ਦਾ ਤੁਹਾਡਾ ਕਰੀਅਰ ਰਿਹਾ ਵਾ, ਉਸ ਚੀਜ਼ ਨੇ ਕਿੰਨਾ ਕੁ ਅਸਰ ਪਾਇਆ? ਮੈਂ ਕਾਲਜ ਪ੍ਰੈਜ਼ੀਡੈਂਟ ਸੀ ਔਰ ਜਿਵੇਂ ਤੁਸੀਂ ਦੱਸਿਆ ਕਿ ਡੀ ਏ ਵੀ ਦੀ ਹਿਸਟਰੀ ਦੀ ਉਹ ਸਭ ਤੋਂ ਵੱਡੀ ਸਟ੍ਰਾਈਕ ਹੈ। ਮੇਰੇ ਫਾਦਰ ਸਾਹਿਬ ਨੂੰ ਜਦੋਂ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਵੀ ਇੱਦਾਂ ਇੱਦਾਂ ਬੜਾ ਗੜਬੜ ਕਰ ਦਿੱਤੀ ਹੈ ਇਹਨੇ, ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਈਵਨ ਸਟੇਟ ਦੀ ਸਭ ਤੋਂ ਵੱਡੀ ਸਟ੍ਰਾਈਕ ਸੀਗੀ।
ਅਤੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਕਿਹਾ ਅਤੇ ਉਹ ਕਹਿੰਦੇ ਨਹੀਂ ਮੈਰਿਟ ਦੇ ਵਿੱਚ ਇਹਦੀ ਫੋਟੋ ਲੱਗੀ ਹੋਈ ਹੈ। ਬਾਹਰ ਐਂਟਰੈਂਸ 'ਤੇ ਨਾ ਮੈਰਿਟ ਬੋਰਡ ਹੁੰਦਾ ਸੀ, ਉੱਥੇ ਪਿਕਚਰਸ ਲੱਗਦੀਆਂ ਸੀਗੀਆਂ ਜਿਹੜੇ ਬੱਚੇ ਬ੍ਰਿਲੀਅੰਟ ਹੁੰਦੇ ਸੀਗੇ, ਅਤੇ ਨੋਟਿਸ ਬੋਰਡ ਦੇ ਉੱਤੇ ਰੋਜ਼ ਹੀ ਤਕਰੀਬਨ ਮੇਰੀ ਪੋਇਮਸ ਲੱਗੀਆਂ ਹੁੰਦੀਆਂ ਸੀਗੀਆਂ। ਅਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਮੈਂ ਆਪਣੇ ਬੱਚਿਆਂ ਨੂੰ ਇੱਕੋ ਚੀਜ਼ ਸਿਖਾਈਏ ਕਿ ਬੇਟਾ ਸੱਚ ਨੂੰ ਸੱਚ ਕਹਿਣਾ ਤਾਂ ਗਲਤ ਨੂੰ ਗਲਤ ਕਹਿਣਾ। ਔਰ ਮੈਂ ਕੋਸ਼ਿਸ਼ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਨ ਦੀ, ਕਿ ਮੈਂ ਕਿਉਂਕਿ ਅਸੀਂ ਉਸ ਕੌਮ ਦੇ ਨਾਲ ਸੰਬੰਧਿਤ ਹਾਂ ਕਿ ਜਿੱਥੇ ਜ਼ੁਲਮ ਕਰਨਾ ਜੇ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ। ਮੈਨੂੰ ਲੱਗਦਾ ਕਿ ਸ਼ਾਇਦ ਇਸ ਲਾਈਨ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾ ਬੋਲਣ ਲਈ ਮਜਬੂਰ ਕਰ ਦਿੱਤਾ, ਕਿਉਂਕਿ ਇਹਦਾ ਪੈਰਾਮੀਟਰ ਹੋਰ ਸੀਗਾ। ਇਹਦੀ ਲੋਕਾਂ ਦੀ ਇਸ ਇੰਡਸਟਰੀ ਦੇ ਪ੍ਰਤੀ ਸੋਚ ਹੋਰ ਤਰ੍ਹਾਂ ਦੀ ਹੈ, ਪਰ ਕਿਧਰੇ ਨਾ ਕਿਧਰੇ ਉਹ ਮੇਰੇ ਮਨ ਦੇ ਵਿੱਚ ਹਮੇਸ਼ਾ ਇਸ ਗੱਲ ਦੀ ਮੈਂ ਧਾਰਨੀ ਵੀ ਰਹੀ ਹਾਂ। ਔਰ ਮੈਂ ਕੋਸ਼ਿਸ਼ ਕੀਤੀ ਹੈ ਜ਼ਿੰਦਗੀ ਦੇ ਵਿੱਚ ਉਹ ਇੰਪਲੀਮੈਂਟ ਕਰਨ ਦੀ, ਕਿ ਸੱਚਾਈ ਲਈ ਲੜਨਾ ਉਹ ਬੰਦੇ ਦਾ ਕਿਰਦਾਰ ਵੀ ਹੋਣਾ ਚਾਹੀਦਾ। ਔਰ ਮੈਂ ਮਤਲਬ ਆਪਣੇ ਵੱਲੋਂ ਮੈਨੂੰ ਲੱਗਦਾ ਕਿ ਜਿੰਨੀ ਕੁ ਮੈਨੂੰ ਰੱਬ ਨੇ ਬੁੱਧੀ ਦਿੱਤੀ ਹੈ, ਮੈਂ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਥੋੜ੍ਹਾ ਜੀ ਲਈਏ ਪਰ ਠੀਕ ਠਾਕ ਜ਼ਿੰਦਗੀ 'ਚ ਚਾਰ ਲੋਕਾਂ ਲਈ ਤੁਸੀਂ ਜ਼ਰੂਰ ਚਾਨਣ ਮੁਨਾਰਾ ਰਹੋ। ਕਹਿੰਦੇ ਸੱਤੀ ਉਹਨਾਂ 'ਚ ਇੰਨੇ ਗੱਟਸ ਹੁੰਦੇ ਸੀ ਵੀ ਡੀਸੀ ਸਾਹਿਬ ਨੂੰ ਵੀ ਸਿੱਧਾ ਫੋਨ ਲਾ ਕੇ ਕਹਿ ਦਿੰਦੇ ਸੀ ਮੈਂ ਸਤਿੰਦਰ ਗੱਲ ਕਰ ਰਹੀ ਹਾਂ। ਅੱਛਾ ਇੱਕ ਗੱਲ ਪਤਾ ਨਹੀਂ ਪਰਮਾਤਮਾ ਨੇ ਸ਼ਾਇਦ ਮੈਨੂੰ ਚੁਣਿਆ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਸਭ ਚੁਣੇ ਹੋਏ ਲੋਕ ਹਾਂ ਜਿਹਨਾਂ ਨੂੰ ਪਰਮਾਤਮਾ, ਕਿਉਂਕਿ ਮੇਰੀ ਫੈਮਿਲੀ 'ਚ ਸੱਤ ਪੁਸ਼ਤਾਂ 'ਚ ਸਾਡੇ ਕੋਈ ਆਰਟਿਸਟ ਨਹੀਂ, ਸਾਨੂੰ ਪਤਾ ਹੀ ਨਹੀਂ ਹੈ ਕਿ ਟੀ ਵੀ 'ਚ ਕਿਵੇਂ ਆਉਣਾ, ਔਰ ਨਾ ਹੀ ਮੇਰਾ ਕੋਈ ਪੈਸ਼ਨ ਸੀਗਾ ਟੀ ਵੀ 'ਚ ਆਉਣ ਦਾ। ਮੈਨੂੰ ਆਰਟਿਸਟ ਲਾਈਨ ਪਸੰਦ ਸੀ ਪਰ ਮੈਂ ਕਦੀ ਨਹੀਂ ਸੀ ਸੋਚਿਆ ਕਿ ਮੈਂ ਟੈਲੀਵਿਜ਼ਨ 'ਚ ਆਵਾਂਗੀ। ਮਤਲਬ ਪ੍ਰੋਗਰਾਮ ਕਰ ਲੈਣੇ ਜਾਂ ਬੋਲ ਲੈਣਾ, ਬੋਲਣ ਦਾ ਮੈਨੂੰ ਸ਼ੌਕ ਸੀਗਾ, ਕਵਿਤਾ ਲਿਖ ਕੇ ਕਹਿ ਦੇਣੀ ਜਾਂ ਤੁਸੀਂ ਉੱਥੇ ਆਪਣੀ ਮੈਗਜ਼ੀਨ 'ਚ ਛਪਦੇ ਹੋ, ਮੈਨੂੰ ਇੰਨੇ 'ਚ ਹੀ ਬੜਾ ਹੁੰਦਾ ਸੀਗਾ ਕਿ ਮੇਰੇ ਕਾਲਜ 'ਚ ਬੜੀ ਟੌਹਰ ਹੈ। ਪਰ ਉਸ ਤੋਂ ਬਾਅਦ ਜਦੋਂ ਮੈਨੂੰ ਇਹ ਗੱਲ ਹੁੰਦੀ ਸੀ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਗੱਲ ਹੁੰਦੀ ਸੀਗੀ, ਮੈਂ ਪਲੱਸ ਵਨ ਪਲੱਸ ਟੂ 'ਚ ਜਾਂ ਦਸਵੀਂ 'ਚ ਹੁੰਦੀ ਸੀ, ਮੈਂ ਡਰੀ ਕਦੀ ਨਹੀਂ। ਨਿਡਰ ਮੈਂ ਸ਼ੁਰੂ ਤੋਂ ਮੈਂ ਰੂਹ ਤੋਂ ਬੜੀ ਨਿਡਰ ਰਹੀ ਹਾਂ। ਮੈਨੂੰ ਲੱਗਦਾ ਹੁੰਦਾ ਕਿ ਇਹ ਸਭ ਲੋਕ, ਚਾਹੇ ਉਹ ਪ੍ਰੈਜ਼ੀਡੈਂਟ ਹੈ, ਪ੍ਰਾਈਮ ਮਿਨਿਸਟਰ ਹੈ, ਚੀਫ ਮਿਨਿਸਟਰ ਹੈ, ਇਹ ਸਭ ਬੰਦੇ ਨੇ, ਇਨਸਾਨ ਨੇ, ਔਰ ਇਹ ਸਭ ਇੱਕ ਸਾਂਝਾ ਮਾਸ਼ਰਾ ਹੈ ਜਿਹਦੀ ਰਹਿਨੁਮਾਈ ਕਰ ਰਹੇ ਨੇ। ਮੇਰੇ ਤੋਂ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਇਹ ਕਿ ਉਹਨਾਂ ਦੀ ਪੋਸਟ ਵੱਡੀ ਹੈ। ਕੱਲ੍ਹ ਨੂੰ ਮੈਂ ਵੀ ਉਸ ਜਗ੍ਹਾ 'ਤੇ ਜਾਂ ਕੋਈ ਵੀ ਹੋਰ ਤੁਸੀਂ ਵੀ ਉਸ ਜਗ੍ਹਾ 'ਤੇ ਹੋ ਸਕਦੇ ਹੋ, ਅਤੇ ਮੈਨੂੰ ਲੱਗਦਾ ਹੁੰਦਾ ਕਿ ਗੱਲ ਕਰਨ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ। ਅਤੇ ਮੈਨੂੰ ਇਹ ਹਮੇਸ਼ਾ ਹੀ ਲੱਗਾ ਕਿ ਅਗਰ ਮੇਰੇ ਫੋਨ ਕਰਨ ਨਾਲ ਜਾਂ ਮੇਰੇ ਗੱਲ ਕਰਨ ਦੇ ਨਾਲ ਕਿਸੇ ਦਾ ਮਸਲਾ ਹੱਲ ਹੋ ਜਾਏ, ਸਾਡੀ ਗਲੀ 'ਚ ਕੋਈ ਗੱਲ ਹੋਣੀ ਕਰਨੀ, ਸਾਰਿਆਂ ਨੇ ਕਹਿਣਾ ਇਹ ਕਰੇਗੀ ਫੋਨ, ਜਾਂ ਸਾਡੇ ਕਿਧਰੇ ਕਾਲਜ ਦੇ ਵਿੱਚ ਹੋਣੀ ਕਰਨੀ ਅਤੇ ਉਹਨਾਂ ਨੇ ਕਹਿਣਾ ਕਿ ਇਹ ਕਰੇਗੀ ਫੋਨ ਆਪੇ ਡੀ ਸੀ ਸਾਹਿਬ ਨੂੰ। ਅਤੇ ਮੈਂ 9ਵੀਂ 10ਵੀਂ 'ਚ ਮੈਨੂੰ ਇਹ ਪਤਾ ਵੀ ਨਹੀਂ, ਮੇਰੇ ਫਾਦਰ ਸਾਹਿਬ ਨੇ ਕਈ ਵਾਰ ਕਹਿਣਾ ਕਿ ਤੂੰ ਡੀ ਸੀ ਲੱਗੀ ਹੋਈ ਹੈ, ਕਿਤੇ ਨੂੰ ਪੁੱਛਣਗੇ ਤੂੰ ਫੋਨ ਕਰਕੇ ਕਹਿੰਦੀ ਕਿ ਮੈਂ ਸਤਿੰਦਰ ਬੋਲ ਰਹੀ। ਉਹਨਾਂ ਨੂੰ ਕੀ ਪਤਾ ਕੌਣ ਸਤਿੰਦਰ, ਪਰ ਪਤਾ ਨਹੀਂ ਪਰਮਾਤਮਾ ਵੱਲੋਂ ਮੈਨੂੰ ਆਪਣੇ 'ਤੇ ਵਿਸ਼ਵਾਸ ਹੀ ਇੰਨਾ ਹੁੰਦਾ ਸੀਗਾ ਕਿ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਉਹ ਮੈਨੂੰ ਜਾਣਦੇ ਨੇ। ਔਰ ਦੇਖ ਲਓ ਪਰਮਾਤਮਾ ਨੇ ਉਹੀ ਗੱਲ ਹੋਈ ਕਿ ਉਹਨੇ ਸ਼ਾਇਦ ਮੇਰੀ ਸੋਚ ਇਸ ਤਰ੍ਹਾਂ ਦੀ ਬਣਾਈ ਸੀ ਕਿ ਮੈਨੂੰ ਲੋਕ ਜਾਣਨ ਲੱਗ ਪਏ। ਬਿਲਕੁਲ। ਇੱਕ ਡਾਕਟਰ ਲਖਵਿੰਦਰ ਜੌਲ ਹੋਰਾਂ ਦਾ ਤੁਹਾਡੇ ਕਰੀਅਰ ਸ਼ੁਰੂ ਹੋਣ, ਪ੍ਰੋਫੈਸ਼ਨਲ ਕਰੀਅਰ ਸ਼ੁਰੂ ਹੋਣ ਦੇ ਵਿੱਚ ਬੜਾ ਯੋਗਦਾਨ ਰਿਹਾ। ਜਦੋਂ ਲਿਸ਼ਕਾਰਾ ਦੀ ਪਹਿਲੀ ਸਟੇਜ ਉਹਨਾਂ ਦੇ ਜ਼ਰੀਏ ਤੁਹਾਨੂੰ ਮਿਲੀ ਆ, ਤਾਂ ਉੱਥੇ ਉਹ ਹੰਸ ਰਾਜ ਹੰਸ ਜਿਹੜੇ ਕਿ ਤੁਹਾਡੇ ਬਹੁਤ ਹੀ ਫੇਵਰੇਟ ਫਨਕਾਰ ਰਹੇ ਨੇ, ਤਾਂ ਉਹਨਾਂ ਨੂੰ ਵੀ ਬੁਲਾਇਆ ਗਿਆ ਪਰਫੋਰਮ ਕਰਨ ਦੇ ਲਈ। ਉਹ ਜਿਹੜੀ ਪਹਿਲੀ ਸਟੇਜ ਦਾ ਐਕਸਪੀਰੀਅੰਸ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ, ਕੈਮਰਾ ਨੂੰ ਫੇਸ ਕਰਨਾ, ਕਿਉਂਕਿ ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ, ਅੱਜ ਵੀ ਜਦੋਂ ਕਿਸੇ ਵੀ ਇੰਟਰਵਿਊ 'ਤੇ ਜਾਣਾ ਹੁੰਦਾ ਆ ਜਾਂ ਕਿਤੇ ਜਾ ਕੇ ਗੱਲ ਕਰਨੀ ਹੁੰਦੀ, ਤਾਂ ਉਹ ਪਹਿਲੇ ਦਿਨ ਵਾਲਾ ਹੀ ਉਹੀ ਹੁੰਦਾ ਹੈ ਮੇਰਾ, ਕਿ ਡਰ ਵੀ ਲੱਗ ਰਿਹਾ ਹੁੰਦਾ, ਨਰਵਸ ਵੀ ਹੁੰਦਾ ਹੁੰਦਾ, ਕਿਤੇ ਕੁਛ ਭੁੱਲ ਨਾ ਜਾਈਏ, ਕਿਤੇ ਕੁਛ ਗਲਤ ਨਾ ਬੋਲਿਆ ਜਾਵੇ, ਹੈ ਨਾ। ਸੋ ਤੁਹਾਡਾ ਐਕਸਪੀਰੀਅੰਸ ਕੀ ਸੀਗਾ, ਤੁਹਾਨੂੰ ਅੱਜ ਯਾਦ ਹੈ ਉਹ ਚੀਜ਼ਾਂ ਕਿਵੇਂ ਤੁਸੀਂ ਸਟੇਜ ਹੈਂਡਲ ਕੀਤੀ? ਬਿਲਕੁਲ ਯਾਦ ਹੈ, ਕਿਉਂਕਿ ਜਦੋਂ ਮੈਂ ਯੂਥ ਫੈਸਟੀਵਲ ਕਰਦੀ ਸੀ ਔਰ ਕਾਫੀ ਪਾਪੂਲਰ ਸੀ, ਅਤੇ ਡਾਕਟਰ ਸਾਹਿਬ ਦੇ ਨੇ ਉੱਥੇ ਮੈਨੂੰ ਦੇਖਿਆ ਸੀਗਾ, ਅਤੇ ਜਦੋਂ ਮੈਨੂੰ ਲਿਸ਼ਕਾਰੇ ਲਈ ਉਹਨਾਂ ਨੇ ਬੁਲਾਇਆ, ਪਹਿਲਾਂ ਇੱਕ ਵਾਰੀ ਬੁਲਾਇਆ, ਅਤੇ ਮੈਂ ਸੋਚਿਆ ਪਤਾ ਨਹੀਂ ਕਿਵੇਂ ਸਾਡੇ ਟੀਚਰ ਨੇ ਕਿਹਾ ਕਿ ਤੁਸੀਂ ਜਾਓ, ਅਸੀਂ 2-4 ਜਣੇ ਆਪਣੇ ਕਲਾਸ ਵਾਲੇ ਜਾ ਕੇ ਉੱਥੇ ਦੇ ਆਏ। ਉਹ ਕਹਿੰਦੇ ਜੀ ਫਲਾਂ ਦਿਨ ਤੁਹਾਡੀ ਇੰਟਰਵਿਊ, ਮੇਰਾ ਕੋਈ ਆਡੀਸ਼ਨ ਨਹੀਂ ਸੀ ਹੋਇਆ, ਉਹਨਾਂ ਨੇ ਕਿਹਾ ਕਿ ਫਲਾਂ ਦਿਨ ਤੁਹਾਡੀ ਤੁਸੀਂ ਪ੍ਰੋਗਰਾਮ ਦੀ ਸ਼ੂਟਿੰਗ ਵਾਸਤੇ ਆਉਣਾ। ਅਤੇ ਕਿਉਂਕਿ ਅਸੀਂ ਇੰਨੇ ਅਮੀਰ ਘਰ 'ਚ ਉੱਤੇ ਸੀਗੇ ਨਹੀਂ ਕਿ ਅਸੀਂ ਬੜਾ ਉੱਥੇ, ਅਤੇ ਮੈਨੂੰ ਯਾਦ ਹੈ ਕਿ ਮੈਂ ਆਪਣੀ ਮਾਸੀ ਕੋਲ ਥੋੜ੍ਹੇ ਦਿਨ ਪਹਿਲਾਂ ਰਹਿ ਕੇ ਆਈ ਸੀ, ਅਤੇ ਮੇਰੀ ਮੰਮੀ ਨੇ ਸਾਨੂੰ ਬੜਾ ਕੱਪੜੇ ਸੀਣਾ, ਬਚਪਨ ਤੋਂ ਉਹਨੂੰ ਲੱਗਦਾ ਸੀਗਾ ਕਿ ਕੁੜੀਆਂ ਨੂੰ ਸਭ ਕੁਛ ਆਉਣਾ ਚਾਹੀਦਾ, ਅਤੇ ਮੈਂ ਪੂਰੀ ਰਾਤ ਬਹਿ ਕੇ ਗ੍ਰੀਨ ਕਲਰ ਦਾ ਬੋਟਲ, ਗ੍ਰੀਨ ਕਲਰ ਦਾ ਸੂਟ ਸੀਗਾ, ਅਤੇ ਮੈਂ ਸੀਤਾ, ਅਗਲੇ ਦਿਨ ਮੈਂ ਉਹੀ ਪਾ ਕੇ ਗਈ। ਅਤੇ
ਮੈਨੂੰ ਤਿਆਰ ਹੋਣਾ, ਕਿਉਂਕਿ ਸਾਡੇ ਉਦੋਂ ਮੇਕਅਪ ਵਗੈਰਾ ਸਾਡੇ ਘਰ ਦੇ ਕਰਨ ਹੀ ਨਹੀਂ ਦਿੰਦੇ ਸੀਗੇ, ਅਤੇ ਇੱਕ ਮੇਰੀ ਸਹੇਲੀ ਸੀ, ਉਹਨੇ ਮੈਨੂੰ ਮਾੜਾ ਮੋਟਾ ਮੇਕਅਪ ਕਰਤਾ। ਸਾਨੂੰ ਇਹ ਨਹੀਂ ਸੀ ਪਤਾ ਕਿ ਉੱਥੇ ਜਾ ਕੇ ਮੇਕਅਪ ਕਰਦੇ ਨੇ, ਅਸੀਂ ਸੋਚਿਆ ਘਰੋਂ ਹੀ ਤਿਆਰ ਹੋ ਕੇ ਜਾਂਦੇ ਹਾਂ, ਕਿਉਂਕਿ ਜਿੱਦਾਂ ਤੁਸੀਂ ਟੀਵੀ 'ਚ ਦੇਖਿਆ ਹੁੰਦਾ ਲੋਕਾਂ ਨੂੰ। ਅਸੀਂ ਪਹੁੰਚ ਗਏ ਉੱਥੇ ਸਵੇਰੇ 10-11 ਵਜੇ, ਸ਼ੂਟਿੰਗ ਰਾਤੀਂ ਸ਼ਾਮੀ 4 ਵਜੇ ਸ਼ੁਰੂ ਹੋਈ, ਪਰ ਮੈਨੂੰ ਉਹਨਾਂ ਨੇ ਉਹ ਦੇ ਦਿੱਤਾ ਵੀ ਇਹ ਆਰਟਿਸਟਾਂ ਬਾਰੇ ਬੋਲਣਾ। ਮੈਂ 10-15 ਮਿੰਟ 'ਚ ਬੋਲਤਾ, ਸਾਰਿਆਂ ਨੇ ਬੜੀਆਂ ਤਾਲੀਆਂ ਵਜਾਈਆਂ, ਔਰ ਸਾਰੇ ਲੋਕ ਉੱਥੇ ਉੱਪਰ ਕੰਟਰੋਲ ਰੂਮ 'ਚ ਮੈਨੂੰ ਵੇਖਣ ਆਏ ਸੀਗੇ ਕਿ ਇੱਕ ਕੁੜੀ ਯੂਨੀਵਰਸਿਟੀ ਤੋਂ ਆਈ ਹੈ, ਡਾਕਟਰ ਜਵਾਲ ਹੁਣੀ ਲੈ ਕੇ ਆਏ ਨੇ, ਪਰ ਸਭ ਨੇ ਬੜੀਆਂ ਤਾੜੀਆਂ ਮਾਰੀਆਂ। ਪਰ ਉਹ ਇੱਕ ਪਹਿਲਾ ਪ੍ਰੋਗਰਾਮ ਸੀ, ਉਸ ਤੋਂ ਬਾਅਦ ਫਿਰ ਮੈਨੂੰ ਮੁੜ ਕੇ ਵੇਖਣ ਦੀ ਲੋੜ ਨਹੀਂ ਪਈ। ਮੈਂ ਤਾਂ ਵੈਸੇ ਸ਼ੌਕ ਨੂੰ ਹੀ ਕੀਤਾ ਸੀਗਾ ਕਿ ਜਿਸ ਤਰ੍ਹਾਂ ਦਿਲ ਤੁਹਾਡਾ ਕਰਦਾ, ਪਰ ਉਸ ਤੋਂ ਬਾਅਦ ਉਹ ਸ਼ੌਕ ਜਿਹੜਾ ਸੀ ਉਹ ਮੇਰਾ ਪ੍ਰੋਫੈਸ਼ਨ ਬਣ ਜਾਏਗਾ ਜਾਂ ਲੋਕ ਮੈਨੂੰ ਇੰਨੀ ਮੁਹੱਬਤ ਦੇਣਗੇ, ਮੈਂ ਕਦੀ ਸੋਚਿਆ ਨਹੀਂ ਸੀਗਾ। ਪਰ ਤੁਸੀਂ ਇਸ ਗੱਲ ਤੋਂ ਕਿਉਂ ਘਬਰਾਉਂਦੇ ਹੁੰਦੇ ਸੀਗੇ ਕਿ ਤੁਹਾਡੇ ਘਰ ਵਾਲੇ ਤੁਹਾਨੂੰ ਟੀਵੀ 'ਤੇ ਨਾ ਦੇਖਣ? ਕਈ ਵਾਰ ਤੁਸੀਂ ਐਂਟੀਨਾ ਵੀ ਘੁਮਾਇਆ। ਮੈਨੂੰ ਬੜੀ ਸ਼ਰਮ ਆਉਂਦੀ ਸੀ, ਮੈਨੂੰ ਲੱਗਦਾ ਸੀਗਾ ਕਿ ਇਹ ਮੇਰਾ ਮਜ਼ਾਕ ਉਡਾਣਗੇ, ਨਾਲੇ ਮੈਂ ਕੀ ਚੰਗਾ ਕਰਦੀ। ਮਤਲਬ ਮੈਨੂੰ ਇੱਦਾਂ ਲੱਗਦਾ ਨਹੀਂ ਸੀਗਾ ਕਿ ਮੇਰੀ ਉਹ ਅਚੀਵਮੈਂਟ ਹੈ, ਕਿਉਂਕਿ ਇੱਕ ਤੁਸੀਂ ਬੱਚੇ ਹੁੰਦੇ ਹੋ, ਮਤਲਬ +1 +2 'ਚ ਤੁਹਾਨੂੰ ਅਕਲ ਹੀ ਨਹੀਂ ਹੁੰਦੀ। ਇੱਕ ਛੋਟੇ ਜਿਹੇ ਸ਼ਹਿਰ ਤੋਂ ਉੱਠ ਕੇ ਤੁਹਾਡੀ ਆਪਣੀ ਦੁਨੀਆ ਹੈ, ਤੁਸੀਂ ਆਪਣੇ ਆਪ ਨੂੰ ਆਪਣੇ ਤਰੀਕੇ ਨਾਲ ਪ੍ਰਜੈਂਟ ਕਰਦੇ ਹੋ, ਅਤੇ ਮੈਨੂੰ ਲੱਗਦਾ ਸੀਗਾ ਕਿ ਇਹ ਦੇਖ ਕੇ ਮੈਨੂੰ ਕੀ ਸੋਚਣਗੇ ਕਿ ਮੈਂ ਕੀ ਕਰੀ ਜਾਂਦੀ ਪਈ ਹਾਂ ਸਟੇਜ ਦੇ ਉੱਤੇ, ਕਿਉਂਕਿ ਮੇਰੀ ਪ੍ਰੋਗਰਾਮਿੰਗ ਨਹੀਂ ਸੀ ਨਾ, ਮੇਰੇ ਕਲਚਰ 'ਚ ਮੈਂ ਦੇਖਿਆ ਨਹੀਂ ਸੀਗਾ ਆਪਣੇ ਪਰਿਵਾਰ 'ਚੋਂ ਕਿਸੇ ਕੁੜੀ ਨੂੰ, ਅਤੇ ਮੈਨੂੰ ਸ਼ਰਮ ਆਉਂਦੀ ਸੀਗੀ ਕਿ ਮੇਰੇ ਰਿਸ਼ਤੇਦਾਰ ਜਦੋਂ ਮੈਨੂੰ ਦੇਖਣਗੇ ਟੀਵੀ 'ਤੇ, ਅਤੇ ਪਤਾ ਨਹੀਂ ਕੀ ਸੋਚਣਗੇ ਕਿ ਮੈਂ ਕੀ ਬੋਲਦੀ ਪਈ, ਇਹਨਾਂ ਨੂੰ ਸਮਝ ਆਏਗਾ ਮੇਰਾ ਮਜ਼ਾਕ ਨਾ ਬਣਾਉਣ। ਇਸ ਕਰਕੇ ਮੈਂ ਜਦੋਂ ਪ੍ਰੋਗਰਾਮ ਆਉਂਦਾ ਸੀ ਮੈਂ ਐਂਟੀਨਾ ਘੁਮਾ ਦਿੰਦੀ ਸੀ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਪ੍ਰੋਗਰਾਮ ਕਰਦੀ ਹਾਂ। ਪਹਿਲੀ ਦਫ਼ਾ ਤੁਹਾਨੂੰ ਕਦੋਂ ਲੱਗਿਆ ਕਿ ਤੁਹਾਡੀ ਇੱਕ ਆਪਣੀ ਆਈਡੈਂਟੀ ਬਣ ਚੁੱਕੀ ਆ, ਲੋਕ ਤੁਹਾਨੂੰ ਪਛਾਣਦੇ ਨੇਗੇ? ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਹੋਵੇ ਜਾਂ ਕੋਈ ਪਰਸਨਲੀ ਕੋਈ ਆ ਕੇ ਤੁਹਾਨੂੰ ਮਿਲਿਆ ਹੋਵੇ ਜਿਹਨੇ ਤੁਹਾਨੂੰ ਟੀ ਵੀ 'ਤੇ ਦੇਖਿਆ ਹੋਵੇ? ਐਕਚੁਲੀ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਲਿਸ਼ਕਾਰੇ ਤੋਂ ਬਾਅਦ, ਅਜੀਤ ਸੱਭਿਆਚਾਰਕ ਮੇਲਾ, ਉਹ ਪੰਜਾਬ ਦੀ ਪਹਿਲੀ ਸਟਾਰ ਨਾਈਟ ਸੀ, ਅਜੀਤ ਗਰੁੱਪ ਆਫ ਪਬਲੀਕੇਸ਼ਨ ਵੱਲੋਂ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ ਉਹਨਾਂ ਦੀ ਰਹਿਨੁਮਾਈ 'ਚ ਕਰਾਈ ਸੀ, ਡੋਲੀ ਦੀਦੀ ਹੋਣੀ ਸਭ ਉਦੋਂ। ਅਤੇ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਸੇ ਹੋਰ ਆਰਟਿਸਟ ਨੂੰ ਬੁਕਿੰਗ ਵਾਸਤੇ ਭੇਜਿਆ, ਅਤੇ ਉਹਨਾਂ ਨੇ ਮਨਾ ਕਰ ਦਿੱਤਾ ਜਾਂ ਉਹਨਾਂ ਦੀ ਪੈਸਿਆਂ ਦੀ। ਅਤੇ ਡਾਕਟਰ ਸਾਹਿਬ ਕਹਿੰਦੇ ਮੈਂ ਇੱਕ ਕੁੜੀ ਦੇਖੀ ਹੈ ਦੂਰਦਰਸ਼ਨ 'ਤੇ, ਉਹਨਾਂ ਨੇ ਜੋਲ ਸਾਹਿਬ ਨੂੰ ਫੋਨ ਕੀਤਾ ਕਿ ਇੱਕ ਕੁੜੀ ਦੇਖੀ ਹੈ ਮੈਂ ਟੀਵੀ ਦੇ ਉੱਤੇ, ਉਸ ਕੁੜੀ ਨੂੰ ਬੁਲਾਓ। ਮੈਨੂੰ ਬੁਲਾਇਆ ਗਿਆ ਅਤੇ ਮੈਨੂੰ ਕਹਿੰਦੇ ਬੋਲ ਕੇ ਦੱਸ, ਮੈਂ ਬੋਲ ਕੇ ਦੱਸ ਦਿੱਤਾ ਕਿਉਂਕਿ ਮੈਨੂੰ ਸ਼ੌਕ ਹੀ ਬੜਾ ਸੀਗਾ ਬੋਲਣ ਦਾ। ਉਸ ਤੋਂ ਬਾਅਦ ਉਹ ਪ੍ਰੋਗਰਾਮ ਜਿਹੜਾ ਸੀਗਾ ਉਹ ਵਰਲਡਵਾਈਡ ਉਹਦੀਆਂ ਸੀਡੀਜ਼ ਬਣੀਆਂ, ਔਰ ਸਟੇਡੀਅਮ 'ਚ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਮੈਂ ਇੰਨਾ ਵੱਡਾ ਪ੍ਰੋਗਰਾਮ ਪਹਿਲਾਂ ਕਦੀ ਨਹੀਂ ਸੀ ਕੀਤਾ। ਉਸ ਪ੍ਰੋਗਰਾਮ 'ਚ ਮੰਗਲ ਢਿੱਲੋਂ ਨਹੀਂ, ਬੜੇ ਮਜ਼ੇ ਹੋਏ ਆਰਟਿਸਟ ਸੀਗੇ, ਉਹਨਾਂ ਦੀ ਵੋਕਲ, ਉਹਨਾਂ ਦਾ ਹਰ ਸਟਾਈਲ ਬੜਾ ਅੱਛਾ ਸੀ, ਔਰ ਸਾਰੇ ਆਰਟਿਸਟ ਸੀ। ਮੈਂ ਪਹਿਲੀ ਵਾਰੀ ਉੱਥੇ ਗੁਰਦਾਸ ਮਾਨ ਜੀ, ਮਲਕੀਤ ਸਿੰਘ, ਪ੍ਰੀਤੀ ਸਪਰੂ ਹੋਣੀ, ਸਭ ਮੈਂ ਪਹਿਲੀ ਵਾਰੀ ਵੇਖੇ ਇੰਨੇ ਵੱਡੇ ਵੱਡੇ ਆਰਟਿਸਟ। ਮੈਨੂੰ ਲੱਗੇ ਕਿ ਮੈਂ ਕਿਸੇ ਹੋਰ ਹੀ ਦੁਨੀਆ 'ਚ ਆ ਗਈ ਹਾਂ। ਅਤੇ ਉਸ ਪ੍ਰੋਗਰਾਮ ਤੋਂ ਬਾਅਦ ਅਗਲੇ ਮਹੀਨੇ ਮੈਂ ਅਮੈਰੀਕਾ ਚਲੀ ਗਈ ਸੀ। ਉਸ ਪ੍ਰੋਗਰਾਮ ਦੀਆਂ ਸੀਡੀਆਂ ਇੰਨੀਆਂ ਜ਼ਿਆਦਾ ਪਾਪੂਲਰ ਹੋਈਆਂ ਸੀ, ਉਸ ਪ੍ਰੋਗਰਾਮ ਨੇ ਮੈਨੂੰ ਸਟਾਰ ਬਣਾ ਦਿੱਤਾ ਸੀ। ਓਵਰਨਾਈਟ ਅਗਲੇ ਦਿਨ ਮੈਂ ਮਤਲਬ ਸਟਾਰ ਸੀਗੀ, ਸਟਾਰ ਇਨ ਦਾ ਸੈਂਸ ਕਿ ਲੋਕਾਂ ਨੇ ਮੈਨੂੰ ਇੰਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਮੈਨੂੰ ਇਉਂ ਲੱਗਾ ਕਿ ਕੀ ਹੋ ਗਿਆ, ਉਹ ਇੱਕ ਜਿਹੜੀ ਰਾਤ ਦਾ ਪ੍ਰੋਗਰਾਮ ਸੀ ਉਹਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ। ਪ੍ਰੀਤੀ ਸਪਰੂ ਅਤੇ ਗੁਰਦਾਸ ਮਾਨ ਸਾਹਿਬ ਹੋਰਾਂ ਦਾ ਹੁਣੇ ਤੁਸੀਂ ਜ਼ਿਕਰ ਕੀਤਾ ਹੈ, ਸਤਿੰਦਰ ਕੌਰ ਤੋਂ ਸਤਿੰਦਰ ਸੱਤੀ ਦੀ ਕਹਾਣੀ ਦੇ ਪਿੱਛੇ ਵੀ ਦੋ ਇਨਸਾਨ ਜੁੜੇ ਹੋਏ ਨੇ। ਹਾਂਜੀ, ਸਤਿੰਦਰ ਬੜਾ ਔਖਾ ਲੱਗਦਾ, ਪ੍ਰੀਤੀ ਦੀਦੀ ਨਾਲ ਮੇਰਾ ਮਾਵਾਂ ਵਰਗਾ ਵੀ ਸੰਬੰਧ ਹੈ ਅਤੇ ਭੈਣਾਂ ਵਰਗਾ ਵੀ ਹੈ। ਉਸ ਪਹਿਲੀ ਸਟੇਜ ਦੇ ਉੱਤੇ ਦੀਦੀ ਮੈਨੂੰ ਮਿਲੇ ਸੀ ਅਤੇ ਅੱਜ ਤੱਕ ਵੀ ਮਤਲਬ ਉਹ ਮੇਰੇ ਮੈਂਟਰ ਵੀ ਨੇ ਅਤੇ ਮੇਰੇ ਨਾਲ ਬੇਹੱਦ ਮੁਹੱਬਤ ਹੈ। ਮਤਲਬ ਇੰਨੀ ਅੱਛੀ ਇਨਸਾਨ ਮੈਂ ਆਪਣੀ ਲਾਈਫ 'ਚ ਨਹੀਂ ਦੇਖੀ, ਇੰਨੇ ਸੱਚੇ ਸੁੱਚੇ ਉਹਨਾਂ ਦੀ ਰੂਹ ਹੈ। ਅਤੇ ਮੈਂ ਬੋਂਬੇ, ਉਹਨਾਂ ਨੇ ਮੈਨੂੰ ਉਸੇ ਪ੍ਰੋਗਰਾਮ ਤੋਂ ਬੋਂਬੇ ਇੱਕ ਸੀਰੀਅਲ ਦੇ ਲਈ ਸਾਈਨ ਕਰ ਲਿਆ, ਮੈਂ ਅਤੇ ਮੇਰੇ ਫਾਦਰ ਸਾਹਿਬ ਚਲੇ ਗਏ ਉੱਥੇ। ਅਤੇ ਦੀਦੀ ਮੈਨੂੰ ਅਗਲੇ ਦਿਨ ਇੱਕ ਦੋ ਦਿਨਾਂ ਬਾਅਦ ਗੁਰਦਾਸ ਭਾਈ ਦੇ ਘਰ ਲੈ ਗਏ ਕਿ ਸਤਿੰਦਰ ਹੈ। ਅਤੇ ਮਾਨ ਸਾਹਿਬ ਕਹਿੰਦੇ ਕਿ ਇਹ ਤਾਂ ਮਤਲਬ ਸਤਿੰਦਰ ਕੀ ਹੋਇਆ, ਇਹ ਤਾਂ ਸੱਤੀ ਹੋਈ। ਫਿਰ ਉਹਨਾਂ ਨੇ ਫਿਰ ਸਾਂਝਾ ਜਿਹਾ ਮੇਰਾ ਪ੍ਰੀਤੀ ਦੀਦੀ ਨੇ ਅਤੇ ਮਾਨ ਸਾਹਿਬ ਨੇ ਸਤਿੰਦਰ ਤੋਂ ਫਿਰ ਸੱਤੀ ਬਣਾ ਦਿੱਤਾ। ਸੋ ਇਹ ਸਫ਼ਰ ਸੀ। ਉਸ ਦਿਨ ਤੋਂ ਬਾਅਦ ਫਿਰ ਮੈਨੂੰ ਸਾਰੇ ਸੱਤੀ ਕਹਿਣ ਲੱਗ ਪਏ, ਅਜੇ ਕਿ ਮੈਨੂੰ ਉਹ ਪਸੰਦ ਨਹੀਂ ਸੀ ਪਹਿਲਾਂ ਆਪਣਾ ਨਾਮ, ਪਰ ਉਹ ਮਕਬੂਲ ਹੀ ਇੰਨਾ। ਮਾਨ ਸਾਹਿਬ ਦੀ ਵੀ ਇੰਨੀ ਬਰਕਤ ਸੀਗੀ ਉਸ ਨਾਮ ਦੇ ਵਿੱਚ, ਪ੍ਰੀਤੀ ਦੀਦੀ ਦੀ ਵੀ ਬੜੀ ਮੁਹੱਬਤ ਸੀਗੀ, ਉਸ ਨਾਮ ਮੈਨੂੰ ਮੇਚ ਆ ਗਿਆ। ਤੁਸੀਂ ਕਲਾਕਾਰੀ ਦੇ ਖੇਤਰ ਦੇ ਵਿੱਚ ਹਰ ਤਰ੍ਹਾਂ ਦੀ ਵੰਨਗੀ ਦਾ ਲੁਤਫ ਲਿਆ, ਤੁਸੀਂ ਸਟੇਜਾਂ ਵੀ ਹੋਸਟ ਕੀਤੀਆਂ, ਹਾਲਾਂਕਿ ਜਦੋਂ ਹੁਣ ਅਸੀਂ ਦੇਖਦੇ ਹਾਂ ਤਾਂ ਤੁਹਾਡੇ ਤੋਂ ਬਾਅਦ ਅਗਰ ਅਸੀਂ ਦੇਖਣਾ ਚਾਹੀਏ ਤਾਂ ਪੰਜਾਬ ਦੇ ਵਿੱਚ ਸਟੇਜ ਐਂਕਰਿੰਗ ਦੇ ਵਿੱਚ
ਤੁਹਾਡੇ ਤੋਂ ਬਾਅਦ ਹਲੇ ਤੱਕ ਕੋਈ ਇੱਦਾਂ ਦਾ ਨਾਮ ਨਹੀਂ ਉੱਭਰਿਆ ਜਿਹਨੂੰ ਆਪਾਂ ਕਹੀਏ ਕਿ ਇੰਨੀ ਭੀੜ ਨੂੰ ਸਾਂਭ ਸਕੇ ਜਾਂ ਸਟੇਜ ਹੋਸਟ ਕਰ ਸਕੇ ਜਾਂ ਸੱਤੀ ਉਹਨਾਂ ਤੋਂ ਬਾਅਦ ਉਹਨਾਂ ਦਾ ਪੰਜਾਬ 'ਚ ਜ਼ਿਕਰ ਆਏਗਾ। ਤੁਸੀਂ ਕਿਤਾਬ ਵੀ ਲਿਖੀ, ਉਸ ਤੋਂ ਬਾਅਦ ਤੁਸੀਂ ਗਾਇਕੀ ਦਾ ਸਫ਼ਰ ਵੀ ਤੁਹਾਡਾ ਚੱਲ ਰਿਹਾ, ਅਦਾਕਾਰੀ ਦਾ ਸਫ਼ਰ ਵੀ ਤੁਹਾਡਾ ਚੱਲ ਰਿਹਾ, 20 ਸਾਲ ਲੰਮਾ ਤਕਰੀਬਨ ਸਮਾਂ ਜਿਹੜਾ ਇਹ ਰਿਹਾ। ਇੱਕ ਕੁੜੀ ਦੇ ਲਈ ਇੰਨਾ ਲੰਬਾ ਸਫ਼ਰ ਤੈਅ ਕਰਕੇ ਆਉਣਾ ਬੜਾ ਔਖਾ ਹੋ ਜਾਂਦਾ, ਅਤੇ ਤੁਸੀਂ ਸ਼ੋਹਰਤ ਦਾ ਮੁਕਾਮ ਦੇਖਿਆ ਹੈ ਨਾ, ਅਤੇ ਜਦੋਂ ਇੱਕ ਕੁੜੀ ਇੰਨੀ ਜ਼ਿਆਦਾ ਸਫਲਤਾ 'ਤੇ ਹੁੰਦੀ ਹੈ ਤਾਂ ਕਹਿ ਦਿੰਦੇ ਨੇ ਕਿ ਦੇਅਰ ਮਸ ਹੈ ਨਾ ਕਿ ਕੁਛ ਨਾ ਕੁਛ ਤਾਂ ਗੜਬੜ ਜ਼ਰੂਰ ਹੋਣੀ ਹੈ, ਕੁੜੀ ਇੰਨੀ ਦੂਰ 'ਤੇ ਆ ਨਹੀਂ ਸਕਦੀ ਹੈਗੀ, ਹੈ ਨਾ। ਅਤੇ ਕੁਛ ਇੱਦਾਂ ਦੀਆਂ ਚੀਜ਼ਾਂ ਵੀ ਸੁਣਨ ਨੂੰ ਮਿਲੀਆਂ ਤੁਹਾਨੂੰ, ਜਾਂ ਫਿਰ ਕਿਵੇਂ ਤੁਸੀਂ ਹੁਣ ਤੱਕ ਕੰਟੀਨਿਊ ਰੱਖ ਪਾਏ ਇਹਨਾਂ ਸਾਰੀਆਂ ਚੀਜ਼ਾਂ ਨੂੰ? ਇੱਕ ਤਾਂ ਮੇਰੀ ਦੁਨੀਆ ਲੋਕਾਂ ਨਾਲੋਂ ਬੜੀ ਕੱਟੀ ਹੋਈ ਸੀ, ਮਤਲਬ ਜਦੋਂ ਮੈਂ ਕਦੀ ਕਿਸੇ ਨਾਲ ਗੱਲ ਕਰਾਂ ਤਾਂ ਲੋਕਾਂ ਨੂੰ ਝੂਠ ਲੱਗਦਾ, ਪਰ ਇਹ ਬਿਲਕੁਲ ਸੱਚ ਹੈ ਕਿ ਮੇਰਾ ਬਹੁਤ ਜ਼ਿਆਦਾ ਬਾਹਰਲੀ ਦੁਨੀਆ ਨਾਲ ਰਾਬਤਾ ਨਹੀਂ ਸੀ। ਇੱਕ ਤਾਂ ਮੇਰੀ ਕਾਮਯਾਬੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਤਲਬ ਜਿਸ ਸ਼ਖਸ ਨੇ ਰੋਲ ਪਲੇ ਕੀਤਾ ਉਹ ਮੇਰਾ ਭਰਾ ਸੀ, ਕਿ ਮੇਰਾ ਬ੍ਰਦਰ ਅਤੇ ਮੈਂ ਦੋਨੋਂ ਹੀ ਯੰਗ ਸੀਗਾ, ਮੇਰੇ ਤੋਂ 5-6 ਸਾਲ ਛੋਟਾ ਸੀਗਾ, ਅਤੇ ਉਹਨੇ ਜਦੋਂ ਗ੍ਰੈਜੂਏਸ਼ਨ ਕਰ ਲਈ ਅਤੇ ਉਹ ਮੇਰੇ ਨਾਲ ਹੀ ਕੰਮ ਕਰਨ ਲੱਗ ਪਿਆ, ਅਤੇ ਅਸੀਂ ਦੋਨੋਂ ਭੈਣ ਭਰਾ ਪ੍ਰੋਗਰਾਮਾਂ 'ਤੇ ਜਾਂਦੇ ਸੀ, ਉਹੀ ਮੈਨੇਜ ਕਰਦਾ ਸੀ, ਮੈਂ ਨਾ ਕਦੀ ਫੋਨ ਰੱਖਿਆ ਸੀ ਨਾ ਮੇਰਾ ਬਹੁਤਾ ਰਾਬਤਾ ਸੀ। ਉਹਦਾ ਸਾਰਾ ਉਹਦੀ PR ਬੜੀ ਅੱਛੀ ਸੀ, ਉਹ ਬੜਾ ਖਲੂਸ ਵਾਲਾ ਸੀਗਾ ਅਤੇ ਉਹਦਾ ਸਾਰਿਆਂ ਨਾਲ ਬੜਾ ਪਿਆਰ ਸੀ। 12-13 ਸਾਲ ਅਤੇ 14 ਸਾਲ ਉਹੀ ਰਿਹਾ ਮੇਰੇ ਨਾਲ, ਅਤੇ ਮੈਨੂੰ ਬਾਹਰਲੀ ਦੁਨੀਆ ਦਾ ਪਤਾ ਹੀ ਨਹੀਂ ਸੀਗਾ ਕਿ ਲੋਕ, ਕਿਉਂਕਿ ਮੈਂ ਸਟੇਜਾਂ 'ਤੇ ਜਾਣ ਲੱਗਿਆ ਕਿਸੇ ਨੂੰ ਮਿਲਦੀ ਸੀ, ਸਟੇਜ ਤੋਂ ਆ ਕੇ ਅਸੀਂ ਆਪਣੇ ਘਰ ਆ ਜਾਂਦੇ ਸੀ ਬਟਾਲੇ, ਉਸ ਵਕਤ ਅਸੀਂ ਆਪਣੇ ਘਰ 'ਚ ਹੀ, ਸਾਡੇ ਬੜੀ ਰੌਣਕ ਹੈ, ਮੇਰੇ ਮੰਮੀ ਬੜੇ ਰੌਣਕੀ ਨੇ, ਮੇਰੇ ਫਾਦਰ ਸਾਹਿਬ, ਸਾਡੇ ਆਪਣੇ ਘਰ ਦਾ ਇੱਕ ਬੜਾ ਅੱਛਾ ਮਾਹੌਲ ਹੈ ਜਿੱਥੇ ਸਾਨੂੰ ਬਾਹਰ ਕਿਸੇ ਦੀ ਲੋੜ ਹੀ ਨਹੀਂ ਪਈ। ਮੇਰੇ ਮੇਕਅਪ ਆਰਟਿਸਟ ਬਹੁਤ ਅੱਛੇ ਨੇ, ਉਹ ਸਾਡੇ ਨਾਲ ਜੁੜੇ 12-13 ਸਾਲ ਤੋਂ, ਉਹਨਾਂ ਦੀ ਆਪਣੀ ਬੜੀ ਰੌਣਕ ਹੈ, ਅਤੇ ਮੈਨੂੰ ਬਾਹਰ ਕਿਧਰੇ ਇੰਟਰੈਕਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ। ਮੈਨੂੰ ਜ਼ਿੰਦਗੀ ਦਾ ਅਸਲ 'ਚ ਉਦੋਂ ਪਤਾ ਲੱਗਾ ਜਦੋਂ ਮੇਰੇ ਬ੍ਰਦਰ US ਸ਼ਿਫਟ ਹੋਏ ਅਤੇ ਮੈਨੂੰ ਚੀਜ਼ਾਂ ਆਪ ਕਰਨੀਆਂ ਪਈਆਂ, ਅਤੇ ਮੈਨੂੰ ਇਹ ਲੱਗਾ ਕਿ ਮਤਲਬ ਮੈਨੂੰ ਇਸ ਦੁਨੀਆ ਦੇ ਵਿੱਚ ਐਜ਼ ਅ ਇੰਡੀਵਿਜੁਅਲ ਰਹਿਣਾ ਬਹੁਤ ਹੀ ਔਖਾ ਸੀ। ਉਹ 2-3 ਸਾਲ ਮੇਰੇ ਲਈ ਬਹੁਤ ਔਖੇ ਸੀ, ਮੈਂ ਬਹੁਤ ਘੱਟ ਕੰਮ ਕੀਤਾ, ਕਿਉਂਕਿ ਮੈਨੂੰ ਸਮਝ ਹੀ ਨਹੀਂ ਸੀ ਆਉਂਦੀ, ਮੈਨੂੰ ਮੈਂ ਲੋਕਾਂ ਨਾਲ ਕਦੀ ਗੱਲ ਹੀ ਨਹੀਂ ਸੀ ਕੀਤਾ, ਮੈਨੂੰ ਕੋਈ ਬੁਰਾ ਹੀ ਨਹੀਂ ਸੀ ਲੱਗਦਾ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀਗਾ ਚੰਗਾ ਕੌਣ ਹੈ ਮਾੜਾ। ਮੈਨੂੰ ਸਾਡੇ ਘਰ 'ਚ ਇਹ ਸਿਖਾਇਆ ਗਿਆ ਸੀ, ਮੇਰੇ ਖਿਆਲ ਸਭ ਦੇ ਘਰਾਂ 'ਚ, ਕਿ ਜਿਹੜਾ ਆਇਆ ਉਸਨੂੰ ਚਾਹ ਜ਼ਰੂਰ ਪਿਆਉਣੀ ਹੈ, ਪਰ ਮੈਨੂੰ ਹੁਣ ਮਹਿਸੂਸ ਹੁੰਦਾ ਕਿ ਸਭ ਲੋਕ ਚੰਗੇ ਨਹੀਂ ਹੁੰਦੇ, ਪਰ ਇਹ ਮੈਨੂੰ ਇਸ ਇੰਡਸਟਰੀ ਨੇ ਸਿਖਾਇਆ, ਮੈਨੂੰ ਇੰਨਾ 5 ਸਾਲਾਂ ਨੇ ਸਿਖਾਇਆ। ਉਸ ਤੋਂ ਪਹਿਲਾਂ ਮੈਨੂੰ ਸਾਰੀ ਦੁਨੀਆ ਬੜੀ, ਮੈਨੂੰ ਤਾਂ ਕੋਈ ਵੀ ਫੋਨ ਕਰ ਲੈਂਦਾ ਸੀ, ਮੈਂ ਕਹਿੰਦੀ ਸੀ ਇਹਨੂੰ ਜ਼ਰੂਰ ਮਿਲਣਾ, ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਲੋਕ ਚੰਗੇ ਨੇ ਜਾਂ ਮਾੜੇ ਨੇ। ਮੈਨੂੰ ਬਹੁਤ ਬਾਅਦ 'ਚ ਪਤਾ ਲੱਗਣਾ ਸ਼ੁਰੂ ਹੋਇਆ ਕਿ ਲੋਕ ਕੁੜੀਆਂ ਨੂੰ ਕੁੜੀਆਂ ਵਾਂਗੂ ਲੈਂਦੇ ਨੇ, ਉਹਨੂੰ ਆਰਟਿਸਟ ਵਾਂਗੂ ਨਹੀਂ ਲੈਂਦੇ। ਕੁਛ ਚੰਗੇ ਲੋਕ ਮੇਰੀ ਜ਼ਿੰਦਗੀ 'ਚ ਆਏ ਜਿਨ੍ਹਾਂ ਨੇ ਮੈਨੂੰ ਮੈਂਟਰ ਕੀਤਾ, ਜਿਨ੍ਹਾਂ ਨੇ ਮੈਨੂੰ ਚੰਗੇ ਮਾੜੇ ਦੀ ਸਮਝ ਦਿੱਤੀ, ਅਤੇ ਮੈਨੂੰ ਥੋੜ੍ਹਾ ਜਿਹਾ ਪਤਾ ਲੱਗਣਾ ਸ਼ੁਰੂ ਹੋਇਆ। ਪਰ ਮੇਰੇ ਲਈ ਇੰਟਰੈਕਟ ਕਰਨਾ ਅੱਜ ਵੀ ਬਹੁਤ ਔਖਾ ਹੈ। ਫਿਰ ਪਰਮਾਤਮਾ ਨੇ ਮੇਰੇ ਨਾਲ ਸੰਦੀਪ ਕੰਮ ਕਰਦੀ ਹੈ, ਅਤੇ ਮਤਲਬ ਪਿਛਲੇ 3-4 ਸਾਲ ਤੋਂ ਮੇਰਾ ਉਹੀ ਮੇਰੇ ਬ੍ਰਦਰ ਵਾਲਾ ਕੰਮ ਉਹ ਕਰਨ ਲੱਗ ਪਈ, ਅਤੇ ਫਿਰ ਮੇਰੀ ਇੰਟਰੈਕਸ਼ਨ ਬਹੁਤ ਘੱਟ ਗਈ ਹੈ। ਮੈਨੂੰ ਉਹੀ ਲੋਕ ਚੰਗੇ ਲੱਗਦੇ ਨੇ ਜਿਹੜੇ ਮੇਰੇ ਆਪਣੇ ਨੇ ਆਲੇ ਦੁਆਲੇ। ਮੈਂ ਸੱਚ ਦੱਸਾਂ ਕਿ ਪਰਮਾਤਮਾ, ਅਗਰ ਮੈਂ ਸੋਚਾਂ ਕਿ ਮੈਂ ਬਹੁਤ ਅੱਛੀ ਕੁਕਿੰਗ ਕਰਦੀ ਹਾਂ, ਮੈਂ ਟਰਾਈ ਵੀ ਕੀਤੀ ਕਈ ਵਾਰੀ, ਪਰ ਮੈਨੂੰ ਰੱਬ ਨੇ ਉਸ ਕੰਮ ਲਈ ਨਹੀਂ ਬਣਾਇਆ। ਮੈਂ ਕੱਪੜੇ ਬਹੁਤ ਅੱਛੇ, ਕਈ ਵਾਰ ਮੇਰੀ ਸਾਡੀਆਂ ਕੁੜੀਆਂ ਹੁੰਦੀਆਂ ਸੀ ਨਾਲ ਦੀਆਂ, ਮੈਂ ਬੜੀ ਕੋਸ਼ਿਸ਼ ਕਰਨੀ ਕਿ ਮੈਂ ਵਧੀਆ ਕੱਪੜੇ ਸੀਲਾਂ, ਮੈਂ ਬੜੀ ਟਰਾਈ ਕਰਨੀ, ਮੈਂ ਸੀ ਲੈਂਦੀ ਸੀਗੀ, ਪਰ ਮੈਂ ਕਦੀ ਵੀ ਉਹਦੇ 'ਚ ਬਿਹਤਰ ਨਹੀਂ ਹੋ ਸਕੀ, ਕਿਉਂਕਿ ਪਰਮਾਤਮਾ ਨੇ ਮੈਨੂੰ ਚੁਣਿਆ ਨਹੀਂ। ਮੈਨੂੰ ਇਸ ਚੀਜ਼ ਦਾ ਬੜੀ ਚੰਗੀ ਤਰ੍ਹਾਂ ਇਲਮ ਹੈ ਕਿ ਪਰਮਾਤਮਾ ਤੁਹਾਨੂੰ ਚੁਣਦਾ ਹੈ ਕੰਮਾਂ ਦੇ ਲਈ, ਔਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਉਸਨੇ ਮੈਨੂੰ ਇੱਕ ਕੰਮ ਦੇ ਲਈ ਇਸ ਧਰਤੀ 'ਤੇ ਭੇਜਿਆ। ਉਸਨੇ ਮੇਰੀ ਜ਼ੁਬਾਨ ਨੂੰ, ਮੇਰੇ ਮੂੰਹ ਨੂੰ ਕਿਰਾਏ 'ਤੇ ਮੈਨੂੰ ਦਿੱਤਾ ਹੈ, ਜਿਸ ਦੇ ਰਾਹੀਂ ਮੈਂ ਉਹ ਕੰਮ ਕਰ ਰਹੀ ਹਾਂ ਜਿਹੜਾ ਲੋਕਾਂ ਨੂੰ ਚੰਗਾ ਲੱਗਦਾ ਹੈ ਜਾਂ ਸਾਡੀ ਭਾਸ਼ਾ ਨੂੰ ਅਪਲਿਫਟ ਕਰ ਰਿਹਾ। ਉਹਨੇ ਮੈਨੂੰ ਚੁਣਿਆ ਇਸ ਕੰਮ ਦੇ ਲਈ, ਔਰ ਮੈਂ ਉਸੇ ਕੰਮ ਨੂੰ ਹੀ ਬਿਹਤਰ ਕਰਨਾ ਚਾਹੁੰਦੀ ਹਾਂ ਜੀ। ਮੈਮ, ਤੁਸੀਂ ਭਾਵੇਂ ਗਾਇਕੀ ਆ ਜਾਂ ਤੁਹਾਡਾ ਅਦਾਕਾਰੀ ਦਾ ਸਫ਼ਰ ਹੈ, ਇਹਦੇ 'ਤੇ ਮੈਂ ਖਾਸ ਤੌਰ 'ਤੇ ਗੱਲ ਕਰਨਾ ਚਾਹੂੰਗੀ। ਤੁਸੀਂ ਬੜਾ ਚੂਜ਼ ਕਰਕੇ ਕੰਮ ਕੀਤਾ ਵੀ ਅਗਰ ਠੀਕ ਆ, ਨਹੀਂ ਗਾਣਾ ਆਇਆ ਤਾਂ ਵੀ ਕੋਈ ਟੈਨਸ਼ਨ ਨਹੀਂ, ਅਗਰ ਆ ਗਿਆ ਤਾਂ ਉਹਦੀ ਵੀ ਬੜੀ ਖੁਸ਼ੀ ਆ। ਇੱਦਾਂ ਹੀ ਫਿਲਮਾਂ ਦਾ ਤੁਹਾਡਾ ਸਫ਼ਰ ਰਿਹਾ ਹੈ ਨਾ, ਜੀਆਂ ਤੋਂ ਜਦੋਂ ਸ਼ੁਰੂਆਤ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੁਛ ਕੁ ਚੁਣਿੰਦਾ ਫਿਲਮਾਂ ਕੀਤੀਆਂ ਨੇਗੀਆਂ, ਹੈ ਨਾ, ਇਹ ਖਾਸ ਕਿਉਂ ਤੁਸੀਂ ਵੈਸੇ
ਜ਼ਿਆਦਾ ਮੂਡੀ ਹੋ ਜਾਂ ਫਿਰ ਨਹੀਂ? ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰੀ ਬਹੁਤ ਜ਼ਿਆਦਾ ਇੰਟਰੈਕਸ਼ਨ ਨਹੀਂ ਹੈਗੀ ਲੋਕਾਂ ਨਾਲ, ਮੈਨੂੰ ਨਹੀਂ ਮਿਲਦੇ ਲੋਕ, ਨਾ ਮੈਂ ਲੋਕਾਂ ਨੂੰ ਮਿਲਦੀ ਹਾਂ। ਸਾਰੇ ਮੈਨੂੰ ਜਦੋਂ ਮਿਲਦੇ ਆ ਮੇਰਾ ਬੜਾ ਸਤਿਕਾਰ ਕਰਦੇ, ਮੈਂ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੀ ਹਾਂ। ਪਰ ਇੱਕ ਗੱਲ ਆਪਾਂ ਨੂੰ ਮੰਨਣੀ ਪਏਗੀ ਕਿ ਜੇ ਤੁਸੀਂ ਚਾਹੁੰਦੇ ਹੋ, ਤੁਸੀਂ ਪੈਸ਼ਨੇਟ ਹੋ ਕੰਮ ਐਂਕਰਿੰਗ 'ਚ, ਤਾਂ ਤੁਸੀਂ ਸਮਝੋ ਕਿ ਮੈਨੂੰ ਕੰਮ ਮਿਲਦਾ ਗਿਆ ਅਤੇ ਮੈਂ ਲੋਕਾਂ ਦੀ ਨਜ਼ਰ 'ਚ ਰਹੀ ਅਤੇ ਉਹ ਕੰਮ ਅੱਗੇ ਵੱਧਦਾ ਰਿਹਾ। ਗਾਣਾ ਅਤੇ ਫਿਲਮਾਂ ਲਈ ਤੁਹਾਨੂੰ ਮਿਲਣਾ, ਤੁਹਾਨੂੰ ਅਪਰੋਚ ਕਰਨਾ ਬੜਾ ਜ਼ਰੂਰੀ ਸੀ, ਉਹ ਮੇਰੇ 'ਚ ਨਹੀਂ ਹੈ। ਇਹ ਮੈਂ ਮੰਨਦੀ ਹਾਂ ਕਿ ਮੇਰੇ ਵਿੱਚ ਇਹ ਕਮੀ ਹੈ ਔਰ ਮੈਨੂੰ ਐਕਸੈਪਟ ਕਰਨ 'ਚ ਕੋਈ ਨਹੀਂ, ਕਿ ਮੈਂ ਇਨੀਸ਼ੀਏਟ ਨਹੀਂ ਕਰ ਸਕਦੀ, ਮੈਂ ਆਪਣੇ ਆਪ ਨੂੰ ਜਾ ਕੇ ਪ੍ਰਜੈਂਟ ਨਹੀਂ ਕਰ ਸਕਦੀ। ਮੈਂ ਉਹੀ ਕੰਮ ਕੀਤਾ ਜਿਹੜਾ ਚੱਲ ਕੇ ਮੇਰੇ ਕੋਲ ਆਇਆ, ਮੈਂ ਉਹਨਾਂ ਇਨਸਾਨਾਂ ਨੂੰ ਹੀ ਆਪਣੀ ਜ਼ਿੰਦਗੀ 'ਚ ਸ਼ਾਮਿਲ ਕੀਤਾ ਜਿਹੜੇ ਚੱਲ ਕੇ ਮੇਰੇ ਕੋਲ ਆਏ। ਮੈਂ ਚੱਲ ਕੇ ਕਦੀ ਵੀ ਨਹੀਂ ਗਈ, ਪਰਮਾਤਮਾ ਨੇ ਮੈਨੂੰ ਇਸੇ ਤਰ੍ਹਾਂ ਦਾ ਬਣਾਇਆ ਅਤੇ ਮੈਂ ਉਹਦੇ ਵਿੱਚ ਹੀ ਖੁਸ਼ ਹਾਂ। ਇਸੇ ਕਰਕੇ ਮੈਨੂੰ ਜਿਹੜੀਆਂ ਔਫਰਸ ਆਈਆਂ ਔਰ ਉਹਨਾਂ 'ਚ ਜਿਹੜੀਆਂ ਮੈਨੂੰ ਅੱਛੀਆਂ ਲੱਗੀਆਂ ਉਹੀ ਮੈਂ ਕੀਤੀਆਂ ਨੇ। ਉਹਦਾ ਕਾਰਨ ਇਹ ਹੈ ਕਿ ਮਤਲਬ ਮੇਰਾ ਇੰਟਰੈਕਸ਼ਨ ਘੱਟ ਹੈ। ਜਦੋਂ 2016 ਦੇ ਵਿੱਚ ਤੁਸੀਂ ਪੰਜਾਬ ਆਰਟਸ ਕਾਊਂਸਲ ਦੇ ਚੇਅਰਪਰਸਨ ਬਣਦੇ ਹੋ, ਉਦੋਂ ਆਪਾਂ ਮਿਲੇ ਸੀਗੇ ਅਤੇ ਇੱਕ ਪ੍ਰੈਸ ਕਾਨਫਰੰਸ ਔਰਗਨਾਈਜ਼ ਹੁੰਦੀ ਆ, ਫਿਰ ਤੁਸੀਂ ਉਸ ਅਹੁਦੇ 'ਤੇ ਰਹਿ ਕੇ ਬੜਾ ਚੰਗਾ ਕੰਮ ਵੀ ਕੀਤਾ। ਮੈਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਪੰਜਾਬ ਆਰਟ ਕਾਊਂਸਲ ਨਾਂ ਦੀ ਵੀ ਕੋਈ ਇੱਕ ਫੋਰਮ ਹੈ। ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਾ ਸੀ, ਸੱਚੀ ਹੈ ਸੌ ਰੱਬ ਦੀ। ਅਤੇ ਮੈਂ ਨਹੀਂ ਦੇਖਿਆ ਕਿ ਇੰਨੇ ਵੱਡੇ ਲੈਵਲ 'ਤੇ ਕੋਈ ਤੀਆਂ ਔਰਗਨਾਈਜ਼ ਹੋ ਰਹੀਆਂ ਨੇ ਜਾਂ ਫਿਰ ਫਨਕਾਰਾਂ ਨੂੰ ਰਿਕਗਨਾਈਜੇਸ਼ਨ ਮਿਲ ਰਹੀ ਹੈ, ਜਿਹੜੇ ਕਿ ਬਹੁਤ ਜ਼ਿਆਦਾ ਨਿਗਲੈਕਟਡ ਹੋ ਚੁੱਕੇ ਸੀਗੇ ਉਸ ਟਾਈਮ ਦੇ, ਹੁਣ ਤੱਕ ਆਉਂਦੀਆਂ ਹੁੰਦੀਆਂ, ਹੈ ਨਾ। ਫਿਰ ਅਚਾਨਕ ਇਹ ਨਿਊਜ਼ ਆਉਂਦੀ ਹੈ ਵੀ ਸਤਿੰਦਰ ਸੱਤੀ ਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ, ਹੈ ਨਾ। ਅਤੇ ਉਹ ਮੇਰੇ ਲਈ ਬੜੀ ਡਿਸਅਪੁਆਇੰਟਮੈਂਟ ਵਾਲੀ ਗੱਲ ਸੀ, ਕਿਉਂਕਿ ਇੱਕ ਪਰਸਨ ਜਿਹਦੀਆਂ ਐਕਟੀਵਿਟੀਜ਼ ਤੁਸੀਂ ਦੇਖ ਰਹੇ ਹੋ, ਉਹਦਾ ਤੁਹਾਡਾ ਕੰਮ ਸਾਹਮਣੇ ਆ ਰਿਹਾ, ਫਿਰ ਸੀਗਾ ਕਿ ਰੀਜ਼ਨ ਕੀ ਰਿਹਾ ਹੋਊਗਾ, ਹੈ ਨਾ। ਮੈਂ ਚਲੋ ਇੱਥੇ ਉਹ ਚੀਜ਼ ਤਾਂ ਆਪਾਂ ਨਹੀਂ ਡਿਸਕਸ ਕਰਦੇ ਹੈਗੇ, ਪਰ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਹੁਣੇ ਤੁਸੀਂ ਇੱਕ ਗੱਲ ਕਹੀ ਹੈ ਕਿ ਲੋਕ ਤੁਹਾਨੂੰ ਕਲਾਕਾਰ ਦੇ ਤੌਰ 'ਤੇ ਨਹੀਂ ਜਾਣਨਾ ਚਾਹੁੰਦੇ, ਉਹ ਤੁਹਾਨੂੰ ਕੁੜੀ ਹੀ ਮੰਨਣਗੇ ਹਮੇਸ਼ਾ, ਚਾਹੇ ਤੁਸੀਂ ਕਿਸੇ ਮਰਜ਼ੀ ਅਹੁਦੇ 'ਤੇ ਰਹੋ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਚੇਅਰਪਰਸਨ ਦੇ ਅਹੁਦੇ ਤੋਂ ਹਟਾਉਣਾ ਕਿਤੇ ਨਾ ਕਿਤੇ ਇਹੀ ਸੋਚ ਰਹੀ ਹੋਣੀ ਆ? ਮੈਂ ਇੱਕ ਗੱਲ ਹੋਰ ਗੁਰਦੀਪ ਜੀ ਦੱਸ ਦੇਵਾਂ ਕਿ ਜਦੋਂ ਮੈਂ ਪੰਜਾਬ ਆਰਟ ਕੌਂਸਲ ਦੀ ਚੇਅਰਮੈਨ ਬਣੀ ਹਾਂ, ਚੇਅਰਪਰਸਨ ਬਣੀ ਹਾਂ, ਤਾਂ ਮੈਨੂੰ ਆਪ ਹੀ ਨਹੀਂ ਸੀ ਪਤਾ ਆਰਟ ਕੌਂਸਲ ਦਾ। ਅਸਲ ਵਿੱਚ ਮੈਂ ਜਦੋਂ ਇਸ ਇੰਡਸਟਰੀ 'ਚ ਆਈ, ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਮੈਨੂੰ ਲੱਗਦਾ ਸੀਗਾ ਕਿ ਸਿਰਫ ਪੈਸੇ ਕਮਾ ਕੇ ਸ਼ੋਹਰਤ ਕਮਾਉਣਾ ਹੀ ਕਲਾਕਾਰੀ ਦਾ ਫਰਜ਼ ਹੈ, ਕੋਈ ਵੀ ਮਤਲਬ ਇਹ ਕੋਈ ਸੇਵਾ ਨਹੀਂ ਹੈ। ਪਰਮਾਤਮਾ ਨੇ ਮੈਨੂੰ ਚੁਣਿਆ ਅਤੇ ਮੈਂ ਆਪਣੇ ਕੰਮ ਨੂੰ ਬਿਹਤਰ ਕਰ ਰਹੀ ਹਾਂ, ਪਰ ਮੈਨੂੰ ਉਸ 'ਤੇ ਪੈਸੇ ਮਿਲ ਰਹੇ ਨੇ। ਮੈਂ ਸੇਵਾ ਕੀ ਕਰਨਾ ਚਾਹੁੰਦੀ ਸੀ? ਮੈਨੂੰ ਲੱਗਦਾ ਸੀਗਾ ਕਿ ਉਹ ਫਨਕਾਰ ਜਿਨ੍ਹਾਂ ਨੇ ਜਿਉਂਦਾ ਰੱਖਿਆ ਹੈ ਇਸ ਚੀਜ਼ ਨੂੰ, ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਕਰਦਾ। ਉਦੋਂ ਈਦੂ ਸ਼ਰੀਫ ਹੁਣੀ ਬੜੇ ਬਿਮਾਰ ਸੀਗੇ, ਪਰਮਿੰਦਰ ਸੰਧੂ ਹੁਣੀ ਹੋਸਪਿਟਲ 'ਚ ਸੀ, ਕੈਂਸਰ ਦੇ ਨਾਲ ਜੂਝ ਰਹੇ ਸੀ। ਮੈਂ CM ਸਾਹਿਬ ਕੋਲ ਉਦੋਂ ਵੀ ਗਈ, ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ, ਮੈਂ ਜਾ ਕੇ ਉਹਨਾਂ ਕੋਲੋਂ ਪੈਸੇ ਲੈ ਕੇ, ਮਤਲਬ ਮੈਨੂੰ ਇਹ ਲੱਗਦਾ ਸੀ ਕਿਵੇਂ ਸਰਵਾਈਵ ਕਰਨਗੇ, ਇਹ ਪਤਾ ਨਹੀਂ ਮੇਰੀ ਚੰਗੀ ਆਦਤ ਹੈ ਕਿ ਮਾੜੀ। ਮੈਨੂੰ ਲੱਗਦਾ ਸੀਗਾ ਅਸੀਂ ਸਭ ਲੋਕ ਇਕੱਠੇ ਕਿਉਂ ਨਹੀਂ ਹੁੰਦੇ, ਕੱਲ੍ਹ ਨੂੰ ਅਸੀਂ ਇੰਨੇ ਵੱਡੇ ਫਨਕਾਰ ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਹਾਂ, ਜਦੋਂ ਆਪਣੇ ਬਿਸਤਰੇ 'ਤੇ ਹੁੰਦੇ ਨੇ ਸਿਰਫ ਲੋਕ ਜਾ ਕੇ ਫੋਟੋਆਂ ਕਿਉਂ ਖਿਚਾਉਂਦੇ ਨੇ? ਅਸਲ ਮਾਇਨੇ 'ਚ ਮਦਦ ਕੀ ਹੈ? ਇਹ ਪ੍ਰੋਫੈਸ਼ਨ ਇੰਨਾ ਇਨਸਿਕਿਉਰਡ ਕਿਉਂ ਹੈ? ਮੈਨੂੰ ਮੈਂ ਫਿਕਰਮੰਦ ਸੀਗੀ, ਮੈਨੂੰ ਫਿਕਰ ਅੱਜ ਵੀ ਫਿਕਰ ਹੁੰਦਾ। ਮੈਂ ਜਦੋਂ ਫਿਲਮਾਂ ਦੀ ਗੱਲ ਹੋਈ ਤਾਂ ਮੈਂ CM ਸਾਹਿਬ ਕੋਲ ਗਈ ਕਿ ਸਾਡੀਆਂ ਪੰਜਾਬੀ ਫਿਲਮਾਂ 'ਤੇ ਟੈਕਸ, ਅਜੇ ਕਿ ਮੈਂ ਫਿਲਮਾਂ ਦਾ ਐਡਾ ਵੱਡਾ ਹਿੱਸਾ ਨਹੀਂ ਸੀ, ਪਰ ਮੈਂ ਇਕੱਲੀ ਸੀਗੀ, ਮੈਂ 10 ਜਣਿਆਂ ਨੂੰ ਫੋਨ ਕੀਤਾ, ਕੋਈ ਵੀ ਮੇਰੇ ਨਾਲ ਨਹੀਂ ਚੱਲਿਆ, ਕਿ ਕੋਈ ਜਾ ਕੇ ਉੱਥੇ ਆਪਣੀ ਗੱਲ ਹੀ ਨਹੀਂ ਰੱਖਣਾ ਚਾਹੁੰਦਾ। ਮੈਨੂੰ ਇਹਦੇ 'ਚ ਕੋਈ ਨਹੀਂ ਹੈ, ਮੈਨੂੰ ਪਰਮਾਤਮਾ ਨੇ ਚੁਣਿਆ ਹੈ। ਔਰ ਮੈਂ ਮਤਲਬ ਜੇ ਗੁਰੂ ਗੋਬਿੰਦ ਸਿੰਘ ਜੀ ਇਹ ਕਹਿੰਦੇ ਨੇ ਕਿ 125,000 ਵਰਗੇ ਆ ਸੀ, ਤਾਂ ਫਿਰ ਮੈਂ ਉਸ 'ਤੇ ਵਿਸ਼ਵਾਸ ਕਰਦੀ ਹਾਂ। ਮੈਂ ਗੁਰਬਾਣੀ ਪੜ੍ਹਦੀ ਨਹੀਂ, ਮੈਂ ਗੁਰਬਾਣੀ ਮੰਨਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਇਕੱਲੀ ਜਣੀ ਉਸ ਦਿਨ 10 ਬੰਦਿਆਂ ਦੀ ਮੀਟਿੰਗ ਦੇ ਵਿੱਚ ਗਈ, ਜਦਕਿ ਮੇਰੇ ਲਈ ਮੈਨੂੰ ਇਹ ਬੜੀ ਐਂਬੈਰਸਮੈਂਟ ਸੀ, ਮੈਂ ਕਦੀ ਨਹੀਂ ਕੀਤਾ ਸੀ, ਪਰ ਮੈਂ ਚਿੱਠੀ ਆਪ ਲਿਖ ਕੇ ਗਈ ਕਿ ਸਰ ਸਾਡੇ ਬਜ਼ੁਰਗ ਲੋਕਾਂ ਨੂੰ ਪੈਨਸ਼ਨ ਦਿਓ, ਸਾਡੀਆਂ ਫਿਲਮਾਂ ਨੂੰ ਰਿਬੇਟ ਦਿਓ, ਸਰ ਇਹ ਕੌਣ ਕਹੇਗਾ? ਅਤੇ ਬੜੀ ਵੱਡੀ ਗੱਲ ਸੀ ਕਿ ਕੈਬਨਿਟ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ, ਮਤਲਬ ਉਹਦੇ ਵਿੱਚ ਟੈਕਸ ਐਗਜ਼ੈਂਪਸ਼ਨਸ ਹੋਈਆਂ, ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਮੈਂ 21st century ਦੀ ਕਲਚਰ ਪੋਲਿਸੀ ਪ੍ਰਜੈਂਟ ਕੀਤੀ। ਮੈਂ ਫਿਕਰਮੰਦ ਸੀਗੀ ਕਿ ਮੈਨੂੰ ਇਸ ਪ੍ਰੋਫੈਸ਼ਨ ਨੇ ਇੰਨਾ ਕੁਝ ਦਿੱਤਾ ਹੈ, ਮੈਂ ਕੀ ਪੇਬੈਕ ਕਰਕੇ ਜਾਣਾ? ਆਉਣ ਵਾਲੀ ਪੀੜ੍ਹੀ ਸਾਨੂੰ ਕਿਸ ਕਰਕੇ ਜਾਣੇਗੀ? ਇੱਕ ਪਿਰਤ ਸਿਰਜ ਕੇ ਜਾਣਾ ਚਾਹੁੰਦੀ ਸੀ।
ਉਦੋਂ ਹੀ ਬਾਈ ਚਾਂਸ ਹੀ ਆਰਟ ਕੌਂਸਲ ਦੀ ਟਨਿਊਰ ਖਤਮ ਹੋ ਰਹੀ ਸੀ ਅਤੇ ਵੱਡੇ ਬਲ ਸਾਹਿਬ ਨੇ ਮੈਨੂੰ ਬੁਲਾ ਕੇ ਕਿਹਾ, ਬੀਬਾ ਜੀ ਤੁਸੀਂ ਹਰ ਚੌਥੇ ਪੰਜਵੇਂ ਦਿਨ ਆ ਜਾਂਦੇ ਹੋ ਕੁਝ ਨਾ ਕੁਝ ਕਰਨ, ਅਤੇ ਤੁਸੀਂ ਕਿਉਂ ਨਹੀਂ, ਇਹ ਸਾਡੀ ਇੱਕ ਸੰਸਥਾ ਹੈ ਵੀ ਤੇਰੇ ਅੰਦਰ ਇੰਨਾ, ਤੂੰ ਹਰ ਵਾਰ ਜਿੱਥੇ ਵੀ ਮੈਂ ਮਿਲਣਾ ਤੂੰ ਮੈਨੂੰ ਇਹ ਕਹਿੰਦੀ ਹੈ ਕਿ ਮਤਲਬ ਸਰਾਹ ਕਰਦੇ ਹੋ ਸਾਡਾ ਆਰਟਿਸਟਾਂ ਦਾ, ਤਾਂ ਤੂੰ ਇਸ ਸੰਸਥਾ ਨੂੰ ਤੁਸੀਂ ਜਿੱਦਾਂ ਚਲਾਉਣਾ ਚਾਹੁੰਦੇ ਹੋ ਤੁਸੀਂ ਕਰ ਕਿਉਂ ਨਹੀਂ ਲੈਂਦੇ, ਤੁਹਾਡੇ ਕਲਾਕਾਰਾਂ ਦੀ ਸੰਸਥਾ ਹੈ। ਰੰਧਾਵਾ ਸਾਹਿਬ ਨੇ ਇਸੇ ਵਿਜਨ ਦੇ ਨਾਲ ਉਸ ਦੀ ਸਿਰਜਣਾ ਕੀਤੀ ਸੀਗੀ। ਅਤੇ ਮੈਨੂੰ ਜਦੋਂ ਉਹ ਜੁਆਇਨ ਕੀਤਾ, ਮੈਂ ਉਹ ਜੁਆਇਨ ਕੀਤਾ ਅਤੇ ਸ਼ਾਇਦ ਇੱਕ ਕੁੜੀ ਦਾ, ਇੱਕ ਸਿੰਗਲ ਕੁੜੀ ਦਾ ਉਸ ਸੰਸਥਾ ਦੇ ਉੱਤੇ ਬੈਠਣਾ ਬੜਾ ਆਪਣੇ ਆਪ ਦੇ ਵਿੱਚ, ਮਤਲਬ ਮੈਂ ਕਹਿਣਾ ਨਹੀਂ ਚਾਹੁੰਦੀ ਪਰ ਬੁੱਧੀਜੀਵੀ ਵਰਗ ਦੇ ਵਿੱਚ ਇੱਕ ਬੜੀ ਵੱਡੀ ਇੱਕ ਤੜਥੱਲੀ ਮੱਚ ਗਈ ਵੀ ਇਹਦਾ ਮਤਲਬ ਵੀ ਸਾਨੂੰ ਦਰਕਿਨਾਰ ਕੀਤਾ ਜਾਏਗਾ। ਔਰ ਮੈਨੂੰ ਯਾਦ ਹੈ ਕਿ ਜਦੋਂ ਮੇਰੀ ਅਪੁਆਇੰਟਮੈਂਟ ਹੋਈ ਔਰ ਮੈਂ ਹੈੱਡ ਕੀਤੀ ਪਹਿਲੀ ਮੀਟਿੰਗ, ਅਤੇ ਸਾਰੇ ਬਜ਼ੁਰਗ ਸੀਗੇ, ਮੈਂ ਹੁਣ ਤੱਕ ਦੇ ਜਿਹੜੇ ਚੇਅਰਪਰਸਨ ਨੇ ਯੰਗੈਸਟ ਚੇਅਰਪਰਸਨ ਆ ਔਰ ਮੇਨ ਸਟ੍ਰੀਮ ਦੀ ਪਹਿਲੀ ਆਰਟਿਸਟ ਆ, ਅਤੇ ਉਹਨਾਂ ਨੇ ਮੈਨੂੰ ਕਿਹਾ ਬੀਬਾ ਜੀ ਇੱਥੇ ਕੁਛ ਨਹੀਂ ਹੋਣਾ, ਹੁਣ ਇਹ ਸੰਸਥਾ ਤਾਂ ਇੱਦਾਂ ਤੁਰੀ ਜਾਂਦੀ ਹੈ, ਪੈਸੇ ਲੈ ਕੇ ਆਓ। ਪਹਿਲੀ ਮੀਟਿੰਗ ਦੇ ਵਿੱਚ ਕਿਸੇ ਨੇ ਮੈਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਮੈਨੂੰ ਇਹ ਗੱਲਾਂ ਕਹੀਆਂ ਗਈਆਂ, ਅਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਅੰਕਲ ਜੀ ਤੁਸੀਂ ਮੈਨੂੰ ਮੌਕਾ ਦਿਓ, ਪੈਸੇ ਤਾਂ ਮੈਂ ਇੰਨੇ ਲਿਆ ਦੇਵਾਂਗੀ ਕਿ ਇਹ ਸੰਸਥਾ ਆਪਣੇ ਆਪ ਦੇ ਉੱਤੇ ਨਿਰਭਰ ਹੋਏਗੀ। ਔਰ ਮੈਂ ਉਸ ਤੋਂ ਬਾਅਦ ਡੇਢ ਮਹੀਨਾ ਦੋ ਮਹੀਨੇ CM ਸਾਹਿਬ ਦੇ ਆਫਿਸ ਡੇਲੀ ਜਾਂਦੀ ਰਹੀ ਹਾਂ, ਮੇਰੇ ਪੈਰਾਂ ਦੀ ਜੁੱਤੀ ਘਸ ਗਈ ਸੀ ਅਤੇ ਮੈਂ 2.5 ਕਰੋੜ ਰੁਪਇਆ ਲਿਆ ਕੇ ਆਪਣੀ ਸੰਸਥਾ ਨੂੰ ਦੇ ਦਿੱਤਾ ਸੀ, ਜੋ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਹੋਇਆ ਹੋਣਾ। ਔਰ ਉਸ ਦੇ ਨਾਲ ਮੈਨੂੰ ਲੱਗਾ ਕਿ ਦੁਬਾਰਾ ਤੋਂ ਰਿਵਾਈਵ ਕਰੀਏ ਇਸ ਆਰਟ ਕੌਂਸਲ ਦਾ ਕੰਮ ਹੈ ਕਲਚਰ ਨੂੰ ਸਾਂਭਣਾ, ਕਿਉਂਕਿ ਇਹ ਰੰਧਾਵਾ ਸਾਹਿਬ ਨੇ ਇਸੇ ਕਰਕੇ ਬਣਾਈ ਸੀ ਜਿਹੜੀ ਸਾਨੂੰ ਦੱਸੀ ਨਹੀਂ ਸੀ ਗਈ। ਤੀਆਂ ਸਾਂਭਣੀਆਂ, ਸਾਵਣ ਸਾਂਭਣਾ, ਪੁਰਾਣੇ ਆਰਟਿਸਟਾਂ ਨੂੰ ਸਾਂਭਣਾ, ਗੁਰੂ ਸ਼ਿਸ਼ ਪਰੰਪਰਾ ਇਸ ਸੰਸਥਾ ਦਾ ਕੰਮ ਹੈ, ਸਰਕਾਰ ਦਾ ਕੰਮ ਨਹੀਂ। ਸਰਕਾਰ ਦੀ ਇੱਕ ਸੰਸਥਾ ਹੈ ਜਿੱਦਾਂ ਹੈਲਥ ਡਿਪਾਰਟਮੈਂਟ ਹੈ, ਇੱਕ ਕਲਚਰ ਵਿੰਗ ਹੈ ਜਿਸ ਦਾ ਕੰਮ ਹੈ ਇਹ ਸਾਰੀਆਂ ਕੰਮਾਂ ਨੂੰ ਕਰਨਾ। ਔਰ ਮੈਂ ਆਪਣੀ ਨਿਸ਼ਠਾ ਨਾਲ, ਇਮਾਨਦਾਰੀ ਨਾਲ ਇੱਕ ਸਾਲ ਆਪਣੇ ਫੀਲਡ ਨੂੰ ਛੱਡ ਕੇ ਇਸ ਨੂੰ ਦਿੱਤਾ, ਆਪਣੀ ਪੂਰੀ ਟੀਮ ਦੇ ਨਾਲ ਕੰਮ ਕੀਤਾ। ਮੇਰੇ ਬੱਚੇ 11-11 ਵਜੇ ਉੱਥੋਂ ਮੇਰੀ ਟੀਮ ਦੇ ਆਉਂਦੇ ਰਹੇ, ਸਾਰੇ ਸਾਨੂੰ ਸਟਾਫ ਵਾਲੇ ਹੱਸਦੇ ਸੀ ਕਿ 5 ਵਜੇ ਛੁੱਟੀ ਹੋ ਜਾਂਦੀ ਹੈ, ਮੈਮ ਇੱਥੇ ਕੋਈ ਨਹੀਂ ਮੁੱਲ ਪਾਉਂਦਾ ਹੈਗਾ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਮੁੱਲ ਪਵਾਉਣ ਨਹੀਂ ਆਈ ਹੈਗੀ, ਮੈਂ ਸਿਰਫ ਇਸ ਕਰਕੇ ਆਈ ਹਾਂ ਕਿ ਇੱਕ ਪਿਰਤ ਜ਼ਰੂਰ ਸਿਰਜੀ ਜਾਵੇ। ਅਗਰ ਮੇਰੀ 1% ਵੀ ਕੰਟਰੀਬਿਊਸ਼ਨ ਹੋਈ ਤਾਂ ਮੈਂ ਉਹਨੂੰ ਪ੍ਰਾਪਤੀ ਮੰਨਾਂਗੀ। ਲਾਣਾ ਨਾ ਲਾਣਾ ਇਹ ਸਰਕਾਰਾਂ ਦਾ ਹੋਏ ਕਿ ਸ਼ਾਇਦ ਮੇਰਾ ਕ੍ਰਿਟੀਸਿਜ਼ਮ ਜਾਂ ਉਹਨਾਂ ਨੂੰ ਇਸ ਕਰਕੇ ਹੋਇਆ ਕਿ ਇੱਕ ਕੁੜੀ ਦਾ, ਇੱਕ ਯੰਗ ਕੁੜੀ ਦਾ ਉਸ ਜਗ੍ਹਾ 'ਤੇ ਸ਼ਾਇਦ ਉਹ ਸਾਡੇ ਸਮਾਜ ਨੂੰ ਅੱਜ ਵੀ ਨਹੀਂ ਪਸੰਦ, ਇਹ ਮੰਨਣਾ ਪਏਗਾ। ਅਸੀਂ ਧੀਆਂ ਕਹਿੰਦੇ ਹਾਂ ਬਰਾਬਰ ਹਾਂ, ਅਗਰ ਮੈਂ ਬਰਾਬਰ ਹੁੰਦੀ ਤਾਂ ਉਹ ਸਭ ਲੋਕ ਜਿਹੜੇ ਵਿਰੋਧ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਸਨ ਉਹ ਮੇਰੀ ਹੱਥ ਆ ਕੇ ਫੜਦੇ, ਮੇਰੇ ਸਿਰ 'ਤੇ ਹੱਥ ਰੱਖਦੇ। ਉਹਨਾਂ 'ਚੋਂ ਕੋਈ ਇੱਕ ਆਦਮੀ ਵੀ ਐਸਾ ਨਹੀਂ ਸੀ ਜਿਹਨੇ ਮੈਨੂੰ ਸਿਰ 'ਤੇ ਆ ਕੇ ਪਿਆਰ ਦਿੱਤਾ ਹੋਵੇ ਕਿ ਸ਼ਾਬਾਸ਼ ਬੇਟਾ, ਨੌਜਵਾਨ ਪੀੜ੍ਹੀ ਇਹ ਬਾਗਡੋਰ ਸੰਭਾਲ ਰਹੀ ਹੈ। ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਭਵਿੱਖ ਸਹੀ ਹੱਥਾਂ ਦੇ ਵਿੱਚ ਜੀ। ਇੱਕ ਚੀਜ਼ ਮੈਨੂੰ ਹੋਰ ਬੜੀ ਚੰਗੀ ਲੱਗੀ ਸੀ, ਉਦੋਂ ਦੀਆਂ ਇੰਟਰਵਿਊਜ਼ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਮੈਂ ਚਾਹੁੰਦੀ ਹਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਕਲਾਕਾਰ ਨੇ ਔਨ ਰੋਡ ਅਨਫੋਰਚੁਨੇਟ ਐਕਸੀਡੈਂਟਸ ਦੇ ਵਿੱਚ ਉਹਨਾਂ ਦੀ ਜਾਨ ਚਲੇ ਜਾਂਦੀ ਹੈ, ਤਾਂ ਇੱਕ ਟਰੈਵਲ ਇੰਸ਼ੋਰੈਂਸ ਹੋਣਾ ਚਾਹੀਦਾ ਆ ਆਰਟਿਸਟਾਂ ਦਾ, ਹੈ ਨਾ। ਅਗਰ ਉਦੋਂ ਪੱਟੀ ਸਾਹਿਬ ਦੀ ਡੈਥ ਹੋਈ ਸੀਗੀ, ਕੁਲਵਿੰਦਰ ਢਿੱਲੋਂ ਦੀ ਡੈਥ ਹੋਈ ਸੀ, ਮੇਰੀ ਅੱਖਾਂ ਸਾਹਮਣੇ ਬਹੁਤ ਸਾਰੇ ਲੋਕ ਐਕਸੀਡੈਂਟ ਦੇ ਵਿੱਚ ਗਏ ਸੀ, ਔਰ ਮੈਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ, ਬੜੇ ਸਾਰੇ ਆਰਟਿਸਟਾਂ ਦੇ ਪਰਿਵਾਰ ਰੋਲਦੇ ਦੇਖੇ ਸੀਗੇ। ਅਗਰ ਉਹ ਹੋ ਜਾਂਦਾ ਤਾਂ ਕਿੰਨੀ ਚੰਗੀ ਗੱਲ ਹੋਣੀ ਸੀਗੀ। ਦੇਖੋ, ਕੋਸ਼ਿਸ਼ ਮੈਂ ਕਰ ਸਕਦੀ, ਮੈਂ ਤੁਹਾਨੂੰ ਕਿਹਾ ਕਿ ਪਰਮਾਤਮਾ ਨੇ ਮੈਨੂੰ ਚੁਣਿਆ ਹੈ, ਔਰ ਜਿਸ ਕੰਮ ਲਈ ਉਸਨੇ ਚੁਣਿਆ ਹੈ ਮੈਂ ਉਸਨੂੰ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਨਾਮ ਪਰਮਾਤਮਾ ਨੇ ਮੈਨੂੰ ਵੈਸੇ ਹੀ ਇੰਨਾ ਦੇ ਦਿੱਤਾ ਹੈ ਕਿ ਮੈਨੂੰ ਕਿਸੇ ਹੋਰ ਸ਼ੋਹਰਤ ਦੀ ਲੋੜ ਹੀ ਨਹੀਂ ਹੈ, ਸੋ ਮੈਂ ਉਸ ਤੋਂ ਬਿਨਾਂ ਵੀ ਲੱਗੀ ਹੋਈ ਹਾਂ, ਤੁਹਾਨੂੰ ਪਤਾ ਹੀ ਹੈ, ਅਤੇ ਕੰਮ ਤਾਂ ਕਰਦੇ ਰਹਿਣਾ, ਕਿਉਂਕਿ ਜਿਸ ਨੇ ਤੁਹਾਨੂੰ ਚੁਣਿਆ ਹੈ ਉਸਨੇ ਤੁਹਾਨੂੰ ਕੰਮ ਕਰਨ ਦੇ ਲਈ ਰਸਤੇ ਵੀ ਦੇਣੇ, ਉਹਦੇ ਲਈ ਕੁਰਸੀਆਂ ਦੀ ਲੋੜ ਨਹੀਂ ਹੈ ਜੀ। ਜਿਵੇਂ ਹੁਣ ਤੱਕ ਤੁਸੀਂ ਬਹੁਤ ਸੋਹਣੇ ਕੰਮ ਕਰਦੇ ਆ ਰਹੇ ਹੋ ਆਪਣੇ ਵੱਲੋਂ, ਕੁਛ ਨਾ ਕੁਛ ਤੁਸੀਂ ਕੰਟਰੀਬਿਊਟ ਕਰਦੇ ਰਹਿੰਦੇ ਹੋ, ਅਤੇ ਜਿਹੜੇ ਤੁਹਾਡਾ ਮੋਟੀਵੇਸ਼ਨਲ ਵੀਡੀਓਜ਼ ਦਾ ਜੋ ਤੁਸੀਂ ਰਵਾਇਤ ਚਲਾਈ ਆ, ਸੋਲ ਬਲੌਗ ਤੁਸੀਂ ਆਪਣਾ ਕਰਦੇ ਹੋ, ਇਹਦੇ ਲਈ ਮੈਂ ਜ਼ਰੂਰ ਜਾਣਨਾ ਚਾਹੂੰਗੀ। ਉਸ ਤੋਂ ਬਾਅਦ ਤੁਹਾਡੀ NGO ਹੈ, ਤਾਂ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਦ ਸ਼ੈਲਟਰ, ਹੈ ਨਾ, ਕਿ ਉਹ ਕਦੋਂ ਹੋਂਦ ਚਾਹੀ ਜਾਂ ਕਿੱਦਾਂ ਕੰਮ ਕਰਦੀ ਹੈ। ਪਹਿਲਾਂ ਮੋਟੀਵੇਸ਼ਨਲ ਵੀਡੀਓਜ਼ ਜਿਹੜੀਆਂ ਤੁਸੀਂ ਕਰਦੇ ਹੋ, ਉਹਦੇ ਕੀ ਫੀਡਬੈਕ ਹੁਣ ਤੱਕ ਤੁਹਾਨੂੰ ਰਿਹਾ, ਜਾਂ ਕਿਵੇਂ ਸ਼ੁਰੂ ਹੋਈਆਂ, ਕਿਵੇਂ ਥੋਟ ਆਇਆ ਸੀਗਾ? ਤੁਹਾਡੇ ਤੱਕ ਪਹੁੰਚਦੀਆਂ ਨੇ? ਬਿਲਕੁਲ ਪਹੁੰਚਦੀਆਂ ਨੇ, ਅਤੇ ਅਸੀਂ ਦੇਖਦੇ ਵੀ ਹਾਂ। ਮੋਟੀਵੇਸ਼ਨਲ ਵੀਡੀਓਜ਼ ਵੈਸੇ ਤਾਂ ਇੱਕ, ਕਿਉਂਕਿ
ਮੇਰੇ ਅੰਦਰ ਹੀ ਕੁਛ ਨਾ ਕੁਛ ਕਰਨ ਦੀ ਹਮੇਸ਼ਾ ਹੀ ਤਾਂਘ ਰਹਿੰਦੀ, ਮੈਂ ਬੈਠ ਨਹੀਂ ਸਕਦੀ, ਇਹ ਮੇਰੀ ਮਜਬੂਰੀ ਹੈ। ਮੈਨੂੰ ਇਸ ਧਰਤੀ 'ਤੇ ਆਪਣੇ ਇੱਕ ਇੱਕ ਪਲ ਨੂੰ ਇਸਤੇਮਾਲ ਕਰਕੇ ਜਾਣਾ। ਪਰਮਾਤਮਾ ਨੇ ਬਹੁਤ ਕੀਮਤੀ ਜੀਵਨ ਸਾਨੂੰ ਦਿੱਤਾ, ਮੈਂ ਚਾਹੁੰਦੀ ਹਾਂ ਕਿ ਇਸ ਹਰ ਇੱਕ ਦਿਨ ਦਾ ਮੈਂ ਇਸਤੇਮਾਲ ਕਰਾਂ, ਤਾਂ ਕਿ ਜਦੋਂ ਮੈਂ ਇਸ ਧਰਤੀ ਤੋਂ ਜਾਵਾਂ ਤਾਂ ਇੱਕ ਲਿਗੇਸੀ, ਇੱਕ ਪਿੱਛੇ ਧਰੋਹਰ ਜ਼ਰੂਰ ਛੱਡ ਕੇ ਜਾਵਾਂ, ਜਿਸ ਨੂੰ ਨੌਜਵਾਨ ਪੀੜ੍ਹੀ ਸਮਝੇ ਕਿ ਇਹ ਸੱਤੀ ਜੀ ਨੇ ਚਲਾਈ ਸੀ ਅਤੇ ਅਸੀਂ ਇਸ ਨੂੰ ਅੱਗੇ ਵਧਾਉਣਾ। ਮੇਰਾ ਸਿਰਫ ਇੰਨਾ ਕੁ ਮਕਸਦ ਹੈ। ਮੈਂ ਤਾਂ ਸੰਦੀਪ ਬਹੁਤ ਪੁਸ਼ਿੰਗ ਹੈ, ਬੜੀ ਕ੍ਰੀਏਟਿਵ ਕੁੜੀ ਹੈ, ਅਤੇ ਅਸੀਂ ਬੜੀ ਦੇਰ ਤੋਂ ਸੋਚ ਰਹੇ ਸੀ ਕਿ ਕੁਛ ਇਹੋ ਜਿਹਾ ਕੀਤਾ ਜਾਏ ਜਿਹੜਾ, ਕਿਉਂਕਿ ਮੈਂ ਬਹੁਤ ਪੜ੍ਹਦੀ ਹਾਂ, ਟਰੈਵਲ ਕਰਦੀ, ਮੈਨੂੰ ਇਹ ਲੱਗਦਾ ਸੀਗਾ ਕਿ ਐਂਕਰਿੰਗ 'ਚੋਂ ਮੈਂ ਨਹੀਂ ਕਹਿ ਪਾਉਂਦੀ ਜੋ ਮੈਂ ਕਹਿਣਾ ਚਾਹੁੰਦੀ ਹਾਂ। ਮੈਂ ਵਿਜ਼ਡਮ ਸ਼ੇਅਰ ਕਰਨਾ ਚਾਹੁੰਦੀ ਸੀਗੀ, ਮੈਂ ਚਾਹੁੰਦੀ ਸੀ ਮੈਂ ਆਪਣੇ ਤਜ਼ਰਬੇ ਸ਼ੇਅਰ ਕਰਾਂ। ਅਤੇ ਅਸੀਂ ਨਿਊ ਈਅਰ 'ਤੇ ਕਿਵੇਂ ਵੀਡੀਓ ਕਰ ਦਿੱਤੀ, ਕਿ ਇਹ ਕਹਿੰਦੀ ਕਿ ਮੈਡਮ ਐਤਕੀ ਅਸੀਂ ਨਾ ਨਿਊ ਈਅਰ 'ਤੇ ਨਾ ਇਸ ਤਰ੍ਹਾਂ ਨਹੀਂ ਕਰਦੇ, ਇੱਕ ਵੀਡੀਓ ਬਣਾ ਦਿੰਦੇ ਹਾਂ। ਉਹ ਵੀਡੀਓ ਮੈਂ ਬਣਾ ਦਿੱਤੀ, ਇਹਨਾਂ ਨੇ ਸ਼ੂਟ ਕੀਤੀ, ਆਪ ਹੀ ਇਹਨਾਂ ਨੇ ਸ਼ੂਟ ਕੀਤੀ, ਆਪ ਹੀ ਐਡਿਟ ਕੀਤੀ ਸੰਦੀਪ ਨੇ, ਔਰ ਉਹ ਜਦੋਂ ਅਸੀਂ ਪੋਸਟ ਕੀਤੀ ਤਾਂ ਉਹ ਪਹਿਲੀ ਵੀਡੀਓ ਹੀ ਬੜੀ ਵਾਇਰਲ ਹੋ ਗਈ। ਮਤਲਬ ਇੰਨੀ ਵਾਇਰਲ ਹੋ ਗਈ ਕਿ ਮੈਨੂੰ ਆਉਂਦਿਆਂ ਹੋਏ ਕਿਹਾ, ਮੈਂ ਕਿਹਾ ਉਹ ਕਿਹੜੇ ਲੋਕ ਹੁੰਦੇ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ। ਮੈਨੂੰ ਅੱਜ ਵੀ ਯਾਦ ਹੈ ਗੱਡੀ ਦੇ ਵਿੱਚ, ਅਤੇ 5-6 ਦਿਨਾਂ ਪਿੱਛੋਂ ਕਹਿੰਦੀ ਉਹ ਵੇਖ ਲਓ ਇਹ ਤੁਹਾਡੇ ਵਰਗੇ ਲੋਕ ਨੇ ਜਿਨ੍ਹਾਂ ਦੀਆਂ ਵਾਇਰਲ ਹੋ ਜਾਂਦੀਆਂ। ਉਸ ਵੀਡੀਓ ਦੀ ਫੀਡਬੈਕ ਇੰਨੀ ਅੱਛੀ ਆਈ, ਉਹ ਮਿਲੀਅਨਸ ਦੇ ਵਿੱਚ ਸ਼ੇਅਰ ਹੋਈ, ਦੁਨੀਆ ਦੇ ਹਰ ਕੋਨੇ 'ਚੋਂ ਮੈਨੂੰ ਉਹ ਵੀਡੀਓ ਵਾਪਸ ਆਈ। ਉਹਦੇ ਨਾਲ ਬੜੇ ਅੱਛੇ ਕਮੈਂਟਸ ਲੋਕਾਂ ਨੇ ਦਿੱਤੇ, ਔਰ ਉੱਥੋਂ ਹੀ ਸੋਲ ਬਲੌਗ ਦਾ ਸਿਲਸਿਲਾ ਸ਼ੁਰੂ ਹੋਇਆ। ਮੈਨੂੰ ਲੱਗਾ ਇਹਦਾ ਮਤਲਬ ਲੋਕਾਂ ਦੇ ਵਿੱਚ ਇੱਕ ਖਲਾਅ ਹੈ, ਹਰ ਬੰਦਾ ਅੰਦਰੋਂ ਖਾਲੀ ਹੈ, ਕੁਛ ਸੁਣਨਾ ਚਾਹੁੰਦਾ ਜਿਹੜਾ ਉਸਨੂੰ ਭਰ ਦੇਵੇ ਸਵੇਰੇ ਉੱਠ ਕੇ। ਅਸੀਂ ਸਭ ਲੋਕ ਪਤਾ ਨਹੀਂ ਕਿਹੜੀ ਦੌੜ ਦੇ ਵਿੱਚ ਆਪਣੇ ਅੰਦਰ ਦਾ ਸਫ਼ਰ ਦੀ ਬਜਾਏ ਬਾਹਰ ਦਾ ਸਫ਼ਰ ਕਰ ਰਹੇ ਹਾਂ। ਅੰਦਰੋਂ ਹਰ ਬੰਦਾ ਤੁਸੀਂ ਟਨਕਾ ਕੇ ਦੇਖੋ ਬੜਾ ਖੋਖਲਾ ਹੈ, ਮਾੜੀ ਜਿਹੀ ਗੱਲ ਕਰੋ ਅਤੇ ਉਸਦੇ ਹੰਝੂ ਬਾਹਰ ਆ ਜਾਂਦੇ ਨੇ, ਮਾੜੀ ਕੀ ਗੱਲ ਕਰੋ ਅਤੇ ਉਹ ਫਿਸ ਪੈਂਦਾ। ਮੈਨੂੰ ਲੱਗਾ ਇਹ ਬੜਾ ਵੱਡਾ ਖਲਾਅ ਹੈ ਰਿਸ਼ਤਿਆਂ ਦਾ, ਜ਼ਿੰਦਗੀ ਦਾ, ਇੰਨੇ ਕਨਫਿਊਜ਼ ਨਾ ਪਤਾ ਹੀ ਨਹੀਂ ਲੱਗ ਰਿਹਾ, ਕਿਉਂਕਿ ਸਾਨੂੰ ਸਿਰਫ ਇੱਕੋ ਚੀਜ਼ ਸਿਖਾਈ ਜਾਂਦੀ ਹੈ ਹਰ ਬੱਚੇ ਨੂੰ, ਪੜ੍ਹਨਾ ਕਿਵੇਂ ਹੈ, ਅਮੀਰ ਕਿਵੇਂ ਬਣਨਾ, ਵੱਡੀਆਂ ਚੀਜ਼ਾਂ ਕਿਵੇਂ ਬਣਨੀਆਂ ਨੇ, ਔਰ ਇੱਕ ਨਵਾਂ ਟਰੈਂਡ ਕਿ ਵੱਡੇ ਤੋਂ ਵੱਡਾ ਬੰਦਾ ਤੁਹਾਨੂੰ ਜਾਣੇ। ਅਸੀਂ ਗੱਲ ਵੀ ਕਰ ਰਹੇ ਸੀ ਇਹਦੇ ਬਾਰੇ ਕਿ ਹਰ ਵੱਡਾ ਬੰਦਾ ਤੁਹਾਨੂੰ ਜਾਣੇ, ਬਸ ਤੁਹਾਨੂੰ ਇਹ, ਤੁਹਾਨੂੰ ਇਨਸਾਨ ਬਣਨਾ ਨਹੀਂ ਸਿਖਾਇਆ ਜਾਂਦਾ, ਤੁਹਾਨੂੰ ਇਹ ਨਹੀਂ ਦੱਸਿਆ ਜਾਂਦਾ ਜਦੋਂ ਮੁਸ਼ਕਿਲਾਂ ਆਉਣਗੀਆਂ ਤੁਸੀਂ ਇਹਨਾਂ ਨੂੰ ਫੇਸ ਕਿਵੇਂ ਕਰਨਾ। ਮੈਨੂੰ ਨਹੀਂ ਸੀ ਪਤਾ ਜਦੋਂ ਮੇਰਾ ਭਰਾ ਗਿਆ, ਆਈ ਵਾਜ਼ ਲੋਸਟ ਇਨ ਦਿਸ ਵਰਲਡ, ਜਦੋਂ US ਸ਼ਿਫਟ ਕੀਤਾ ਮੈਨੂੰ ਉਹ ਲੱਗਾ ਕਿ ਮੈਂ ਗਵਾਚ ਗਈ ਹਾਂ, ਇਹਨਾਂ ਲੋਕਾਂ ਨਾਲ ਕਿਵੇਂ ਡੀਲ ਕਰਨਾ। ਇਹ ਸਭ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਕਹਿੰਦੇ ਨੇ, ਅਗਰ ਮੈਂ ਫੋਨ ਨਹੀਂ ਚੁੱਕਦੀ, ਮੈਨੂੰ ਨਹੀਂ ਸੀ ਪਤਾ, ਮੈਂ ਸਿੱਖਿਆ ਉਹਨਾਂ 4-5 ਸਾਲਾਂ 'ਚ, ਅਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਇਹ ਸ਼ੇਅਰ ਕਰਨਾ ਚਾਹੀਦਾ। ਇਸ ਤਰ੍ਹਾਂ ਮੋਟੀਵੇਸ਼ਨਲ ਵੀਡੀਓਜ਼ ਸ਼ੁਰੂ ਹੋਈਆਂ, ਔਰ ਅੱਜ ਉਹਦਾ ਰਿਸਪੋਂਸ ਇੰਨਾ ਅੱਛਾ ਹੈ, ਮਤਲਬ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਕਿਧਰੇ ਵੀ ਜਾਂਦੀ ਹਾਂ, ਹੁਣ ਲੋਕਾਂ ਨੇ ਬੜੇ ਸਾਰੇ ਨੌਨ ਪੰਜਾਬੀ ਪਾਕਿਸਤਾਨ ਤੋਂ, ਬੰਗਾਲ ਤੋਂ, ਹੋਰ ਨੌਨ ਪੰਜਾਬੀ ਜੁੜੇ ਨੇ, ਉਹਨਾਂ ਨੇ ਸਾਨੂੰ ਸਪੈਸ਼ਲ ਰਿਕੁਐਸਟ ਕੀਤੀ, ਹੁਣ ਅਸੀਂ ਉਹਦੇ ਇੰਗਲਿਸ਼ ਸਬ ਟਾਈਟਲਸ ਵੀ ਕਰਨੇ ਸ਼ੁਰੂ ਕੀਤੇ ਨੇ। ਪਰਮਾਤਮਾ ਨੇ, ਮੈਂ ਫਿਰ ਉਹੀ ਕਹਿੰਦੀ ਹਾਂ ਕਿ ਪਰਮਾਤਮਾ ਨੇ ਉਹਦਾ ਆਪਣਾ ਪਲੈਨ ਹੈ, ਅਤੇ ਮੈਂ ਜ਼ਿੰਦਗੀ 'ਚ ਹਮੇਸ਼ਾ ਉਹਦੇ ਪਲੈਨ ਦੇ ਅੱਗੇ ਸਰੈਂਡਰ ਕੀਤਾ। ਮੈਨੂੰ ਇਸ ਧਰਤੀ ਤੋਂ ਕੁਛ ਨਹੀਂ ਕਰਨਾ, ਸਿਰਫ ਉਹਨੇ ਮੈਨੂੰ ਜਿਸ ਕੰਮ ਲਈ ਚੁਣਿਆ ਹੈ ਮੈਂ ਉਸ ਦੇ ਅੱਗੇ ਦੋਵਾਂ ਹੱਥਾਂ ਨਾਲ ਸਰੈਂਡਰ ਕਰ ਦਿੰਦੀ ਹਾਂ। ਮੈਨੂੰ ਲੱਗਾ ਕਿ ਇਹ ਵੀ ਉਹਦਾ ਪਲੈਨ ਹੈ, ਅਤੇ ਮੈਂ ਉਸਦੇ ਪਲੈਨ ਨੂੰ, ਉਸਦੇ ਹੁਕਮ ਨੂੰ ਉੱਦਾਂ ਹੀ ਵਜਾ ਰਹੀ ਹਾਂ। ਬੀਤੀ 10 ਅਕਤੂਬਰ ਨੂੰ ਅਸੀਂ ਵਰਲਡ ਮੈਂਟਲ ਹੈਲਥ ਦੇ ਮਨਾ ਕੇ ਹਟੇ ਹਾਂ, ਅਤੇ ਆਪਾਂ ਜਦੋਂ ਪਿਛਲੀ ਵਾਰ ਮਿਲੇ ਸੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਮੈਂ ਮੈਂਟਲ ਹੈਲਥ 'ਤੇ ਕੰਮ ਕਰਨਾ ਚਾਹੁੰਦੀ ਹਾਂ, ਇਹ ਸੋਲ ਬਲੌਗ ਦੇ ਰਾਹੀਂ ਉਹ ਵੀ ਤੁਸੀਂ ਆਪਣਾ ਪਰਪਸ ਸੋਲਵ ਕਰ ਰਹੇ ਹੋ? ਹਾਂਜੀ, ਬਹੁਤ ਸਾਰੇ ਬੱਚੇ ਸਾਨੂੰ ਜਿਹੜੇ ਮੈਸੇਜ ਕਰਦੇ ਨੇ, ਡਿਪਰੈਸ਼ਨ ਦਾ ਇੰਨਾ ਜ਼ਿਆਦਾ ਸ਼ਿਕਾਰ ਨੇ ਬੱਚੇ, ਮਤਲਬ ਜ਼ਿੰਦਗੀ ਅਸਲ ਵਿੱਚ ਅੱਜ ਕੱਲ੍ਹ ਕੰਪਲੀਕੇਸ਼ਨਸ ਇੰਨੀਆਂ ਵੱਧ ਗਈਆਂ, ਲੋਕ ਆਸਾਨ ਨਹੀਂ ਹੈਗੇ। ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਅਤੇ ਅੱਗੇ ਲੋਕ ਸਿੱਧੇ ਪੱਧਰੀ ਜੀ ਗੱਲ ਕਰ ਦਿੰਦੇ ਸੀ, ਤੁਸੀਂ ਮੇਰੇ ਨਾਲ ਗੁੱਸੇ ਸੀ ਨਾ ਤਾਂ ਤੁਸੀਂ ਗੁੱਸੇ ਹੀ ਸੀਗੇ, ਤੁਸੀਂ ਸਟੇਟਸ ਪਾ ਕੇ ਮੈਨੂੰ ਇਹ ਨਹੀਂ ਸੀ ਦੱਸਦੇ, ਮੈਨੂੰ ਮੈਂਟਲ ਪਰੇਸ਼ਾਨ ਨਹੀਂ ਕਰਦੇ ਸੀਗੇ ਕਿ ਸਟੇਟਸ ਪਾ ਕੇ ਤੁਸੀਂ ਮੈਨੂੰ ਮੈਂਟਲ ਪਰੇਸ਼ਾਨ ਕਰਦੇ। ਜੇ ਤੁਸੀਂ ਮੇਰੇ ਨਾਲ ਖੁਸ਼ ਸੀਗੇ ਤਾਂ ਤੁਸੀਂ ਖੁਸ਼ ਹੀ ਸੀਗੇ, ਤੁਸੀਂ ਉਹਦੇ ਲਈ, ਤੁਸੀਂ ਮੈਨੂੰ ਆ ਕੇ ਕਹਿ ਦਿੰਦੇ ਸੀ ਮੈਨੂੰ ਬੜੀ ਮੁਹੱਬਤ ਹੈ ਤੇਰੇ ਨਾਲ, ਮੈਨੂੰ ਤੇਰੀ ਬੜੀ ਯਾਦ ਆਉਂਦੀ ਹੈ। ਹੁਣ ਲੋਕਾਂ ਨੂੰ ਇਹ ਕਹਿਣਾ ਈਗੋ ਲੱਗਦਾ, ਹੁਣ ਲੋਕਾਂ ਦਾ ਈਗੋ ਇੰਨੀ ਵੱਡੀ ਹੋ ਗਈ ਹੈ ਕਿ ਲੋਕਾਂ ਨੂੰ ਲੱਗਦਾ ਮੈਂ ਕਮਾਂ ਨੂੰ ਕਿ ਮੈਂ ਤੈਨੂੰ ਯਾਦ ਕਰਦਾ, ਮਰ ਨਾ ਜਾਵਾਂ, ਮੈਂ ਕੋਈ ਛੋਟਾ ਬੰਦਾ ਵਾਂ, ਕਿੰਨਾ ਪਤਾ। ਇਸ ਧਰਤੀ ਤੋਂ ਅਸੀਂ ਚਲੇ ਜਾਣਾ, ਲੋਕਾਂ ਨੂੰ ਇਹ ਭੁੱਲ ਹੀ ਗਿਆ, ਇੰਨੇ ਵੱਡੇ ਬਣ ਜਾਣਾ ਕਿ ਵੀ ਮਤਲਬ ਪਿੱਛੇ ਕੀ ਛੱਡ ਜਾਣਾ, ਸਿਰਫ ਇਹ ਕਿ ਕਿੱਡਾ ਹੰਕਾਰੇ ਹੋਏ ਲੋਕਾਂ ਸੀ।
ਸੋ ਮੇਰਾ ਮੈਂ ਮੈਂਟਲ ਹੈਲਥ 'ਤੇ ਇਸ ਕਰਕੇ ਕੰਮ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਜ਼ਹਿਨੀ ਤੌਰ 'ਤੇ ਅਵੇਅਰਨੈਸ ਦੀ ਲੋੜ ਹੈ, ਮੈਨੂੰ ਵੀ ਲੋੜ ਹੈ, ਤੁਹਾਨੂੰ ਵੀ ਲੋੜ ਹੈ, ਕਿਉਂਕਿ ਸਾਨੂੰ ਸਕ੍ਰਿਪਟ ਨਹੀਂ ਦਿੱਤੀ ਗਈ ਨਾ, ਸਾਡੇ ਮਾਂ ਪਿਓ ਨੇ ਵਿਚਾਰਿਆਂ ਨੇ ਇਹ ਚੀਜ਼ਾਂ ਦੇਖੀਆਂ ਨਹੀਂ, ਉਹਨਾਂ ਨੂੰ ਨਹੀਂ ਸੀ ਪਤਾ ਕਿ ਸਾਡੇ ਬੱਚਿਆਂ ਨੂੰ ਇਹ ਫੇਸ ਕਰਨਾ ਪੈਣਾ ਕਿ ਜਿੱਥੇ ਆਲੇ ਦੁਆਲੇ ਦੇ ਲੋਕ ਉਹਨਾਂ ਨੂੰ ਜਾਂ ਉਹਨਾਂ ਨੂੰ ਇਹ ਚੀਜ਼ਾਂ ਡੀਲ ਨਹੀਂ ਕਰਨੀਆਂ ਕਿਉਂਕਿ ਸਿਖਾਈਆਂ ਹੀ ਨਹੀਂ, ਪ੍ਰੋਗਰਾਮਿੰਗ ਨਹੀਂ ਹੈ। ਸੋ ਅਸੀਂ ਹੁਣ ਜਲਦੀ ਇੱਕ ਕੈਂਪ ਵੀ ਬੜਾ ਅੱਛਾ ਜਿਹੜਾ ਉਹ ਕਰ ਰਹੇ ਹਾਂ, ਮੈਂਟਲ ਹੈਲਥ 'ਤੇ ਸੈਮੀਨਾਰ ਕਰ ਰਹੇ ਹਾਂ ਜਿਹਦੇ ਵਿੱਚ ਯੰਗ ਬੱਚੇ ਪੂਰੇ ਪੰਜਾਬ ਤੋਂ, ਕਿਉਂਕਿ ਮੇਰੇ ਸੋਲ ਬਲੌਗਸ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਬੱਚੇ ਗੱਲ ਕਰਨਾ ਚਾਹੁੰਦੇ ਨੇ। ਸੋ ਅਸੀਂ ਇੱਕ ਸੈਸ਼ਨ ਰੱਖ ਰਹੇ ਹਾਂ ਜਿਹਦੇ ਵਿੱਚ ਮੈਂਟਲ ਹੈਲਥ ਦੇ ਉੱਪਰ ਇੱਕ ਪੂਰਾ ਸੈਮੀਨਾਰ ਵਨ ਡੇ ਦਾ ਰੱਖ ਰਹੇ ਹਾਂ। ਕੋਸ਼ਿਸ਼ ਕਰਦੀ ਹਾਂ ਮੈਂ ਕਿ ਜੇ ਕੁਛ ਕਰ ਸਕਾਂ ਤਾਂ। ਬਿਲਕੁਲ, ਉਹੀ ਹੁੰਦਾ ਕਿ ਫੇਸਬੁੱਕ ਦੇ ਉੱਪਰ ਜਾਂ ਫਿਰ ਵੈਸੇ ਕਿਸੇ ਮੰਚ 'ਤੇ ਜਾ ਕੇ ਬੋਲਣਾ ਕਿ ਸਾਨੂੰ ਕੁਛ ਕਰਨਾ ਚਾਹੀਦਾ, ਉਹ ਇੱਕ ਪਾਸੇ ਰਹਿ ਜਾਂਦੀ ਹੈ ਗੱਲ, ਪਰ ਹਾਂ ਅਸੀਂ ਵਾਕਈ ਕੁਛ ਕਰ ਰਹੇ ਹਾਂ ਉਹ ਚੀਜ਼ ਮੈਟਰ ਕਰਦੀ ਹੈ ਨਾ। ਦ ਸ਼ੈਲਟਰ ਐਨ ਜੀ ਓ ਬਾਰੇ ਮੈਨੂੰ ਦੱਸੋ ਅਤੇ ਕੀ ਅਸਲ ਵਿੱਚ ਮਤਲਬ ਇਹ ਐਨ ਜੀ ਓ ਦਾ ਮੈਂ ਹਿੱਸਾ ਹੀ ਹਾਂ। ਮੈਂ ਜਦੋਂ ਪੈਸੇ ਕਮਾਉਣੇ ਸ਼ੁਰੂ ਕੀਤੇ ਸੀਗੇ ਅਤੇ ਮੈਂ ਦਸ਼ਵੰਦ ਦੇ ਵਿੱਚ ਬਿਲੀਵ ਕਰਦੀ ਹਾਂ, ਮੈਨੂੰ ਲੱਗਦਾ ਕਿ ਪਰਮਾਤਮਾ ਨੇ ਸਾਨੂੰ ਭੇਜਿਆ ਹੈ, ਸਾਨੂੰ ਆਪਣੇ ਦਿਨ ਦਾ ਇੱਕ ਘੰਟਾ ਕਿਸੇ ਦੀ ਸੇਵਾ 'ਚ ਲਾਉਣਾ, ਦਸਵੰਦ ਦੇ ਆਪਣੀ ਸੋਚ ਨੂੰ ਚੰਗਾ ਰੱਖ ਕੇ ਕਿਸੇ ਪ੍ਰਤੀ ਚੰਗਾ ਸੋਚਣਾ, ਦਸਵੰਦ ਦੇ ਕਿਸੇ ਲਈ ਅਰਦਾਸ ਕਰਨਾ, ਇਹ ਦਸਵੰਦ ਦੇ ਸਿਰਫ ਪੈਸੇ ਦਾਨ ਕਰਨਾ ਹੀ ਦਸਵੰਦ ਨਹੀਂ, ਉਹ ਵੀ ਹਿੱਸਾ ਹੈ। ਅਤੇ ਮੈਂ ਉਹ ਬਜਾਏ ਕਿ ਕਿਸੇ ਨੂੰ ਦੇਣ ਦੇ ਮੈਂ ਇੱਕ ਸੰਸਥਾ ਬਣਾ ਦਿੱਤੀ, ਮੈਂ ਉਹਦੇ ਵਿੱਚ ਪਾ ਦਿੰਦੀ ਹੁੰਦੀ ਸੀਗੀ, ਜਿਹਦੇ ਵਿੱਚ ਬੱਚੀਆਂ ਪੜ੍ਹਦੀਆਂ ਸੀਗੀਆਂ, ਜੇ ਕਿਸੇ ਨੂੰ ਫੀਸ ਚਾਹੀਦੀ ਸੀਗੀ, ਇੱਦਾਂ ਕੁਛ ਨਹੀਂ ਸੀ ਉਹਨੂੰ ਸਿਸਟਮ। ਬਟ ਹੁਣ ਮੇਰੀ ਟੀਮ ਅੱਛੀ ਹੈ, ਇੱਕ ਕੰਮ ਕਰ ਰਹੇ ਨੇ, ਇੱਕ ਬੁੰਤਰ ਨਾਮ ਦਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਫੁਲਕਾਰੀ ਦਰੀ ਖੇਸ ਰਿਵਾਈਵ ਕਰਨਾ ਚਾਹੁੰਦੀ ਹਾਂ ਮੈਂ, ਕਿ ਡਿਜ਼ਾਈਨਰਸ ਦੇ ਨਾਲ ਮਿਲ ਕੇ ਉਹ ਕਲਚਰ ਜਿਹੜਾ ਖਤਮ ਹੋ ਰਿਹਾ ਉਹਨੂੰ ਦੁਬਾਰਾ ਤੋਂ ਨਵੇਂ ਸਿਰੇ ਨਾਲ ਰਿਵਾਈਵ ਕਰੀਏ। ਯੂਥ ਨੂੰ ਬੜੀ ਲੋੜ ਹੈ, ਇੰਟਰਪ੍ਰਨਿਓਰਸ਼ਿਪ 'ਤੇ ਕੰਮ ਕਰ ਰਹੇ ਹਾਂ ਕਿ ਉਹਨਾਂ ਨੂੰ ਦੱਸਿਆ ਜਾਏ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ, ਕਿਉਂਕਿ ਪਰਮਾਤਮਾ ਨੇ ਸਾਨੂੰ ਇਸ ਯੋਗੇ ਕੀਤਾ ਕਿ ਛੋਟਾ ਮੋਟਾ ਕਾਰੋਬਾਰ ਕਿਵੇਂ ਸ਼ੁਰੂ ਕਰੀਏ। ਇੱਕ ਕੁੜੀ ਨੇ ਪਿੱਛੇ ਜੇ ਸਾਡੀ ਨੇ ਇੱਕ ਸੈਲੂਨ ਖੋਲ੍ਹਿਆ, ਇੱਕ ਬੱਚੇ ਨੇ ਸਾਡੇ ਨੇ ਇੱਕ ਫੋਟੋਗ੍ਰਾਫੀ ਦਾ ਸਟੂਡੀਓ ਖੋਲ੍ਹਿਆ। ਜਦੋਂ ਤੁਸੀਂ ਜਾ ਕੇ ਉਹਨਾਂ ਨੂੰ ਦੇਖਦੇ ਹੋ ਤੁਹਾਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਸਾਡੀ ਵੀ ਇੱਕ ਪਰਸੈਂਟ ਕੰਟਰੀਬਿਊਸ਼ਨ ਇਹਨਾਂ ਬੱਚਿਆਂ ਨੂੰ ਜ਼ਿੰਦਗੀ ਦਾ ਰਸਤਾ ਅਤੇ ਇਹਨਾਂ ਦੀ ਉਮੀਦਾਂ ਨੂੰ ਪੂਰਾ ਕਰਨ ਦੇ ਵਿੱਚ। ਜੀ ਮੈਮ, ਵਿਆਹ ਵਾਲਾ ਸਵਾਲ ਅਕਸਰ ਤੁਹਾਨੂੰ ਹਰ ਇੰਟਰਵਿਊ 'ਚ ਹੀ ਪੁੱਛਿਆ ਜਾਂਦਾ ਹੈ ਨਾ, ਪਰ ਇੱਕ ਇੰਟਰਵਿਊ 'ਚ ਤੁਹਾਨੂੰ ਇਹ ਵੀ ਕਿਹਾ ਗਿਆ ਕਿ ਔਰਤ ਜਿੰਨੀ ਦੇਰ ਤੱਕ ਮਾਂ ਨਹੀਂ ਬਣਦੀ ਹੈਗੀ ਉੱਨੀ ਦੇਰ ਤੱਕ ਸੰਪੂਰਨ ਨਹੀਂ ਹੁੰਦੀ, ਕਿ ਤੁਸੀਂ ਇਹ ਮੰਨਦੇ ਹੋ ਜਾਂ ਨਹੀਂ ਮੰਨਦੇ? ਵਾਕਈ ਤੁਸੀਂ ਐਗਰੀ ਕਰਦੇ ਹੋ ਇਸ ਚੀਜ਼ ਦੇ ਨਾਲ ਕਿ ਔਰਤ ਉਦੋਂ ਹੀ ਸੰਪੂਰਨ ਹੁੰਦੀ ਹੈ ਜਦੋਂ ਮਾਂ ਬਣਦੀ ਹੈ? ਦੇਖੋ, ਇੱਕ ਬੜਾ ਵੱਡਾ ਹਿੱਸਾ ਹੈ ਸੰਪੂਰਨ, ਮੈਨੂੰ ਲੱਗਦਾ ਕਿ ਹਰ ਔਰਤ ਮਾਂ ਬਣਨਾ ਚਾਹੁੰਦੀ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਮੈਂ ਸੱਚ ਦੱਸਾਂ, ਮੇਰੇ ਕੋਲ ਇੰਨੇ ਕੁ ਬੱਚੇ ਨੇ, ਮੈਂ ਇੰਨਿਆਂ ਕੁ ਬੱਚਿਆਂ ਦੀ ਮਾਂ ਹਾਂ, ਇੰਨੇ ਕੁ ਬੱਚੇ ਮੈਨੂੰ ਮਾਂ ਵਰਗਾ ਸਤਿਕਾਰ ਅਤੇ ਪਿਆਰ ਦਿੰਦੇ ਨੇ ਕਿ ਮੈਨੂੰ ਕਦੀ ਕਮੀ ਮਹਿਸੂਸ ਨਹੀਂ ਹੋਈ, ਮੈਨੂੰ ਕਦੀ ਲੱਗਾ ਹੀ ਨਹੀਂ ਕਿ ਮੇਰੇ ਵਿੱਚ, ਅਗਰ ਮੈਨੂੰ ਮਤਲਬ ਖੰਘ ਵੀ ਆਉਂਦੀ ਹੈ ਅਤੇ ਮੇਰੇ 5-7 ਬੱਚੇ ਮਤਲਬ ਸਿਰਫ ਮੇਰੇ ਫੋਨ ਤੋਂ ਮੇਰੀ ਟੋਨ ਸਮਝ ਕੇ ਭੱਜੇ ਆਉਂਦੇ ਨੇ ਕਿ ਉਹਦੇ ਵਿੱਚ ਮੈਂ ਘੱਟ, ਮੈਨੂੰ ਲੱਗਦਾ ਕਿ ਸ਼ਾਇਦ ਆਪਣੇ ਬੱਚੇ ਨਹੀਂ ਅੱਜ ਕੱਲ੍ਹ ਆਉਂਦੇ। ਸੋ ਮੈਨੂੰ ਇਹ ਲੱਗਦਾ ਕਿ ਇੱਕ ਮਾਂ ਦਾ ਸ਼ਬਦ ਹੀ ਬੜਾ ਵੱਡਾ। ਮਾਂ ਤਾਂ ਮਤਲਬ ਸਾਹਿਬ ਕੌਰ ਜੀ ਵੀ ਸੀਗੇ, ਉਹ ਤਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਅਗਰ ਇੰਨੇ ਬੱਚਿਆਂ ਨੂੰ ਕਿਸੇ ਨੂੰ ਮੈਂਟਰ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਰਸਤਾ ਦਿਖਾ ਰਹੇ ਹੋ, ਅਤੇ ਉਸ ਸ਼ਬਦ ਦੀ ਪਰਿਭਾਸ਼ਾ ਹੀ ਕਿੰਨੀ ਵਰਕੀ ਹੈ। ਅਤੇ ਮੈਂ ਮਮਤਾ, ਮਹਿਰਮ, ਮੁਹੱਬਤ ਇਹ ਸਭ ਮਾਂ ਦੇ ਵਿੱਚ ਹੈ। ਅਤੇ ਮੈਨੂੰ ਲੱਗਦਾ ਕਿ ਮੈਨੂੰ ਇਸ ਚੀਜ਼ ਦੀ, ਮੈਨੂੰ ਕਦੀ ਸੰਪੂਰਨਤਾ ਦੀ ਕਮੀ ਖਲੀ ਹੀ ਨਹੀਂ। ਵਿਆਹ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਹਾਂ ਕਿ ਕੋਈ ਉਹਦੇ 'ਤੇ ਫੁੱਲ ਸਟੋਪ ਨਹੀਂ ਹੈ। ਚੰਗਾ ਇਨਸਾਨ ਜਦੋਂ ਮੇਰੀ ਜ਼ਿੰਦਗੀ 'ਚ ਆਏਗਾ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਉਹ ਨਹੀਂ ਕਰ ਸਕਦੀ ਜਿਹੜਾ ਆ ਕੇ ਮੇਰਾ ਹੱਥ ਫੜ ਕੇ ਕਹੇਗਾ ਵੀ ਚੱਲ ਸਤਿੰਦਰ ਕੌਰੇ। ਅਤੇ ਮੈਂ ਜ਼ਰੂਰ, ਮੈਨੂੰ ਲੱਗਦਾ ਵੀ ਇਹ ਕੋਈ ਲੁਕਾਅ ਵਾਲੀ ਗੱਲ ਨਹੀਂ, ਚੰਗਾ ਇਨਸਾਨ ਜਿਹਨੂੰ ਇਹ ਲੱਗੇਗਾ ਕਿ ਹਾਂ ਮੇਰੀ ਸੋਚ ਅਤੇ ਉਹਦੀ ਸੋਚ ਜ਼ਰੂਰ ਮਿਲਦੀ ਹੋਵੇਗੀ ਤਾਂ ਮੈਂ ਜ਼ਰੂਰ ਕਰਾਂਗੀ। ਜੀ, ਮੈਂ ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਤੁਸੀਂ ਗੁਰਮੀਤ ਬਾਵਾ ਹੋਰਾਂ ਨੂੰ ਸਟੇਜ 'ਤੇ ਪੇਸ਼ ਕਰਦੇ ਸੀਗੇ। ਤੁਸੀਂ ਅੱਜ ਦੇ ਦੌਰ ਦੀਆਂ ਵੀ ਜਿੰਨੀਆਂ ਵੀ ਸਾਡੀਆਂ ਫੀਮੇਲ ਆਰਟਿਸਟ ਨੇਗੇ ਉਹਨਾਂ ਸਾਰਿਆਂ ਦੇ ਨਾਲ ਤੁਹਾਡਾ ਬੜਾ ਚੰਗਾ ਤਾਲੁਕਾਤ ਹੈਗੇ ਨੇ, ਅਤੇ ਉਹ ਦੌਰ ਅਤੇ ਅੱਜ ਦਾ ਦੌਰ
ਤੁਸੀਂ ਇਹਨਾਂ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਤੁਸੀਂ ਉਹ ਆਰਟਿਸਟਾਂ ਦੇ ਨਾਲ ਵੀ ਵਿਚਰੇ ਹੋ ਜਿਹੜੇ ਸੋਸ਼ਲ ਮੀਡੀਆ ਦੇ ਦੌਰ ਦੇ ਨਹੀਂ ਸੀਗੇ, ਪਰਸਨਲੀ ਲੋਕਾਂ ਦੇ ਨਾਲ ਜਾ ਕੇ ਮਿਲਦੇ ਸੀਗੇ, ਪਿਆਰ ਕਰਦੇ ਸੀਗੇ. ਜਦੋਂ ਕੋਈ ਕਿਸੇ ਉਹਨਾਂ ਨੂੰ ਹੁਕਮ ਕਹਿੰਦਾ ਸੀਗਾ, ਕੋਈ ਗਾਣਾ ਸੁਣਾ ਦਿਉ, ਤਾਂ ਉਹ ਕਹਿੰਦੇ ਹੁੰਦੇ ਸੀਗੇ ਹੁਕਮ ਹੋਇਆ ਸਾਨੂੰ ਸਾਡੇ ਲੋਕਾਂ ਦਾ, ਉਹ ਲੋਕਾਂ ਵੱਲੋਂ ਜਿਨ੍ਹਾਂ ਨੇ ਸਾਨੂੰ ਫਨਕਾਰ ਬਣਾਇਆ, ਅਤੇ ਸਾਡਾ ਫਨ ਉਹਨਾਂ ਦੀ ਅਮਾਨਤ ਹੈ. ਅੱਜ ਦਾ ਉਹ ਦੌਰ ਹੈ ਕਿ ਜਦੋਂ ਆਰਟਿਸਟ ਦੀ ਆਮ ਲੋਕਾਂ ਦੇ ਨਾਲੋਂ ਦੂਰੀ ਇੰਨੀ ਜ਼ਿਆਦਾ ਵੱਧ ਗਈ ਆ. ਉਹ ਚਾਹੁੰਦਾ ਤਾਂ ਹੈਗਾ ਕਿ ਮੈਨੂੰ ਲੱਖਾਂ ਲੋਕ ਚਾਹੁਣ, ਪਰ ਉਹ ਇਹ ਨਹੀਂ ਚਾਹੁੰਦਾ ਕਿ ਮੈਂ ਉਹਨਾਂ ਦੇ ਵਿੱਚ ਜਾ ਕੇ ਖੜਾਂ ਜਾਂ ਗੱਲ ਕਰਾਂ ਜਾਂ ਉਹਨਾਂ ਨਾਲ ਮਿਲਾਂ, ਹੈ ਨਾ. ਸੋ ਤੁਸੀਂ ਇਹ ਦੋਵੇਂ ਦੌਰ ਦੇਖੇ ਨੇ ਕਿ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਐਂਕਰ ਇੱਦਾਂ ਦਾ ਹੋਣਾ ਆ ਜਿਹਨੂੰ ਜਿਹੜਾ ਸੈਲੀਬ੍ਰਿਟੀ ਬਣ ਕੇ ਉਭਰਿਆ ਹੋਇਆ, ਅਤੇ ਤੁਸੀਂ ਪਰਸਨਲੀ ਵੀ ਇਹ ਬਿਲੀਵ ਕਰਦੇ ਹੋ ਕਿ ਮੈਂ ਜਿਹੜੇ ਸ਼ਹਿਰ ਜਾਂਦੀ ਹਾਂ ਉੱਥੇ ਜਿੰਨੇ ਪੁਰਾਣੇ ਮੇਰੇ ਦੋਸਤ ਮਿੱਤਰ ਹੁੰਦੇ ਨੇ ਜਾਂ ਜਾਣਕਾਰ ਹੁੰਦੇ ਨੇ, ਮੈਂ ਉਹਨਾਂ ਨੂੰ ਜਾ ਕੇ ਮਿਲਦੀ ਹਾਂ, ਹੈ ਨਾ. ਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਉਸ ਦੌਰ ਦਾ ਅਤੇ ਅੱਜ ਦੇ ਦੌਰ ਦਾ? ਮੈਂ ਮੰਨਦੀ ਹਾਂ ਕਿ ਉਹ ਆਰਟਿਸਟ ਸਨ ਜਿਹੜੇ ਲੋਕਾਂ ਨੇ ਬਣਾਏ ਸਨ, ਉਹ ਸੋਸ਼ਲ ਮੀਡੀਆ ਨੇ ਨਹੀਂ ਬਣਾਏ ਸੀ, ਉਹਨਾਂ ਨੂੰ ਲੋਕਾਂ ਨੇ ਬਣਾਇਆ ਸੀਗਾ. ਅਸੀਂ ਜਦੋਂ ਮਸ਼ਹੂਰ ਨਹੀਂ ਨਾ ਹੁੰਦੇ, ਉਦੋਂ ਅਸੀਂ ਲੋਕਾਂ 'ਚ ਜਾ ਕੇ ਮਤਲਬ ਮੂੰਹ ਕੱਢ ਕੱਢ ਕੇ ਵੇਖਦੇ ਹਾਂ ਕਿ ਮੈਨੂੰ ਜਾਣੋ, ਮੈਨੂੰ ਨਹੀਂ ਜਾਣਦੇ, ਮੈਂ ਵੀ ਆਰਟਿਸਟ ਹਾਂ. ਅਤੇ ਜਦੋਂ ਅਸੀਂ ਵੱਡੇ ਆਰਟਿਸਟ ਬਣ ਜਾਂਦੇ ਹਾਂ, ਅਤੇ ਫਿਰ ਅਸੀਂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੇ ਵਿੱਚ ਚੱਲਦੇ ਹਾਂ, ਇਹ ਤਰਾਸਦੀ ਹੈ ਮੈਂ ਕਹਾਂਗੀ. ਉਹ ਮਾਹੌਲ ਮੈਂ ਦੇਖਿਆ ਜਿੱਥੇ ਮਤਲਬ ਅਸੀਂ ਪ੍ਰੋਗਰਾਮ ਕਰਨ ਜਾਂਦੇ ਸੀ ਨਾ, ਅਤੇ ਲੋਕ ਨਾ ਸਾਨੂੰ ਗੱਡੀ 'ਚੋਂ ਲਿਜਾ ਕੇ, ਕਿਉਂਕਿ ਕੁੜੀਆਂ ਸੀ, ਮੈਂ ਬਿੱਟੀ ਦੀਦੀ, ਕਮਲਜੀਤ ਨੀਰੂ ਹੋਣੀ, ਪੂਜਾ ਹੋਣੀ, ਸਾਰੇ ਅਸੀਂ ਕੰਮ ਕਰ, ਉਹ ਲੈ ਕੇ ਜਾਂਦੇ ਸੀਗੇ ਪ੍ਰੋਗਰਾਮ ਕਰਕੇ. ਤੁਹਾਨੂੰ ਆਪਣੇ ਘਰਾਂ ਦੀਆਂ ਉਹ ਜਨਾਨੀਆਂ ਨਾਲ ਉਹਨਾਂ ਦੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਰੋਟੀ ਖਵਾਉਣੀ ਔਰ ਤੁਹਾਨੂੰ ਛੱਡ ਕੇ ਜਾਂਦੇ ਸੀ. ਇੰਨੀ ਮੁਹੱਬਤ ਕਰਦੇ ਸੀ. ਅੱਜ ਦਾ ਦੌਰ ਐਸਾ ਹੋ ਗਿਆ ਕਿ ਤੁਸੀਂ ਕਿਸੇ ਨਾਲ ਫੋਟੋ ਨਾ ਖਿਚਾਓ, ਉਹ ਕਹਿੰਦੇ ਜਾਂ ਆਪਣੇ ਆਪ ਨੂੰ ਵੱਡਾ ਆਰਟਿਸਟ ਸਮਝਦੇ ਨੇ. ਉਹ ਮਿਲਣਾ ਚਾਹੁੰਦੇ ਨੇ ਕਲਾਕਾਰਾਂ ਨੂੰ. ਅਸਲ ਵਿੱਚ ਉਹ ਤੁਹਾਡੀ ਗੱਲ ਹੈ ਕਿ ਦੂਰੀ ਹੋ ਗਈ, ਉਹ ਮਿਲਣਾ ਚਾਹੁੰਦੇ ਨੇ, ਉਹਨਾਂ ਦਾ ਤਾਂ ਉਨਾ ਹੀ ਪਿਆਰ ਹੈ. ਅਤੇ ਮੈਨੂੰ ਲੱਗਦਾ ਕਿ ਇਹ ਥੋੜ੍ਹੀ ਜਿਹੀ ਸਾਂਝ ਜਿਹੜੀ ਹੈ ਵਧਾਉਣੀ ਚਾਹੀਦੀ ਹੈ. ਇਕੱਲੇ ਮਤਲਬ ਜਦੋਂ ਅਸੀਂ ਕਿਸੇ ਜਗ੍ਹਾ 'ਤੇ ਜਾਂਦੇ ਹਾਂ ਅਤੇ ਕਲਾਕਾਰ ਤਾਂ ਮਤਲਬ ਲੋਕਾਂ ਕਰਕੇ ਬਣਿਆ ਹੈ. ਜੇ ਲੋਕ ਉਹਨੂੰ ਅੱਜ ਮੁਹੱਬਤ ਨਹੀਂ ਕਰਦੇ ਤਾਂ ਉਹ ਕਲਾਕਾਰ ਵੀ ਨਹੀਂ ਰਹਿੰਦਾ. ਉਹਨਾਂ ਲੋਕਾਂ ਦਾ ਦੌਰ ਕੁਛ ਹੋਰ ਸੀ, ਉਹ ਸਾਦੇ ਲੋਕ ਸੀਗੇ. ਅੱਜ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਹਰ ਆਰਟਿਸਟ ਨੂੰ ਇਹ ਲੱਗਦਾ ਕਿ ਸੋਸ਼ਲ ਮੀਡੀਆ 'ਤੇ ਕੰਪੀਟੀਸ਼ਨ ਇੰਨਾ ਵੱਧ ਗਿਆ ਹੈ, ਆਪਣੇ ਆਪ ਨੂੰ ਹਾਈ ਪ੍ਰੋਫਾਈਲ ਰੱਖਣਾ ਸ਼ਾਇਦ ਮਜਬੂਰੀ ਵੀ ਹੈ. ਮੈਂ ਉਹ ਨਹੀਂ ਕਹਿੰਦੀ, ਉਹ ਵੀ ਠੀਕ ਹੈ. ਮੈਨੂੰ ਲੱਗਦਾ ਕਿ ਹਰ ਇਨਸਾਨ ਨੇ ਆਪਣੇ ਆਪ ਨੂੰ ਇਵੈਲੂਏਟ ਕਰਨਾ ਹੈ. ਮੈਨੂੰ ਤਾਂ ਉਹੀ ਚੰਗਾ ਲੱਗਦਾ. ਮੈਂ ਤੁਹਾਨੂੰ ਅੱਜ ਵੀ ਦੱਸਿਆ ਕਿ ਲੋਕ ਉਸੇ ਸਤਿਕਾਰ ਨਾਲ, ਨਾ ਕਦੀ ਅਸੀਂ ਉਦੋਂ ਬਾਊਂਸਰਸ ਲਿੱਤੇ ਸੀ, ਨਾ ਅੱਜ ਲਿੱਤੇ ਆ, ਉਦੋਂ ਵੀ ਉਨੀ ਮੁਹੱਬਤ ਕਰਦੇ ਸੀ. ਅੱਜ ਵੀ ਮੈਂ ਜਾਂਦੀ ਹਾਂ ਅਤੇ ਲੋਕ ਘਰ ਦੀ ਕੁੜੀ ਸਮਝਦੇ ਆ ਮੈਨੂੰ. ਬਿਲਕੁਲ ਮੈਮ, ਇੰਨੇ ਲੰਬੇ ਸਫ਼ਰ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਅਸੀਂ ਇਨਸਾਨ ਹਾਂ, ਹਾਂ ਚਲੋ ਅਸੀਂ ਦੂਸਰੇ ਨੂੰ ਮੋਟੀਵੇਟ ਕਰ ਸਕਦੇ ਹਾਂ, ਪਰ ਕਈ ਵਾਰ ਆਪਣੇ ਸਫ਼ਰ ਦੇ ਵਿੱਚ ਵੀ ਕੁਛ ਇੱਦਾਂ ਦੇ ਇੰਸੀਡੈਂਟ ਹੋ ਜਾਂਦੇ ਨੇ, ਜਾਂ ਕਈ ਵਾਰ ਕੋਈ ਬੰਦਾ ਸਾਨੂੰ ਕੋਈ ਇੱਦਾਂ ਦੀ ਗੱਲ ਕਹਿ ਜਾਂਦਾ ਆ ਜਿੱਥੇ ਦਿਲ ਕਰਦਾ ਹੁੰਦਾ ਵੀ ਸਾਰਾ ਕੁਛ ਛੱਡ ਕੇ ਪਰੇ ਹੋ ਜਾਏ. ਹਾਲਾਂਕਿ ਤੁਸੀਂ ਆਪਦੇ ਪਰਿਵਾਰ ਦੇ ਨਾਲ ਜ਼ਿਆਦਾ ਕਨੈਕਟਡ ਸੀਗੇ, ਕੰਮ ਕਰਕੇ ਆਪਣਾ ਪਰਿਵਾਰ ਦੇ ਨਾਲ ਹੀ ਜਾ ਕੇ ਦੁਬਾਰਾ ਜੁੜ ਜਾਂਦੇ ਸੀਗੇ, ਹੈ ਨਾ, ਸਾਰਾ ਕੁਛ ਉਹ ਪੋਜ਼ਿਟਿਵ ਲੱਗਣ ਲੱਗ ਜਾਂਦਾ ਹੈ. ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਿਆ ਵੀ ਨਹੀਂ, ਇਹ ਮੇਰੇ ਲਾਇਕ ਜਗ੍ਹਾ ਨਹੀਂ ਹੈ, ਜਾਂ ਇਹ ਲੋਕ ਹੁਣ ਉਹ ਲੋਕ ਨਹੀਂ ਰਹੇ ਜਿਹੜੇ ਕਿ ਕਿਸੇ ਦਾ ਚੰਗਾ ਚਾਹੁੰਦੇ ਸੀ, ਵੀ ਮੈਂ ਛੱਡ ਕੇ ਕੁਛ ਹੋਰ ਬਿਜ਼ਨਸ ਕਰ ਲਾਂ, ਹੁਣ ਤਾਂ ਬਹੁਤ ਟਾਈਮ ਹੋ ਗਿਆ ਇੰਡਸਟਰੀ 'ਚ, 20 ਸਾਲ ਲਾ ਲਏ, ਬਥੇਰਾ ਕੰਮ ਕਰ ਲਿਆ. ਕਿਸ ਇੱਕ ਚੀਜ਼ ਨੇ ਤੁਹਾਨੂੰ ਹੁਣ ਤੱਕ ਪੁਸ਼ ਕੀਤਾ ਕਿ ਤੁਸੀਂ ਕਰੋ? ਕਿਉਂਕਿ ਲੋਕ ਕਹਿੰਦੇ ਨੇਗੇ, ਰੀਸੈਂਟਲੀ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਤੁਸੀਂ ਕੈਮਰੇ ਦੇ ਬੜੇ ਚੰਗੇ ਬਣਦੇ ਹੋ. ਵੈਸੇ ਤੁਸੀਂ ਬੇਹੱਦ ਘਟੀਆ ਇਨਸਾਨ ਹੋ, ਪਤਾ ਨਹੀਂ ਕਿਹੜੀ ਗੱਲ ਉਹਨਾਂ ਨੂੰ ਬੁਰੀ ਲੱਗੀ. ਫਿਰ ਉੱਥੇ ਦਿਲ ਕਰਦਾ ਹੁੰਦਾ ਕਿ ਜੋ ਤੁਸੀਂ ਨਹੀਂ ਹੈਗੇ ਉਹ ਆਪਦੇ ਬਾਰੇ ਸੁਣਨਾ ਬੜਾ ਔਖਾ ਲੱਗਦਾ. ਤੁਸੀਂ ਵੀ ਸੁਣੀਆਂ ਹੋਣੀਆਂ ਬੜੀਆਂ ਗੱਲਾਂ, ਪਰ ਤੁਹਾਨੂੰ ਕਿਸ ਇੱਕ ਚੀਜ਼ ਨੇ ਇੰਨਾ ਪੁਸ਼ ਕੀਤਾ, ਮੋਟੀਵੇਟ ਕੀਤਾ ਕਿ ਤੁਸੀਂ 20 ਸਾਲ ਲੰਮਾ ਸਫ਼ਰ ਤੈਅ ਕਰਕੇ ਆਏ? ਦੇਖੋ, ਜਦੋਂ ਤੁਸੀਂ ਚੱਲਣਾ ਹੈ ਨਾ, ਜਦੋਂ ਵੀ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਗੁਰੂਆਂ ਪੀਰਾਂ ਨੂੰ ਨਹੀਂ ਬਖਸ਼ਿਆ, ਪਰ ਜਦੋਂ ਤੁਹਾਡੇ 'ਤੇ ਕਠਿਨ ਸਮਾਂ ਆਉਂਦਾ ਨਾ, ਜਦੋਂ ਤੁਹਾਡੇ 'ਤੇ ਮੁਸ਼ਕਿਲ ਆਉਂਦੀ ਹੈ, ਉਹ ਤੁਹਾਨੂੰ ਨਿਖਾਰਦੀ ਹੈ. ਬਸ਼ਰ ਕੋ ਮਾਰ ਹੀ ਡਾਲੇ, ਇਹ ਦੁਨੀਆ ਐਸੀ ਜ਼ਾਲਿਮ ਹੈ, ਹਮ ਜੀਏ ਜਾਤੇ ਹੈ ਕਿ ਹਮੇਂ ਜੀਨੇ ਕਾ ਹੁਨਰ ਆਤਾ ਹੈ. ਪਰ ਹੁਨਰ ਵੀ ਪਰਮਾਤਮਾ ਹੀ ਦਿੰਦਾ ਹੈ. ਦੇਖੋ, ਬੰਦਾ ਮੁਸ਼ਕਿਲਾਂ 'ਚ ਹੀ ਪਹਿਚਾਨਿਆ ਜਾਂਦਾ ਹੈ. ਜਦੋਂ ਤੁਸੀਂ ਟੁੱਟ ਕੇ ਜੁੜਦੇ ਹੋ ਅਤੇ ਡਿੱਗ ਕੇ ਦੁਬਾਰਾ ਖੜ੍ਹੇ ਹੁੰਦੇ ਹੋ ਨਾ, ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਚਮਕਦੇ ਹੋ. ਜਦੋਂ ਹੀਰਾ ਤਰਾਸ਼ਿਆ ਜਾਂਦਾ ਨਾ, ਤਾਂ ਉਸਦਾ ਮੁੱਲ ਬਹੁਤ ਜ਼ਿਆਦਾ ਪੈ ਜਾਂਦਾ ਹੈ.
ਇਹ ਉਹ ਕੰਮ ਸੀ ਜਿਹੜਾ ਮੈਂ ਚੂਜ਼ ਕੀਤਾ ਸੀ, ਇਹ ਮੇਰਾ ਪਸੰਦੀਦਾ ਪ੍ਰੋਫੈਸ਼ਨ ਹੈ, ਨਾ ਮੈਂ ਇਹਦੇ ਤੋਂ ਕਦੀ ਅੱਕੀ ਹਾਂ ਅਤੇ ਨਾ ਹੀ ਮੈਨੂੰ ਪੁਰਾਣਾ ਲੱਗਿਆ। ਮੈਂ ਕੋਈ ਕੰਮ ਹੋਰ ਤਾਂ ਕਰਦੀ ਜੇ ਮੈਂ ਇਹਦੇ ਤੋਂ ਬੋਰ ਹੋ ਜਾਂਦੀ ਜਾਂ ਲੋਕ ਮੇਰੇ ਤੋਂ ਬੋਰ ਹੋ ਜਾਂਦੇ। ਜਦੋਂ ਪਰਮਾਤਮਾ ਨੇ ਤੁਹਾਨੂੰ ਉਸੇ ਕੰਮ ਲਈ ਚੁਣ ਲਿਆ, ਮੈਨੂੰ ਨਹੀਂ, ਮੈਂ ਨਹੀਂ ਜਾਣਦੀ ਕਿ 10 ਸਾਲ ਵਿੱਚ ਮੈਨੂੰ ਕਿਸ ਰੂਪ 'ਚ ਲੋਕ ਦੇਖਣਗੇ ਜਾਂ ਕਿਸ ਲੈਵਲ 'ਤੇ ਪਰਮਾਤਮਾ ਮੈਨੂੰ ਲੈ ਕੇ ਜਾਏਗਾ, ਪਰ ਉਸਨੇ ਜ਼ਰੂਰ ਮੈਨੂੰ ਕਿਸੇ ਕੰਮ ਦੇ ਲਈ ਹੀ ਚੁਣਿਆ ਹੋਇਆ ਹੈ। ਅਤੇ ਇਸੇ ਕਰਕੇ ਮੈਨੂੰ ਲੱਗਦਾ 20 ਸਾਲ ਦਾ ਸਫ਼ਰ ਮੈਨੂੰ ਲੱਗਦਾ ਹੀ ਨਹੀਂ। ਜਦੋਂ ਤੁਸੀਂ ਕਹਿੰਦੇ ਹੋ ਤਾਂ ਮੈਨੂੰ ਲੱਗਦਾ ਅੱਛਾ ਇੰਨਾ ਟਾਈਮ ਹੋ ਗਿਆ, ਮੈਨੂੰ ਤਾਂ ਲੱਗਦਾ ਕੱਲ੍ਹ ਦੀ ਗੱਲ ਹੈ। ਸੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਬਾਰੇ, ਇਹ ਨਹੀਂ ਕਿ ਕ੍ਰਿਟੀਸਿਜ਼ਮ ਨਹੀਂ ਹੋਇਆ, ਮੇਰਾ ਨਹੀਂ ਹੋਇਆ, ਬੜੀ ਵਾਰ ਹੋਇਆ। ਮਤਲਬ ਜਾਹਿਰ ਗੱਲਾਂ ਨੇ ਕਿ ਲੋਕ ਕੀ, ਮੈਂ ਤੁਹਾਨੂੰ ਕਿਹਾ ਆਰਟ ਕੌਂਸਲ ਦੇ ਟਾਈਮ ਦੇ ਉੱਤੇ ਮੈਨੂੰ ਇੱਦਾਂ ਲੱਗਦਾ ਸੀ ਕਿ ਐਡਾ ਵੱਡਾ ਗੁਨਾਹ ਕਰ ਲਿਆ ਮੈਂ ਚੇਅਰਪਰਸਨ ਬਣ ਕੇ, ਅਤੇ ਮੈਨੂੰ ਤਾਂ, ਮੈਂ ਤਾਂ ਆਪਣੇ ਪੇਰੈਂਟਸ ਨੂੰ ਨਹੀਂ ਬੁਲਾਇਆ ਜਦੋਂ ਮੈਂ ਕੁਰਸੀ 'ਤੇ ਬੈਠੀ, ਕਿਉਂਕਿ ਮੈਨੂੰ ਇੰਨੀ ਵੱਡੀ ਗੱਲ ਹੀ ਨਹੀਂ ਸੀ ਲੱਗਦੀ। ਮੈਨੂੰ ਲੱਗਾ ਕਿ ਠੀਕ ਹੈ, ਇੱਕ ਕੰਮ ਹੈ, ਮੈਨੂੰ ਇੱਕ ਜ਼ਿੰਮੇਵਾਰੀ ਦੇ ਦਿੱਤੀ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਵੱਡੀ ਗੱਲ ਹੈ, ਮੈਨੂੰ ਲੱਗਦਾ ਕੰਮ ਹੈ, ਕਰਮ ਹੈ, ਇਹਨੂੰ ਕਰਨਾ ਹੈ ਬਸ। ਮੈਨੂੰ ਕੋਈ ਵੀ ਡਿਊਟੀ ਜਦੋਂ ਮਿਲਦੀ ਹੈ, ਮੈਨੂੰ ਮੈਂ ਇਸੇ ਤਰ੍ਹਾਂ ਹੀ ਕਰਦੀ ਹਾਂ, ਚਾਹੇ ਉਹ ਪ੍ਰਾਈਮ ਮਿਨਿਸਟਰ ਦੇ ਫੰਕਸ਼ਨ ਲਈ ਹੋਵੇ ਕਿ ਤੁਸੀਂ ਮਤਲਬ ਜਦੋਂ ਮੈਂ ਪ੍ਰਾਈਮ ਮਿਨਿਸਟਰ ਦਾ ਜਾਂ ਪ੍ਰੈਜੀਡੈਂਟ ਦਾ ਫੰਕਸ਼ਨ ਕਰਨੀ ਆ ਔਰ ਸੈਂਟਰ ਗਵਰਨਮੈਂਟ 'ਚ ਤੁਹਾਨੂੰ ਫੋਨ ਆਉਂਦਾ ਅਤੇ ਸਾਰੇ ਬੜੇ ਐਕਸਾਈਟਡ ਹੁੰਦੇ, ਤੁਸੀਂ ਅੱਛਾ ਤੁਸੀਂ ਫਲਾਣੀ ਜਗ੍ਹਾ 'ਤੇ ਪ੍ਰੋਗਰਾਮ ਕਰਨਾ, ਅਤੇ ਮੈਨੂੰ ਲੱਗਦਾ ਕਿ ਮੇਰੇ ਲਈ ਤਾਂ ਉਹੀ ਕੰਮ ਹੈ, ਮੇਰੀ ਉਹ ਜੋਬ ਹੈ, ਔਰ ਮੈਨੂੰ ਹਮੇਸ਼ਾ ਜੋਬ ਦੀ ਤਰ੍ਹਾਂ ਇੱਕ ਕੰਮ ਦੀ ਤਰ੍ਹਾਂ ਨਾਲ ਲਿੱਤਾ ਹੈ। ਬੜਾ ਦੁੱਖ ਲੱਗਦਾ ਹੈ ਜਦੋਂ ਲੋਕ ਕਿਸੇ ਗੱਲ 'ਤੇ ਤੁਹਾਡਾ ਕ੍ਰਿਟੀਸਿਜ਼ਮ ਕਰਦੇ ਨੇ ਔਰ ਬੇਬੁਨਿਆਦ ਕ੍ਰਿਟੀਸਿਜ਼ਮ ਕਰਦੇ ਨੇ, ਕੋਈ ਗੱਲ ਨਹੀਂ ਸੁਣਦੇ ਕਿ ਇਸ ਗੱਲ ਦਾ, ਕਿਉਂਕਿ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਪਤਾ ਕੀ ਹੋ ਗਈ, ਅਸੀਂ ਗੱਲ ਹੀ ਨਹੀਂ ਸੁਣਦੇ। ਤੁਸੀਂ ਕਿਹਾ, ਮੈਂ ਤੁਹਾਨੂੰ ਵੀ ਨਹੀਂ ਸੁਣਿਆ ਕਿ ਤੁਸੀਂ ਠੀਕ ਕਿਹਾ ਕਿ ਗਲਤ ਕਿਹਾ, ਅਸੀਂ ਉਹਦੇ ਮਗਰ ਲੱਗ ਜਾਂਦੇ ਹਾਂ। ਇਸ ਨੂੰ ਬਦਲਣ ਦੀ ਲੋੜ ਹੈ, ਆਉਣ ਵਾਲੀ ਪੀੜ੍ਹੀ ਸਾਨੂੰ ਕੀ ਕਹੇਗੀ ਕਿ ਅਸੀਂ ਮਤਲਬ ਅਸੀਂ ਸਾਡਾ ਜ਼ਹਿਨੀਅਤ ਕਿੱਦਾਂ ਦੀ ਸੀਗੀ, ਸਾਨੂੰ ਹੋਰ, ਅਸੀਂ ਉਹ ਲੋਕ ਹਾਂ ਜਿਨ੍ਹਾਂ ਦੇ ਸੂਫੀਜ਼ਮ ਲਿਖਿਆ ਹੈ, ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਭਾਸ਼ਾ 'ਚ ਗੁਰਬਾਣੀ ਦੀ ਰਚਨਾ ਹੋਈ ਆ, ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਮਤਲਬ ਹਰੀ ਸਿੰਘ ਨਲੂਆ ਅਤੇ ਬਾਬਾ ਬੰਦਾ ਬਹਾਦਰ ਦਾ ਖੂਨ ਹੈ। ਅਸੀਂ ਉਹ ਕੌਮ ਦੇ ਵਾਰਸ ਹਾਂ ਜਿਨ੍ਹਾਂ ਲੋਕਾਂ ਨੇ ਚੜ੍ਹਦੀ ਕਲਾ ਵੇਖੀ ਹੈ, ਜਿਨ੍ਹਾਂ ਲੋਕਾਂ ਨੇ ਬਗਾਨੀਆਂ ਧੀਆਂ ਬਚਾਈਆਂ ਨੇ, ਅਸੀਂ ਉਸ ਕੌਮ ਦੇ ਵਾਰਸ ਹਾਂ। ਅਸੀਂ ਉਸ ਕੌਮ ਦੇ ਵਾਰਸ ਹਾਂ ਜਿਨ੍ਹਾਂ ਨੇ ਮਤਲਬ ਦੂਜੇ ਦੇ ਘਰ ਜਾ ਕੇ ਦੱਸਿਆ ਕਿ ਅਸੀਂ ਉਹ ਲੋਕ ਹਾਂ ਜਿਹੜੇ ਆਪਣੀਆਂ ਇੱਜ਼ਤਾਂ ਨਹੀਂ, ਤੁਹਾਡੇ ਘਰ ਆ ਕੇ ਤੁਹਾਡੀਆਂ ਇੱਜ਼ਤਾਂ ਵੀ ਮਹਿਫੂਜ਼ ਕਰ ਸਕਦੇ ਹਾਂ। ਅਤੇ ਅਸੀਂ ਅੱਜ ਕਿੱਧਰ ਨੂੰ ਚੱਲ ਪਏ, ਸੋਚਣ ਦਾ ਵਿਸ਼ਾ ਨਹੀਂ ਹੈ, ਪਰ ਮੈਨੂੰ ਲੱਗਦਾ ਇਹਦੇ 'ਤੇ ਕੋਈ ਸੋਚ ਹੀ ਨਹੀਂ ਰਿਹਾ। ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ, ਸਾਨੂੰ ਅਪਬ੍ਰਿੰਗਿੰਗ ਨੂੰ ਚੇਂਜ ਕਰਨ ਦੀ ਲੋੜ ਹੈ, ਸਾਨੂੰ ਉਹਨਾਂ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਕਿਸ ਕੌਮ ਦੇ ਵਾਰਸ ਹਾਂ। ਮੈਨੂੰ ਇੱਕ ਚੀਜ਼ ਬੜੀ ਫਿਕਰਮੰਦ ਕਰਦੀ ਹੈ, ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਥੋੜ੍ਹਾ ਬਹੁਤ ਜੋ ਵੀ ਕੰਟਰੀਬਿਊਟ ਕਰ ਸਕਾਂ। ਮੈਂ ਪਿੱਛੇ ਜੇ ਸਿੱਖ ਹਿਸਟਰੀ ਦੇ ਉੱਪਰ ਆਪਣੇ ਸਾਰੇ ਜਿੰਨੇ ਵੀ ਯੋਧੇ ਨੇ ਉਹਨਾਂ ਦੇ ਉੱਤੇ ਇੱਕ ਰੇਡੀਓ ਪ੍ਰੋਗਰਾਮ ਕੀਤਾ ਸੀ, ਬੜਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਸੀਗਾ। ਪਰ ਮੈਂ ਆਪਣੇ ਵੱਲੋਂ, ਮੈਨੂੰ ਲੱਗਦਾ ਕਿ ਮੇਰੀ ਜੋ ਡਿਊਟੀ ਹੈ ਮੈਂ ਆਪਣੀ ਕਰ ਰਹੀ ਹਾਂ, ਸੋ ਮੈਂ ਆਪਣੀ ਚਾਲ 'ਤੇ ਚੱਲਦੀ ਜਾ ਰਹੀ ਹਾਂ। ਜਿਵੇਂ ਲੋਕਾਂ ਨੂੰ ਠੀਕ ਲੱਗਦਾ, ਚੰਗਾ ਲੱਗਦਾ ਚੰਗਾ ਕਹਿ ਦਿੰਦੇ, ਮਾੜਾ ਲੱਗਦਾ ਮਾੜਾ ਲੱਗ ਦਿੰਦੇ, ਪਰ ਮੈਂ ਆਪਣਾ ਰਸਤਾ ਨਹੀਂ ਬਦਲਣਾ। ਬਹੁਤ ਮਿਹਰਬਾਨੀ ਕਿ ਤੁਸੀਂ ਇੰਨਾ ਸਮਾਂ ਕੱਢਿਆ ਸਾਡੇ ਲਈ, ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ। ਮੈਂ ਚਾਹੂੰਗੀ ਕਿ ਜਾਂਦੇ ਜਾਂਦੇ ਇੱਕ ਖੂਬਸੂਰਤ ਸ਼ੇਰ ਦੇ ਨਾਲ ਵਿਦਾਇਗੀ ਹੋਵੇ। ਇੱਕ ਤੁਸੀਂ ਗੱਲ ਕੀਤੀ ਸੀਗੀ, ਮੈਨੂੰ ਬੜਾ ਬੜਾ ਵੈਸੇ ਪਸੰਦੀਦਾ ਸ਼ੇਰ ਹੈ, ਬੜੀ ਵਾਰ ਸੁਣਿਆ ਹੋਏਗਾ ਤੁਸੀਂ, ਕਿ ਤਜਰਬੇ ਨਾਲ ਨਹੀਂ ਆਉਂਦੀ ਅਕਲ ਕਦੇ, ਪਰ ਅਕਲ ਨਾਲ ਤਜਰਬਾ ਆ ਹੀ ਜਾਂਦਾ ਹੈ। ਬੰਦਾ ਚੰਗਾ ਜਾਂ ਮੰਦਾ ਨਹੀਂ ਹੁੰਦਾ, ਬੰਦਾ ਜਦੋਂ ਆਪਣੀ ਆਈ 'ਤੇ ਆਉਂਦਾ ਅਤੇ ਫਿਰ ਆ ਹੀ ਜਾਂਦਾ ਹੈ। ਸਤਿੰਦਰ ਤੋਂ ਸੱਤੀ ਬਣੀ ਅਤੇ ਸ਼ੌਹਰਤਾਂ ਦੇ ਅੰਬਾਰ ਲੱਗ ਗਏ, ਕਦੀ ਕਦੀ ਕੋਈ ਨਾਮ ਬੰਦੇ ਨੂੰ ਮੇਚ ਇੰਝ ਆ ਹੀ ਜਾਂਦਾ ਹੈ। ਕਦੀ ਕਦੀ ਕੋਈ ਨਾਮ ਬੰਦੇ ਨੂੰ ਮੇਚ ਇੰਝ ਆ ਹੀ ਜਾਂਦਾ ਹੈ। ਸੋ ਬੜੀ ਮੁਹੱਬਤ ਦਿੱਤੀ ਸਾਰੇ ਪੰਜਾਬੀਆਂ ਨੇ ਇਸ ਨਾਂ ਦੇ ਮੇਚ ਦੀ, ਮੈਨੂੰ ਕਰ ਦਿੱਤਾ, ਮੈਂ ਉਹਨਾਂ ਦੀ ਸਧਾਰੇ ਨਹੀਂ ਰਵਾਂਗੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਮੈਮ, ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਤਿੰਦਰ ਸੱਤੀ ਹੋਰੀ। ਉਮੀਦ ਹੈ ਕਿ ਅੱਜ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੇਗੀ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਬੀ ਸੋਸ਼ਲ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸਤਿ ਸ਼੍ਰੀ ਅਕਾਲ।